ਚਲੋ ਸਾਰੇ ਅਨੂਪਿਆਰ ਭਰੇ ਸਤ ਸ੍ਰੀ ਅਕਾਲ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਮਿੱਤਰਾਂ ਦੇ ਪੋਡਕਾਸਟ ਵਿੱਚ ਅੱਜ ਸਾਡਾ ਐਪੀਸੋਡ 41ਵਾਂ ਤੇ ਇਹਦੇ ਵਿੱਚ ਅੱਜ ਅਸੀਂ ਟੋਪਿਕਾਂ ਦੇ ਉੱਤੇ ਗੱਲ ਕਰਾਂਗੇ ਇੱਕ ਤੇ ਫਿਲਮ ਆਈ ਮਸਤਾਨੇ ਉਹਦਾ ਸਾਰਿਆਂ ਨੂੰ ਪਤਾ ਹੀ ਹੈ ਉਹ ਮੈਂ ਵੇਖੀ ਫਰੈਸ਼ੀ ਭਾਜੀ ਨਹੀਂ ਦੇਖੀ ਤੇ ਮੈਂ ਆਪਣਾ ਰਿਵਿਊ ਦਵਾਂਗਾ ਕਿ ਮੈਨੂੰ ਕਿ ਦਾਨੀ ਲੱਗੀ ਮਸਤਾਨੇ ਫਿਲਮ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਬ੍ਰਾਊਨ ਕੁੜੀ ਉੱਤੇ ਉਹਦਾ ਵੀ ਅੱਜਕੱਲ ਮੁੱਦਾ ਬਹੁਤ ਚੱਲ ਰਿਹਾ ਫਰੇਸੀ ਭਾਜੀ ਸੋਸ਼ਲ ਮੀਡੀਆ ਉੱਤੇ ਕਿ ਉਹ ਵੀ ਗਈ ਸੀ ਨਾ ਕਿਤੇ ਪੂਰੀ ਗੱਲਬਾਤ ਅੱਗੇ ਕਰਾਂਗੇ ਬ੍ਰਾਊਨ ਕੁੜੀ ਦੀ ਫਿਰ ਗੱਲਬਾਤ ਕਰਾਂਗੇ ਸਾਇੰਸ ਨਾਲ ਰਿਲੇਟਡ ਕਿ ਚੰਦਰਯਾਨ ਤੋਂ ਬਾਅਦ ਇਸਰੋ ਨੇ ਕਿਹੜੇ ਕਿਹੜੇ ਮਿਸ਼ਨ ਹੋਰ ਭੇਜਣੇ ਨੇ ਤੇ ਇੱਕ ਸਾਡਾ ਆਪਣਾ ਪੰਜਾਬੀ ਮੁੰਡਾ ਕੌਣ ਬਣੇਗਾ ਕਰੋੜਪਤੀ ਜਿੱਤ ਕੇ ਆਇਆ ਹੈ ਉਦੇ ਉੱਤੇ ਗੱਲ ਕਰਾਂਗੇ ਫਿਰ ਭਾਰਤ ਇੰਡੀਆ ਦਾ ਨਾਮ ਭਾਰਤ ਰੱਖਿਆ ਜਾ ਰਿਹਾ ਉਹਦੇ ਉੱਤੇ ਕਾਫੀ ਟੋਪਕਣਾ ਤੇ ਸਾਡੇ ਨਾਲ ਨੇ ਅੱਜ ਸਟੂਡੀਓ ਵਿੱਚ ਜੋਬਨਦੀਪ ਸਿੰਘ ਕੈਨੇਡਾ ਤੋਂ ਇਹਨਾਂ ਨੂੰ ਤੁਸੀਂ ਜਾਣਦੇ ਹੋ ਆਪਣਾ ਰੋਸਟ ਵੀਡੀਓ ਬਣਾਉਂਦੇ ਨੇ ਫਰੈਸ਼ ਕੈਨੇਡੀਅਨ ਕਰਕੇ ਉਹਨਾਂ ਦਾ ਚੈਨਲ ਤੇ ਆਓ ਸਵਾਗਤ ਕਰੀਏ ਅੱਜ ਦੇ ਸਾਡੇ ਗੈਸਟ ਫਰੈਸ਼ੀ ਕੈਨੇਡੀਅਨ ਤਾੜੀ ਨਾਲ ਬੋਥ ਨਿੱਗਾ ਸਵਾਗਤ ਜੀ ਫਰੈਸ਼ੀ ਪਾਜੀ ਕਿਦਾਂ ਪਾਜੀ ਕੀ ਹਾਲ ਚਾਲ ਪਹਿਲਾਂ ਸਾਰਿਆਂ ਨੂੰ ਛਤਸਰੀ ਅਕਾਲ ਤੇ ਹਾਂ ਤੁਸੀਂ ਨਵਾਂ ਗੈਸਟ ਬੁਲਾਇਆ ਅੱਜ ਨਵੇਂ ਸਟੂਡੀਓ ਨਵਾਂ ਨਵਾਂ ਸੈਟਅਪ ਤਾਂ ਕੁਝ ਨਹੀਂ ਕਹਿ ਸਕਦੇ ਲੋਕੇਸ਼ਨ ਨਵੀਂ ਆ ਬਸ ਤੇ ਹੋਰ ਸੁਣਾਓ ਪਹਿਲਾਂ ਗੱਲਾਂ ਬਾਤਾਂ ਦੁਨੀਆ ਦੀਆਂ ਬਾਅਦ ਚ ਕਰਦੇ ਆ ਪਹਿਲਾਂ ਤੁਸੀਂ ਹੋਰ ਸੁਣਾਓ ਕੀ ਹਾਲ ਚਾਲ ਮੇਰੇ ਭਰਾ ਦਾ ਹਾਲ ਠੀਕ ਠੀਕ ਹੈ ਮੈਂ ਵਧੀਆ ਫਰੇਸ਼ੀ ਭਾਜੀ ਮੈਂ ਦੱਸਦਾ ਮਾੜਾ ਜਾਂ ਅਸੀਂ ਕੱਲ ਪੋਡਕਾਸਟ ਕੀਤਾ ਤੇ ਪੋਡਕਾਸਟ ਕੀਤਾ ਪੋਡਕਾਸਟ ਵਧੀਆ ਆ ਗਿਆ ਸਾਰਾ ਕੁਝ ਤੇ ਫਰੇਸ਼ੀ ਭਾਜੀ ਨੇ ਮੈਨੂੰ ਭੇਜ ਦਿੱਤਾ ਪੋਡਕਾਸਟ ਮੈਂ ਐਡਿਟ ਕਰਨ ਲੱਗਾ ਫਰੇਸ਼ੀ ਭਾਜੀ ਦਾ ਮੂੰਹ ਇਦਾਂ ਆਇਆ ਵਿੱਚ ਫਰਜੀ ਪਾਜੀ ਚ ਮਸਾ ਏਨਰਜੀ ਨਹੀਂ ਮਸਾ ਏਨਰਜੀ ਨਹੀਂ ਤੇ ਮੈਂ ਇਹਨੂੰ ਪੁੱਛਿਆ ਫੋਨ ਲਾ ਕੇ ਹੁੜ ਮੈਂ ਕਿਹਾ ਤੇ ਕੱਲ ਪੋਡਕਾਸਟ ਚ ਕੀ ਹੋਇਆ ਸੀ ਕਹਿੰਦਾ ਪਾਜੀ ਮੈਂ ਤਾਂ ਫਾਸਟਿੰਗ ਕਰ ਰਿਆ ਉਹ ਮੈਂ ਕਿਹਾ ਤੇਰਾ ਭਲਾ ਹੋ ਜੇ ਤਾਂ ਇਹਦਾ ਮੂੰਹ ਮਰ ਜਾਇਆ ਸੀ ਮੈਂ ਨਾਲ ਫੋਟੋ ਲਾ ਦਾਂਗਾ ਇਹਦੀ ਕੱਲ ਕਿਦਾਂ ਮੂੰਹ ਸੀਦਾ ਤੇ ਫਾਸਟਿੰਗ ਤੇ ਤੈਨੂੰ ਕਿੰਨੇ ਕਿਹਾ ਫਾਸਟਿੰਗ ਫੁਲ ਸਟੇਜ ਕਰ ਰਿਹਾ ਇਹ ਕਿਤੇ ਚੱਕਰਾ ਚ ਪਿਆ ਫਿਰਦਾ ਮੇਰਾ ਭਰਾ ਉਹ ਮੈਂ ਪਹਿਲਾਂ ਦੱਸਦਾ ਮੈਂ ਪਹਿਲਾਂ ਦੱਸਦਾ ਸਾਰਿਆਂ ਨੂੰ ਕੀ ਮੈਂ ਕਰ ਰਿਹਾ ਸੀ ਫਾਸਟਿੰਗ 16 ਘੰਟੇ ਨਹੀਂ ਖਾਣਾ ਤੇ 8 ਘੰਟੇ ਖਾਣਾ ਪਰ ਹਰੀ ਕਿਸ ਨੇ ਸਲਾਹ ਦਿੱਤੀ ਸੀ ਕਿ ਇਦਾਂ ਨਾ weight loss ਜਲਦੀ ਹੋ ਜਾਂਦਾ ਤੇ ਮੈਂ ਟਰਾਈ ਕੀਤਾ ਭਾਜੀ ਤਾਂ ਮੈਂ ਮੈਂ ਆਪਣਾ ਰਿਵਿਊ ਦੇਣ ਨਾ ਲੋਕੀ ਹੋਂਦ ਥੱਲੇ ਜੋ ਮਰਜੀ ਕਹਿਣ ਮੈਂ ਆਪਣਾ ਰਿਵਿਊ ਦੇਣ ਨਾ ਕਿ ਭਾਜੀ ਜਿਹੜੇ ਮੇਰੇ ਹਿਸਾਬ ਨਾਲ ਤਾਂ ਬੰਦਾ ਨਾ ਟਰਾਈ ਕਰੇ ਬਿਲਕੁਲ એનર્ਜੀ ਨਹੀਂ ਰਹਿੰਦੀ ਬੋਡੀ 'ਚ ਬੋਡੀ ਬਿਲਕੁਲ ਮਤਲਬ ਮੁਰਝਾਈ ਰਹਿੰਦੀ ਹੈ ਉਹਦੇ ਨਾਲ ਬੰਦਾ ਐਕਸਰਸਾਈਜ਼ ਕਰ ਲੇ 20 ਮਿੰਟ 30 ਮਿੰਟ ਘੰਟਾ ਐਕਸਰਸਾਈਜ਼ ਕਰ ਲੇ ਉਹਦੇ ਨਾਲ ਬੰਦਾ ਨਹੀਂ ਥੱਕਦਾ ਉਹ ਮੈਂ ਤੁਹਾਨੂੰ ਕੱਲ ਦੱਸਿਆ ਹੈ ਨਾ ਮੈਂ ਤੁਹਾਨੂੰ ਆਪ ਹੀ ਪੋਡਕਾਸਟ ਭੇਜ ਕੇ ਕਹਤਾ ਸੀ ਕਿ ਭਾਜੀ ਮੈਨੂੰ ਨਹੀਂ ਲੱਗਦਾ ਮੇਰਾ ਮੂੰਹ ਕਿੱ ਤੇ ਅੱਜ ਵੀ ਸ਼ਾਇ ਲੱਗਣ ਡਿਆ ਹੋਵੇ ਉਹਨੂੰ ਕਹਿੰਦੇ ਬਲੋਟਿੰਗ ਹੋ ਜਾਣੀ ਬਲੋਟਿੰਗ ਬਲੋਟਿੰਗ ਜੀ ਹੋ ਗਈ ਸੀ ਮੂੰਹ ਤੇ ਮੇਰੇ ਕੋਸ਼ ਤੇ ਹੁਣ ਠੀਕ ਕੀਤੀ ਆ ਉਹ ਸੋਡੀਅਮ ਸੋਡੀਅਮ ਘਟ ਜਾਂਦਾ ਬੋਡੀ ਚ ਆ ਵੱਜ ਜਾਂਦਾ ਉਹਦੇ ਨਾਲ ਹੁੰਦੀ ਹੈ ਤੇ ਭਾਈ ਮੇਰਾ ਤਾਂ ਇਹ ਰਿਵਿਊ ਆ ਕਿ ਫਾਸਟਿੰਗ ਜੇ ਖੰਨੇ ਕਰਨੀ ਹੈ ਤੇ ਆਪਣੇ ਰਿਸਕ ਤੇ ਕਰੇ ਨਹੀਂ ਤਾਂ ਭਰਾ ਵਾ ਐਕਸਰਸਾਈਜ਼ ਕਰਕੇ weight ਘਟਾਵੇ ਜਿਆਦਾ ਵਧੀਆ ਕੰਮ ਹੈ ਤੇ ਹੁਣ ਆਪਾਂ ਪੋੜਗਾ ਦੁਬਾਰਾ ਕਰਨ ਲੱਗੇ ਆ ਤੇ ਹੋਰ ਭਾਈ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਵੈਸੇ ਜੀ ਮੈਨੂੰ ਲੱਗਣ ਡਿਆ ਭਰਾ ਨੂੰ ਪੁੱਛਾਂ ਕਿ ਨਾ ਪੁੱਛਾਂ ਪਰ ਕੱਲ ਥੋੜੀ ਪਰਸਨਲ ਹੈ ਸੋਣੀ ਮਾਂ ਨਾਲ ਕੀ ਚ ਓਏ ਹੋਏ ਹੋਏ ਫਰਜੀ ਪਾੜੀ ਤੇ ਦੁੱਖ ਦੀ ਰਾਗ ਉਤੇ ਤੂੰ ਹੱਥ ਦਾ ਰੱਖ ਛੱਡਿਆ ਮੇਰੀ ਅਜ ਸੋਨੀਆ ਮਾਨ ਨਾਲ ਯਾਰ ਮੇਰਾ ਕੋਈ ਚੱਕਰ ਨਹੀਂ ਪਿਆ ਮੈਂ ਤੇ ਉਹਦੇ ਬਾਰੇ ਕੋਈ ਰਿਸਰਚ ਕਰਨੀ ਸੀ ਮੁੱਖ ਮੰਤਰੀ ਉੱਤੇ ਨਾ ਉਹ ਮੈਂ ਵੇਖਣ ਡਿਆ ਸੀ ਮੈਂ ਕਿਹਾ ਸੋਨੀਆ ਮਾਨ ਦੀ ਰਿਸਰਚ ਇਹ ਕੋ ਗੱਲ ਸੀ ਬੈਕਪਰੋਫਾਈਲ ਦੇਖਾਂ ਸੋਨੀਆ ਮਾਨ ਦੀ ਉਹ ਮੈਂ ਵੇਖਿਆ ਨਾ ਮੈਨੂੰ ਕੋ ਬਲੌਕ ਕੀਤਾ ਹੋਵੇ ਮੈਂ ਕਿਹਾ ਯਾਰ ਇਸ ਕੁੜੀ ਨੂੰ ਮੈਂ ਕਦੀ ਰੋਸਤੀ ਕੀਤਾ ਕਦੀ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਸੋਨੀਆ ਮਾਨ ਜੀ ਕੋਈ ੱਚੇ ਗੱਲਾਂ ਨਹੀਂ ਆ ਤੂੰ ਥਿਆਨ ਬਲੌਕ ਕਰਕੇ ਇੱਕ ਅੱਛੇ ਨਾਗਰਿਕ ਹੁੰਦਾ ਸਬੂਤ ਦੋ ਹਾਂਜੀ ਅਗਲੀ ਕੈਮ ਦੀ ਮਿਨਿਸਟਰੀ ਵਾਲਾ ਮੇਰੀ ਨਾ ਸੀ ਭਲਾ ਦੇ ਕਿ ਮੇਰੀਆਂ ਵੀ ਕਦੇ ਕਦੇ ਵੀਡੀਓ ਕੋਈ ਉਹੋ ਜਿਹੀ ਆਉਂਦੀ ਹੁੰਦੀਆਂ ਨੇ ਹੁਣ ਤੁਸੀਂ ਉਹਨੂੰ ਕਹਿ ਰਹੇ ਅਨਬਲੌਕ ਕਰੇ ਅਗਲੀ ਨਹੀਂ ਕਰਦੀ ਅਨਬਲੌਕ ਅਗਲੀ ਨੇ ਮੰਤਰੀ ਨੇ ਵੀ ਬਲੌਕ ਕਰਤਾ ਤੁਹਾਨੂੰ ਵੀ ਬਲੌਕ ਕਰਤਾ ਹੌਲੀ ਹੌਲੀ ਰਣਵੀਰ ਬੱਠ ਵਾਲੇ ਨੂੰ ਵੀ ਬਲੌਕ ਕਰ ਦੇਣਾ ਆਹਾ ਰੇ ਜੀ ਪਾਚੀ ਵੇਖ ਲੈ ਹਣਾ ਓਰ ਤੂੰ ਸੁਣਾ ਕੈਨੇਡਾ ਦਾ ਕੀ ਹਾਲ ਚੱਲ ਏ ਇੱਟਾਂ ਇੱਟਾਂ ਦੀ ਗੱਲਾਂ ਨੇ ਤਾਂ ਕੈਨੇਡਾ ਦਾ ਹਾਲ ਵਧੀਆ ਭਾਜੀ ਬਹੁਤ ਵਧੀਆ ਠੰਡ ਆ ਰਹੀ ਹੈ ਜਿੱਥੇ ਏਰੀਆ 'ਚ ਮੈਂ ਰਹਿਣਾ ਹੁਣ 9 ਡਿਗਰੀ ਟੈਂਪਰੇਚਰ ਐ ਇਸ ਟਾਈਮ ਹੋਰ ਹੀ ਠੰਡ ਆਪਣੇ ਪੈਰ ਪਸਾਰ ਰਹੀ ਹੈ ਤੇ ਗਰਮੀ ਜਾ ਰਹੀ ਹੈ ਤੇ ਗੋਰੇ ਹੁਣ ਅੰਦਰ ਘਰੇ ਵਰਨੇ ਸ਼ੁਰੂ ਹੋ ਗਏ ਨੇ ਨਹੀਂ ਤਾਂ ਗੋਰੇ ਤੁਹਾਨੂੰ ਪਤਾ ਸਮਰ 'ਚ ਬਿਲਕੁਲ ਲੰਗੇ ਘਾਰੀ ਘੁੰਮਦੇ ਹੁੰਦੇ ਨੇ ਹੁਣ ਘਰੇ ਵਰਨੇ ਸ਼ੁਰੂ ਹੋਏ ਨੇ ਗੋਰੇ ਤੇ ਆਹੋ ਤੁਸੀਂ ਦੱਸੋ ਇਟਲੀ 'ਚ ਤੁਹਾਡਾ ਕੀ ਹਾਲ ਚਾਲ ਐ ਇਟਲੀ ਦਾ ਕਿਦਾਂ ਦਾ ਵੈਦਰ ਐ ਕੀ ਮੌਨ ਐ ਇਟਲੀ ਫਰੇਸ਼ ਪਾਜੀ ਠੀਕ ਹੈ ਇਟਲੀ ਦੀ ਪੁਲਿਸ ਜਿਹੜੀ ਹੈ ਬਹੁਤ ਸਖਤੀ ਕਰ ਰਹੀ ਉਹ ਮੈਂ ਤੁਹਾਨੂੰ ਅੱਗੇ ਗੱਲ ਬਾਤ ਦੱਸਾਂਗਾ ਕਿਉਂ ਮੈਂ ਕਿਹਾ ਵੇ ਕਿ ਇਟਲੀ ਦੀ ਪੁਲਿਸ ਪੁਲਿਸ ਬੜੀ ਸਖਤੀ ਕਰ ਰਹੀ ਹੈ ਇਹ ਫਰੇਸ਼ ਪਾਜੀ ਮੈਂ ਗੱਲ ਕਰਨ ਲੱਗਾ ਸੀ ਕਿ ਤੁਹਾਡੇ ਮੈਂ ਸੁਣਿਆ ਕੈਨੇਡਾ ਦੇ ਵਿੱਚ ਮਸਤਾਨੇ ਦੇ ਅਜੇ ਵੀ ਨਹੀਂ ਕੋਈ ਸ਼ੋਅ ਮਿਲ ਰਿਹਾ ਤੂੰ ਅਜੇ ਤੱਕ ਫਿਲਮ ਵੇਖੀ ਨਹੀਂ ਮਸਤਾਨੇ ਹੈ ਨਾ ਕਿਉਂਕਿ ਕੁਝ ਹੋਈ ਨਹੀਂ ਹੈ ਖਾਲੀ ਆਹੋ ਮੈਨੂੰ ਹੁਣ ਭਾਈ ਮੈਂ ਮੈਂ ਸੰਡੇ ਦਾ ਬੁੱਕ ਕਰਾਇਆ ਵਾ ਆ ਐਤਵਾਰ ਦਾ ਹੁਣ ਭਾਜੀ ਰਿਲੀਜ਼ ਨੂੰ ਦੋ ਹਫ਼ਤੇ ਹੋ ਗਏ ਮੈਨੂੰ ਲੱਗਦਾ ਦੋ ਹਫ਼ਤੇ ਦਾ ਆਲਮੋਸਟ ਹੋ ਗਿਆ ਫਿਲਮ ਹਜੇ ਉਦਾਂ ਨਹੀਂ ਤਾਂ ਸੈਟਰਡੇ ਸੰਡੇ ਫ੍ਰਾਈਡੇ ਕੋਈ ਚਾਂਸ ਹੀ ਨਹੀਂ ਫਿਲਮ ਦਾ ਮਿਲਣ ਦਾ ਮਤਲਬ ਕਿ ਲੋਕਾਂ ਨੇ ਵੇਖਿਆ ਕਿ ਭਾਵੇਂ ਚੰਗੀ ਆ ਭਾਵੇਂ ਮਾੜੀ ਆ ਇੱਕ ਪਾ ਇੱਕ ਰੀ ਦੇਖੀ ਜਰੂਰ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਧਰਮ ਬਾਰੇ ਜਾਂ ਕੁਝ ਤੇ ਇਸ ਤੋਂ ਭਾਜੀ ਇੱਕ ਵਧੀਆ ਸੰਦੇਸ਼ ਇਹ ਮਿਲਦਾ ਕਿ ਇਹ ਕੋਸ਼ਿਸ਼ ਕਰਨ ਪੰਜਾਬੀ ਫਿਲਮਾਂ ਵਾਲੇ ਲੋਕੀ ਅਸੈਪਟ ਕਰਨ ਨੂੰ ਤਿਆਰ ਨੇ ਇਹ ਕੋਸ਼ਿਸ਼ ਕਰਨ ਨੂੰ ਰੈਡੀ ਰਹਿਣ ਇਹ ਨਹੀਂ ਕਿ ਬਸ ਹਾਏ ਵਾ ਕਰਕੇ ਆ ਜਾਣ ਇਹ ਕੋਸ਼ਿਸ਼ ਕਰਕੇ ਤਿਆਰ ਰਹਿਣ ਤੇ ਲੋਕੀ ਅਸੈਪਟ ਕਰਨ ਨੂੰ ਤਿਆਰ ਨੇ ਭਾਵੇਂ ਚੰਗੀ ਆ ਭਾਵੇਂ ਮਾੜੀ ਉਹ ਤੁਸੀਂ ਰਿਵਿਊ ਦੇ ਦੇਣਾ ਕਿਉਂਕਿ ਤੁਸੀਂ ਦੇਖੀ ਆ ਪਰ ਹਾਂ ਕੋਸ਼ਿਸ਼ ਨੂੰ ਪੂਰੇ ਨੰਬਰ ਦੇ ਤਰਸੇਮ ਜੱਸ਼ੜੀ ਨੂੰ ਹੂੰ ਅ ਕਮਾਈ ਹੁਣ ਤੱਕ ਕਰ ਲਈ ਫਰੇਸ਼ੀ ਪਾਜੀ ਨੇ ਮਸਤਾਨੇ ਨੇ 52 ਕਰੋੜ 75 ਲੱਖ ਦੀ ਕਮਾਈ ਕਰ ਲਈ ਹੈ ਫਿਲਮ ਠੀਕ ਹੈ ਸੋਹਣੀ ਹੈ ਜੈਨੂਨ ਮੈਂ ਰਿਵਿਊ ਦਵਾਂਗਾ ਕੀ ਪਹਿਲਾਂ ਮੇਰੇ ਰਿਵਿਊ ਸੁਣ ਲਿਓ ਉਸ ਤੋਂ ਬਾਅਦ ਕਮੈਂਟਾਂ ਚ ਤੁਸੀਂ ਵੀ ਆਪਣੇ ਰਿਵਿਊ ਦਿਓ ਅੱਛਾ ਫਰੇਸ਼ੀ ਪਾਜੀ ਮੈਂ ਗਿਆ ਆਪਣੇ ਸਾਰੇ ਟੱਬਰ ਲੈ ਕੇ ਫਿਲਮ ਵੇਖਣ ਹੈ ਹਨਾ ਤੇ ਫਿਲਮ ਸੋਹਣੀ ਹੈ ਮੈਨੂੰ ਵਧੀਆ ਲੱਗੀ ਕਿਉਂਕਿ ਸਾਨੂੰ ਸਟੋਰੀ ਦਾ ਪਤਾ ਸੀ ਕਿ ਕਿੱਦਾਂ ਫਿਲਮ ਚ ਤੇ ਚਲੋ ਪੰਜ ਦਿਖਾਏ ਨੇ ਨਾ ਕਿ ਪੰਜ ਭਾਂਡੇ ਹੁੰਦੇ ਨੇ ਅਸਲ ਚ 16 ਸੀ ਉਹ ਨਾ ਤੇ ਮੈਨੂੰ ਤਾਂ ਪਤਾ ਸੀ ਕਿ ਫਿਲਮ ਚ ਹਾਂ ਫਿਲਮ ਚ ਇਦਾਂ ਦਾ ਇਦਾਂ ਦੀ ਇਦਾਂ ਦਾ ਦੀ ਗੱਲ ਏ ਪਰ ਮੇਰੇ ਮੰਮੀ ਨੂੰ ਸਟਾਰਟਿੰਗ ਵਧੀਆ ਲੱਗੀ ਤੇ ਉਹਦੀਆਂ ਸਹੇਲੀਆਂ ਨੂੰ ਵੀ ਸਟਾਰਟਿੰਗ ਹੀ ਵਧੀਆ ਲੱਗੀ ਤੇ ਇੱਕ ਅਰਦਾਸ ਵਾਲਾ ਜਿਹੜਾ ਸੀਨ ਸੀ ਉਹ ਵਧੀਆ ਲੱਗਾ ਤੇ ਮੈਂ ਪੁੱਛਿਆ ਉਹਨਾਂ ਕੋਲੋਂ ਵੀ ਕਿਉਂ ਨਹੀਂ ਤੁਹਾਨੂੰ ਫਿਲਮ ਇਹ ਨਹੀਂ ਵਧੀਆ ਲੱਗੀ ਉਹ ਕਹਿੰਦੇ ਨੇ ਕਿ ਕਿਉਂਕਿ ਬੁੱਢੀਆਂ ਹੁੰਦਾ ਵੀ ਅਸੀਂ ਘੁੱਗੀ ਦੀ ਘਰ ਵਾਲੀ ਵੀ ਦੇਖੀਏ ਹਨਾ ਕਰਮਜੀਤ ਦੇ ਮਾਪਿਓ ਕੌਣ ਨੇ ਅਦੇ ਤਰਸੇਮ ਜੱਸੜ ਦੇ ਮਾਪਿਓ ਕੌਣ ਨੇ ਵਿੱਚ ਉਹਨਾਂ ਉਹਨਾਂ ਤਾਂ ਇਹ ਸੀ ਪੀ ਉਹਨਾਂ ਦਾ ਵੀ ਬੈਕਗ੍ਰਾਉਂਡ ਦਿਖਾਓ ਮੈਂ ਕਿਹਾ ਨਹੀਂ ਇਹ ਕਰਦਾਰ ਇਦਾਂ ਦੇ ਨੇ ਕੈਰੈਕਟਰ ਇਦਾਂ ਦੇ ਨੇ ਪੀ ਉਹ ਭਾਂਡੇ ਕਲੱਬ ਦੇ ਨੇ ਹੁਣ ਮੈਂ ਕਿਹਾ ਜੇ ਉਹ ਉਹਨਾਂ ਦੇ ਮਾਪ ਪਿਓ ਦਿਖਾਣ ਲੱਗ ਪਾਂਦੇ ਸਟੋਰੀ ਬਹੁਤ ਖਿੱਚ ਜਾਨੀ ਸੀ ਹਨਾ ਤੇ ਪਰ ਉਹਨਾਂ ਦੀ ਡਿਮਾਂਡ ਸੀ ਕਾਫੀ ਬੰਦਿਆਂ ਦੀ ਕਿ ਨਾਲ ਨਾ ਸਟੋਰੀ ਤੇ ਵਧੀਆ ਪਰ ਸਕਰੀਨ ਪਲੇ ਨਹੀਂ ਹੁੰਦਾ ਜਿਹੜਾ ਉਹ ਬਹੁਤ ਖਿੱਚਿਆ ਗਿਆ ਉਹਦੀ ਜਗ੍ਹਾ ਤੇ ਪਤਾ ਕੀ ਕਰਦੇ ਨਾਲ ਨਾ ਇੱਕ ਪੈਰਲਲ ਸਟੋਰੀ ਚਲਾਉਂਦੇ ਨਾਲ ਨਾਲ ਇੱਕ ਹੋਰ ਸਟੋਰੀ ਚਲਾਉਂਦੇ ਪੀ ਕਿੱਦਾਂ ਸਿੰਘ ਨਾ ਇਹ 3ਾਂ ਬਚਾ ਰਹੇ ਨੇ ਨਾਦਰ ਸ਼ਾਹੀ ਫੌਜਾਂ ਤੇ ਹਮਲਾ ਕਿਉਂਕਿ ਸੀਨ ਇੱਕ ਹੀ ਦਿਖਾਇਆ ਸਟਾਰਟਿੰਗ ਜੀ ਨਾ ਪਰ ਹੋਰ ਵੀ ਇਦਾਂ ਦੇ ਸੀਨ ਹੋਣੇ ਚਾਹੀਦੇ ਸੀ ਕਿਉਂਕਿ ਉਹਦੇ ਤੇ ਦੋ ਤਿੰਨ ਹਮਲੇ ਹੋਏ ਸੀ ਨਾ ਇੱਕ ਹਮਲਾ ਨਹੀਂ ਸੀ ਸਿਰਫ ਆ ਮੇਰਾ خیال ਤੇਨ ਵਾਰੀਆ ਰਿਹਾ ਹਮਲਾ ਕੀਤਾ ਸੀ ਸਿੰਘਾਂ ਨੇ ਉਹਦੇ ਤੇ ਨਾ ਤੇ ਨਾਲੇ ਕਰਨਲ ਨਾਦਰ ਸ਼ਾਹ ਨਾਦਰ ਸ਼ਾਹ ਹਾਂ ਨਾਦਰ ਸ਼ਾਹ ਤੇ ਇਹ ਤਾਂ ਕੁੜੀਆਂ ਛਡਾਈਆਂ ਸੀ ਠੀਕ ਠੀਕ ਤੇ ਹੋਰ ਵੀ ਸੀ ਜਾਣੀ ਕਿ ਇਨਸੀਡੈਂਟ ਜਾਨੀ ਕਿ ਨਾਦਰ ਸ਼ਾਹ ਨੂੰ ਥੋੜਾ ਜਿਹਾ ਹੋਰ ਜਾਲਮ ਰਾਜਾ ਦਿਖਾਉਂਦੇ ਉਹਦਾ ਅਤਿਆਚਾਰ ਥੋੜਾ ਜਿਹਾ ਜ਼ਿਆਦਾ ਦਿਖਾਉਂਦੇ ਨਾ ਹੋਰ ਪਿ ਦਿੱਲੀ ਜੋ ਕੀ ਕਰ ਰਿਹਾ ਕਿਉਂਕਿ ਨਾਦਰ ਸ਼ਾਹ ਜਿਦੋਂ ਇੰਡੀਆ ਰਿਆ ਉਹਨੇ ਬੜਾ ਤਬਾਈ ਮਚਾਈ ਸੀ ਦਿੱਲੀ ਜੀ ਤਾਂ ਬੜਿਆ ਉਹਨੇ ਕਤਲੇਆਮ ਕੀਤਾ ਸੀ ਇਹਦੇ ਉੱਤੇ ਗੋਲੀ ਵੀ ਚੱਲ ਗਈ ਸੀ ਨਾਦਰ ਸ਼ਾਹ ਦੇ ਉੱਤੇ ਨਾ ਇਹ ਨਮਾਜ਼ ਪੜਨ ਗਿਆ ਸੀ ਦਿੱਲੀ ਨਾ ਮਸਜਿਦ ਦੇ ਵਿੱਚ ਤੇਦੇ ਉੱਤੇ ਗੋਲੀ ਵੀ ਚਲਾਈ ਤੀ ਕਿਸੇ ਨੇ ਤੇ ਇਹ ਤੇ ਬੜੀ ਲੰਬੀ ਸਟੋਰੀ ਨਾਦਰ ਖਾਦੀ ਪਰ ਜਿਹੜੇ ਬੰਦੇ ਅਪਸੈਟ ਹੋਏ ਨੇ ਨਾ ਉਹ ਐਸੀ ਗੱਲ ਕਰਕੇ ਹੋਏ ਨੇ ਕਿਉਂਕਿ ਉਹ ਐਕਸੈਪਟ ਕਰਕੇ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਇਦਾਂ ਸੀ ਕਿ ਇਹ ਜ਼ਿਆਦਾ ਹੋਵੇਗਾ ਨਾਦਰ ਸ਼ਾਹ ਦੀਆਂ ਫੌਜਾਂ ਤੇ ਹਮਲਾ ਜ਼ਿਆਦਾ ਹੋਵੇਗਾ ਕਿ ਕਿੱਦਾਂ ਸਿੰਘ ਛਡਾ ਰਹੇ ਨੇ ਕਿੱਦਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਘਰੋ ਘਰੀ ਪਚਾਰ ਰਹੇ ਨੇ ਕਿੰਤਾ ਦੁਬਾਰਾ ਪਲਾਨ ਬਣ ਰਹੇ ਆ ਉਥੇ ਅੱਜ ਇੱਥੇ ਹਮਲਾ ਕਰਨ ਆਂ ਪੀ ਸ਼ਾਇਦ ਉਹਨਾਂ ਦੇ ਮਨ 'ਚ ਇਦਾਂ ਦੀ ਸੀ ਪਰ ਨੇ ਠੀਕ ਉਹ ਦਸਟੋਰੀ ਮਾੜੀ ਨਹੀਂ ਆ ਕੋਈ ਮੇਰੇ ਰਿਵਿਊ ਵੇਖ ਕੇ ਇਹ ਨਾ ਕਵੇ ਕਿ ਫਿਲਮ ਨਹੀਂ ਵਖਣ ਜਣੇ ਫਿਲਮ ਵਖਣ ਜਾਇਓ ਚ ਅਰਦਾਸ ਦਾ ਮਹੱਤਵ ਦੱਸਿਆ ਹੈ ਕਿ ਅਰਦਾਸ ਨਾਲ ਕਿੱਦਾਂ ਇੱਕ ਕੋਈ ਨੋਰਮਲ ਬੰਦਾ ਵੀ ਕਰੇ ਤਾਂ ਉਹਦਾ ਵੀ ਮਨੋਬਲ ਜਿਹੜਾ ਵੱਧ ਜਾਂਦਾ ਵੇ ਸਮਝਿਆ ਗੱਲ ਅਰਦਾਸ 'ਚ ਪਾਵਰ ਹੈ ਉਹ ਸੀਨ ਵਾਕਿਆ ਬੜੇ ਪਸੰਦ ਆਏ ਉਹਨਾਂ ਨੂੰ ਸੈੱਟ ਬਹੁਤ ਵਧੀਆ ਲੱਗਾ ਵੇ ਸਮਝਿਆ ਗੱਲ ਪਰ ਕਹਿੰਦੇ ਨਾਲ ਕੋਈ ਸਟੋਰੀ ਚੱਲਣੀ ਚਾਹੀਦੀ ਸੀ ਕਿੱਤਾ ਰੰਗ ਦੇ ਬਸੰਤੀ ਚ ਪਤਾ ਹੈ ਅਮੀਰ ਖਾਨ ਦੀ ਰਗ ਦੇ ਬਸੰਤੀ ਆਈ ਸੀ ਉਹਦੇ ਚ ਭਗਤ ਸਿੰਘ ਦੀ ਸਟੋਰੀ ਚੱਲ ਰਹੀ ਸੀ ਪੁਰਾਣੇ ਜ਼ਮਾਨੇ ਦੀ ਤੇ ਨਾਲ ਨਾਲ ਅੱਜ ਦੇ ਯੂਥ ਦੀ ਸਟੋਰੀ ਚੱਲ ਰਹੀ ਸੀ ਮਤਲਬ ਕਿ ਇਦਾਂ ਦਾ ਕੁਝ ਕਨਸੈਪਟ ਹੁੰਦਾ ਪਰ ਮੁੰਡਿਆਂ ਨੇ ਕੋਸ਼ਿਸ਼ ਬਹੁਤ ਵਧੀਆ ਕੀਤੀ ਹੈ ਮਾੜੀ ਨਹੀਂ ਹੈ ਤੇ ਆ ਰਿਵਿਊ ਸੀ ਫ੍ਰੈਸ਼ੀ ਭਾਜੀ ਤੇ ਇੱਕ ਭਾਜੀ ਹੋਰ ਫਿਲਮ ਆਈ ਹੈ ਚੇਤਾ ਸਿੰਘ ਦੇਖੀ ਤਾਂ ਮੈਂ ਉਹ ਵੀ ਨਹੀਂ ਆ ਪਰ ਕਹਿੰਦੇ ਕਮਾਈ ਸੋਣੀ ਕਰ ਗਈਓ ਹਾਂ ਰਜੀਪਾ ਜੀ ਉਹਨੇ ਵੀ ਹੁਣ ਤੱਕ 6 ਕਰੋੜ ਤੇ 69 ਲੱਖ ਰੁਪਏ ਕਮਾ ਲਿਆ ਜੇ ਤਾਂ ਸਹੀ ਗਣੇ ਉਹ ਯਾਰ ਉਹਦੀ ਬੰਦੇ ਦੀ ਤੇ ਐਕਟਿੰਗ ਕੀ ਉਹਨੂੰ ਤਾਂ ਪੰਜਾਬ ਦਾ ਨ ਕੀ ਕਹਿੰਦੇ ਹੁੰਦੇ ਨੇ ਨਵਾਜ਼ੂਦੀਨ ਸ਼ਾ ਨਵਾਜ਼ੂਦੀਨ ਸ਼ਾ ਨਹੀਂ ਨਵਾਜ਼ੂਦੀਨ ਸਦਕੀ ਨਵਾਜ਼ੂਦੀਨ ਸਦਕੀ ਨਵਾਜ਼ੂਦੀਨ ਸਦਕੀ ਕਹਿੰਦੇ ਨੇ ਉਹਨੂੰ ਪ੍ਰਿੰਸ ਕਮਲਜੀਤ ਨੂੰ ਬੜੀ ਤਗੜੀ ਉਹਦੀ ਤੇ ਹੁਣ ਸਟੋਰੀ ਦਾ ਹੀ ਨਹੀਂ ਵੇਖੀ ਸਾਨੂੰ ਸਟੋਰੀ ਦਾ ਨਹੀਂ ਪਤਾ ਪਰ ਜਵਾਨ ਮੈਂ ਵੇਖ ਲਈ ਜਵਾਨ ਨੇ ਹੁਣ ਤੱਕ ਕੱਲ ਰਿਲੀਜ਼ ਹੋਈ ਜਵਾਨ ਅੱਜ ਦੂਜਾ ਦਿਨ 129 ਕਰੋੜ ਰੁਪਏ ਨੇ ਕਮਾ ਲਿਆ ਵੇ ਜਵਾਨ ਨੇ ਤੇ ਬੜੀ ਸੋਹਣੀ ਯਾਰ ਜਵਾਨ ਫਿਲਮ ਹੈ ਸ਼ਾਹਰੂਖ ਖਾਨ ਦੀ ਉਹਦੇ ਚ ਦੱਸਿਆ ਗਿਆ ਫਰੇਸ਼ ਭਾਜੀ ਕਿ ਆਪਣੀ ਵੋਟ ਜਿਹੜੀ ਨਾ ਵੋਟ ਸੋਚ ਸਮਝ ਕੇ ਪਾਓ ਤੁਹਾਡੀ ਇਸ ਉਂਗਲ ਦੀ ਨਾ ਕੀਮਤ ਬਹੁਤ ਹੈ ਇਸ ਉਂਗਲ ਦੀ ਸ਼ਾਹਰੂਖ ਖਾਨ ਨੇ ਵੈਸੇ ਇਹ ਗੱਲ ਨਾ ਸਿੱਧੀ ਇਦਾਂ ਦੇ ਦੌਰ ਦੇ ਵਿੱਚ ਭਾਜਪੀ ਯਾਨੀ ਕਿ ਹੋਣ ਵਾਲੀ ਸਰਕਾਰ ਨੂੰ ਛੇੜਨਾ ਉਹਨਾਂ ਨੂੰ ਕਹਿਣਾ ਪੀ ਸਿਸਟਮ ਨਹੀਂ ਵਧੀਆ ਇਹ ਕੋਈ ਕੋਈ ਬੰਦਾ ਕਰ ਸਕਦਾ ਵੇ ਸਮਝਿਆ ਗਾ ਲਈ ਅਕਸ਼ੇ ਕੁਮਾਰ ਵਰਗੇ ਨਹੀਂ ਕਰ ਸਕਦੇ ਐਕਟਰ ਇਦਾਂ ਦੀਆਂ ਸਕ੍ਰਿਪਟਾਂ ਇਹ ਸ਼ਾਹਰੂਖ ਖਾਨ ਵਰਗਾ ਦਲੇਰ ਬੰਦਾ ਹੀ ਇਦਾਂ ਦੀ ਸਕ੍ਰਿਪਟ ਚੁਣ ਸਕਦਾ ਵੇ ਸਮਝਿਆ ਗੱਲ ਸਿਸਟਮ ਨੂੰ ਉਹਨੇ ਦਿਖਾਇਆ ਵਿੱਚ ਸਿਸਟਮ ਕਿੱਦਾਂ ਕਰਪਟੇ ਕਿੱਦਾਂ ਹਸਪਤਾਲਾਂ ਦੇ ਵਿੱਚ ਆਕਸੀਜਨ ਨਹੀਂ ਮਿਲਦੀ ਸਮਝਿਆ ਗੱਲ ਕਿੱਦਾਂ ਜਿਹੜੇ ਨੇ ਵੱਡੇ ਵੱਡੇ ਮੰਤਰੀਆਂ ਦੇ ਜਿੱਦਾਂ ਨਿਰਵ ਮੋਦੀ ਹੋ ਗਿਆ ਲਲਿਤ ਮੋਦੀ ਹੋ ਗਿਆ ਨੇ ਤੇ 40 40 50 50000 ਰੁਪਿਆ ਕਰੋੜ ਮਾਫ ਕਰ ਦਿੰਦੇ ਬੈਂਕ ਤੇ ਉੱਥੇ ਇੱਕ ਕਿਸਾਨ ਦਾ 10 15000 ਰੁਪਿਆ ਬੈਂਕ ਕੋਲੋਂ ਕਰਜ਼ਾ ਲੈ ਲੇ ਤੇ ਉਹਨੂੰ ਉਹਦਾ ਟਰੈਕਟਰ ਲੈ ਜਾਂਦੇ ਨੇ ਸਮਝਿਆ ਕਰੋ ਤੇ ਖੁਦ ਖੁਸ਼ੀ ਕਰ ਲੈਣ ਦਾ ਕਿਸਾਨ ਵਿਚਾਰਾ ਵੀ ਇਦਾਂ ਦੇ ਮੁੱਦੇ ਛੂਏ ਨੇ ਬੜੀ ਵਧੀਆ ਫਿਲਮ ਹੈ ਜਵਾਨ ਮਾੜੀ ਮੋਟੀ ਫਿਲਮ ਨਹੀਂ ਹੈ ਤੇ ਫਿਲਮ ਜਗਤ ਤੋਂ ਬਾਹਰ ਆਈਏ ਤੇ ਹੋਰ ਸੁਣਾਓ ਕਿਹੜੀ ਗੱਲ ਕਰੀਏ ਹੁਣ ਮਤਲਬ ਜਗਤ ਤੋਂ ਬਾਹਰ ਆ ਜਾਨੇ ਹੈ ਅੱਛੀ ਪਾ ਜੀ ਮੈਂ ਤੈਨੂੰ ਉਹੀ ਤੇ ਕਹਿ ਰਿਹਾ ਆਪਣੀ ਇੰਡਸਟਰੀ ਵਾਲੀ ਆਈਏ ਆਪਣੀ ਇੰਡਸਟਰੀ 'ਚ ਪਤਾ ਕੀ ਕੁਛ ਹੋ ਰਿਹਾ ਤੈਨੂੰ ਕੀ ਪਤਾ ਵੇ ਬਰਾਉਨ ਕੁੜੀ ਨੇ ਜਿਹਦਾ ਐਂਜਲ ਹੈ ਨਹੀਂ ਪੰਜਾਬੀ ਕਮਿਊਨਿਟੀ ਨੂੰ ਕਿਹਾ ਕਿ ਤੁਹਾਨੂੰ ਅਕਲ ਨਹੀਂ ਇਹ ਬਰਾਉਨ ਕੁੜੀ ਦਾ ਮੈਂ ਪੂਰਾ ਕਮੈਂਟ ਨਹੀਂ ਹੋਇਆ ਉਹ ਤੇਰਾ ਭਰਾ ਸਟੈਂਪ ਕੱਢ ਕੇ ਲਿਆਇਆ ਅੱਜ ਵੇਖਦੇ ਸਹੀ ਐ ਨੇ ਐਡਾ ਵੱਡਾ ਲਿਖਿਆ ਬ੍ਰਾਊਨ ਕੁੜੀ ਦੇ ਪੰਜਾਬੀ ਕਮਿਊਨਿਟੀ ਦੇ ਖਿਲਾਫ ਵੀ ਯਾਰ ਜੇ ਤੁਹਾਨੂੰ ਕੋਈ ਮਾੜਾ ਕਮੈਂਟ ਕਰਦਾ ਹੈ ਇਹਦਾ 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 ਫੜ ਕੇ ਬੈਠੋ ਨਾ ਇਹਦਾ ਫੜ ਕੇ ਬੈਠੋ ਅੱਗੇ ਜਿਹਦਾ ਕੈਦੀ ਨਹੀਂ ਫੜਦੇ ਹੁੰਦੇ ਕੀ ਆ ਦੇਖੋ ਇਹ ਇਹ ਫੜ ਕੇ ਬੈਠੋ ਕਿ ਬ੍ਰਾਊਨ ਕੁੜੀ ਵਾਟ ਇਜ਼ ਥਿਸ ਵੇਲੇ ਫਰਿਸ਼ੀ ਪਾਤੀ ਤੈਨੂੰ ਪਤਾ ਗੱਲ ਦਾ ਦੱਸ ਕੀ ਗੱਲਬਾਤ ਹੋਈ ਕੀ ਕਿਉਂ ਉਹਨੇ ਆ ਕਮੈਂਟ ਕੀਤਾ ਗੱਲਬਾਤ ਗੱਲਬਾਤ ਕੁਛ ਨਹੀਂ ਭਾਜੀ ਮੈਨੂੰ ਹਮਟੀਸਾਗਰ ਮੁੰਡਾ ਸੌਰੀ ਹਮਟੀਸਾਗਰ ਮੁੰਡਾ ਦਾ ਰੋਸਟ ਕਰਦਾ ਉਹਦਾ ਵੀ ਮੈਸੇਜ ਆਇਆ ਸੀ ਕਿਹਾ ਕਿ ਤੁਸੀਂ ਦੇਖ ਹੀ ਲੈਣਾ ਬਰੌਨ ਕੁੜੀ ਦਾ ਕਮੈਂਟ ਆ ਰਿਹਾ ਹੈ ਕੈਪਸ਼ਨ ਆ ਰਿਹਾ ਹੈ ਕਿ ਉਹਨੇ ਸਾਰੇ ਪੰਜਾਬੀਆਂ ਨੂੰ ਮਾੜਾ ਕਿਹਾ ਬਰੌਨ ਕੁੜੀ ਨੇ ਲਿਖਿਆ ਸੀ ਕਿ ਮੈਂ ਮੈਨੂੰ ਕੋਈ ਕੇਅਰ ਨਹੀਂ ਮੈਂ ਜਿੱਦਾ ਮਰਜ਼ੀ ਕੱਪੜੇ ਪਾਵਾਂ ਜਾਂ ਮੈਂ ਜਿੱਦਾ ਮਰਜ਼ੀ ਫੋਟੋ ਪਾਵਾਂ ਆ ਫੋਟੋ ਮੈਂ ਉਹਨਾਂ ਲਈ ਪਾ ਰਹੀ ਆ ਜਿਹੜੇ ਮੈਨੂੰ ਦਾ ਕਮੈਂਟ ਕਰ ਰਹੇ ਸੀ ਗੋਰਿਆਂ ਕਾਲਿਆਂ ਨੂੰ ਆਪਣੀ ਪੰਜਾਬੀ ਕਮਿਊਨਿਟੀ ਹੀ ਆ ਜਿਹੜੇ ਇਹੋ ਜਿਹਾ ਕਮੈਂਟ ਕਰਦੀ ਐ ਇਦਾਂ ਦਾ ਮੈਂ ਕਿਉਂ ਨਿਚੋੜ ਕੱ ਤੇ ਹਮਟੀ ਦਾ ਮੈਨੂੰ ਮੈਸੇਜ ਆ ਹਮਟੀ ਕਹਿੰਦਾ ਯਾਰ ਉਹ ਓਨ ਕੁੜੀ ਨੇ ਪਤਾ ਕਿਉਂ ਐਦਾਂ ਲਿਖਿਆ ਕੈਪਸ਼ਨ ਕਹਿੰਦਾ ਪਿੱਛੇ ਜਿਹੀ ਉਹ ਅਫਰੀਕਾ ਘੁੰਮਣ ਅਫਰੀਕਾ ਤੁੰੜਾ ਉੱਥੇ ਹੁੰਦੇ ਕਾਲੇ ਹਨ ਤੇ ਉਹਨੇ ਕਰੇ ਕਾਲੇ ਗੋਲੇ ਨਾਲ ਫੋਟੋ ਪਾਦੀ ਅਫਰੀਕਾ ਚ ਤੇ ਉੱਥੇ ਲਿਖਿਆ ਲੋਕਾਂ ਨੇ ਉਹ ਕਮੈਂਟ ਕਰਕੇ ਕਿ ਤੈਨੂੰ ਹੁਣ ਲੱਗਦਾ ਕਾਲਿਆਂ ਦਾ ਲੈਣ ਦਾ ਸ਼ੌਂਕ ਹੈ ਜਿਹੜਾ ਤੂੰ ਕਾਲਿਆਂ ਨਾਲ ਫੋਟੋ ਪਾਉਂਦੀ ਫਿਰਦੀ ਹੈ ਤੇਰਾ ਤਾਂ ਹੀ ਡਿਵੋਰਸ ਹੋਇਆ ਤੇ ਉਦੋਂ ਕੁੜੀ ਨੇ ਕੁਝ ਨਹੀਂ ਬੋਲਿਆ ਹਨਾ ਹੁਣ ਘੁੰਮਣ ਗਈ ਹੁਣ ਘੁੰਮਣ ਗਈ ਆਸਟ੍ਰੇਲੀਆ ਉੱਥੇ ਨੇ ਪਾ ਤਾਰੇ ਗੋਰੇ ਨਾਲ ਫੋਟੋ ਤੇ ਗੋਰੇ ਪਤਾ ਤੈਨੂੰ ਗੋਰਿਆਂ ਕਾਲਿਆਂ ਦਾ ਸ਼ੌਂਕ ਹੈ ਤੇਰਾ ਡਿਵੋਰਸ ਤਾਂ ਹੀ ਹੋਇਆ ਫਿਰ ਉਹਨੇ ਜਾ ਕੇ ਭਾਜੀ ਇਹ ਕੈਪਸ਼ਨ ਪਾਤਾ ਕਿ ਪੰਜਾਬੀ ਕਮਿਊਨਿਟੀ ਹੀ ਆ ਇਦਾਂ ਦੇ ਕਮੈਂਟ ਕਰਦੀ ਹੁਣ ਭਾਈ ਤੁਸੀਂ ਦੱਸੋ ਸਿਰ ਪੰਜਾਬੀ ਕਮਿਊਨਿਟੀ ਇਦਾਂ ਦੇ ਕਮੈਂਟ ਕਰਦੀ ਇਹਨੇ ਲੱਗਾ ਗੋਰਿਆਂ ਦਾ ਕੋਈ ਚੈਨਲ ਦੇਖਿਆ ਹੀ ਨਹੀਂਗਾ ਜਾਂ ਕੁਛ ਹੈ ਪਰ ਇੱਕ ਮੈਂ ਕਿ ਤੁਸੀਂ ਦੱਸੋ ਤੁਹਾਡਾ ਕੀ ਰਿਵਿਊ ਇਸ ਚੀਜ਼ ਬਾਰੇ ਇਹ ਰਿਵਿਊ ਫਿਰ ਅਸੀਂ ਭਾਜੀ ਸਾਡਾ ਇਹ ਵੇਖ ਕੇ ਬਹੁਤ ਮਾੜੀ ਗੱਲ ਏ ਜੇ ਤੁਸੀਂ ਕਹਿਣਾ ਹੈ ਤੇ ਉਹ ਜਿਹਨੇ ਕਮੈਂਟ ਕੀਤਾ ਉਹਦੀ ਆਈਡੀ ਦਾ ਜਿਹਦਾ ਸਰਲੀਨ ਕਰਦੀ ਹੁੰਦੀ ਯਾਰ ਉਹ ਜਲੂਸ ਕੱਢ ਦਿੰਦੀ ਬੰਦੇ ਦਾ ਉਹਨੂੰ ਕੋਈ ਮਾੜਾ ਬੰਦਾ ਕਵੇ ਸਮਝਿਆ ਗੱਲ ਤੇ ਜਿਹੜੇ ਬੰਦੇ ਨੇ ਕਿਹਾ ਉਹਨੂੰ ਟਾਰਗੇਟ ਕਰੋ ਪੂਰੀ ਪੰਜਾਬੀ ਕਮਿਊਨਿਟੀ ਨੂੰ ਨਹੀਂ ਜਿਨੇ ਵੀ ਬਰਾਊਂ ਕੋੜੀ ਨੂੰ ਕਮੈਂਟ ਕੀਤੇ ਨਾ ਉਹਨਾਂ ਦਾ ਸਕਰੀਨਸ਼ਾਟ ਲੈ ਉਹਨਾਂ ਨੂੰ ਟੈਗ ਕਰ ਸਾਰੀ ਦੁਨੀਆ ਨੂੰ ਕਹਿ ਵੀ ਤੇਰੇ ਘਰ ਮਾਪੇ ਨਹੀਂ ਆ ਤੂੰ ਮੈਨੂੰ ਇਦਾਂ ਦਾ ਕਮੈਂਟ ਕਰਨ ਦੇ ਆ ਤੇਰੀ ਮਾਂ ਨੂੰ ਹੋਣਾ ਸ਼ੌਂਕ ਕਾਲਿਆਂ ਪੀਲਿਆਂ ਦਾ ਲੈਣ ਦਾ ਸਾਨੂੰ ਤੇ ਨਹੀਂ ਆ ਸਮਝਿਆ ਕਰੋ ਪੂਰੀ ਪੰਜਾਬੀ ਕਮਿਊਨਿਟੀ ਨੂੰ ਕਹਿ ਦੇਣਾ ਕਿ ਤੁਹਾਨੂੰ ਅਕਲ ਨਹੀਂ ਹੈ ਫਿਰ ਇਹਦਾ ਮਤਲਬ ਤੁਸੀਂ ਨਾਰਥ ਕੋਰੀਆ ਦੀ ਕਮਿਊਨਿਟੀ ਨਹੀਂ ਵੇਖੀ ਅਗਲੇ ਆਪਣੀ ਮਰਜ਼ੀ ਦੇ ਵਾਲ ਵੀ ਨਹੀਂ ਕਟਾੜ ਦਿੰਦੇ ਤੁਸੀਂ ਫਿਰ ਪਛਤੋ ਇਲਾਕੇ 'ਚ ਗਏ ਨਹੀਂ ਹੈ ਪਠਾਨਾ ਦੇ ਇਲਾਕੇ 'ਚ ਇਹਨਾਂ ਨੂੰ ਪਤਾ ਹੀ ਨਹੀਂ ਦੁਨੀਆ ਕਿੱਥੇ ਵੱਸਦੀ ਹੈ ਇਹਨਾਂ ਨੇ ਫਿਰ ਰਸ਼ੀਆ ਕੋ ਮਿਆ ਨਹੀਂ ਹਜੇ ਤੱਕ ਜਿੱਥੇ ਪੁਤਿਨ ਚੂਣੀ ਕਰ ਨਹੀਂ ਦਿੰਦਾ ਇਹ ਤਾਂ ਇੰਡੀਆ ਯਾਰ ਪੰਜਾਬੀ ਕਮਿਊਨਿਟੀ ਬਹੁਤ ਚੰਗੀ ਹੈ ਕਸਮੇ ਗੱਲੇ ਬਹੁਤ ਚੰਗੀ ਫਰੱਚੀ ਭਾਜੀ ਉਹ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਅਸੀਂ ਵੀ ਸੋਸ਼ਲ ਮੀਡੀਆ ਤੇ ਕਹ ਰਹੇ ਨਾ ਅਸੀਂ ਕਿਹੜਾ ਕਦੀ ਘੇਰ ਕੇ ਕਿਸੇ ਦੇ ਚਪੇੜਾ ਮਾਰਤੀਆਂ ਵੀ ਤੁਸੀਂ ਕਿਹੜਾ ਮਾੜਿਆ ਕੰਮ ਕਰ ਰਹੇ ਹੈ ਹਨਾ ਸਾਡੇ ਬੰਦੇ ਆਪਣੇ ਵਿਚਾਰ ਰੱਖਦੇ ਨੇ ਪਰ ਇਹ ਮਾੜੀ ਗੱਲ ਹੈ ਯਾਰ ਇਦਾਂ ਕਹਿਣਾ ਪੂਰੀ ਕਮਿਊਨਿਟੀ ਨੂੰ ਇਹ ਮਾੜੀ ਗੱਲਾਂ ਬਰਵਣ ਕੁੜੀ ਤੋਂ ਟੱਡੇ ਵਾਸਤੇ ਅਗਰ ਕਿਸੇ ਨੇ ਤੁਹਾਨੂੰ ਕਮੈਂਟ ਕੀਤਾ ਉਹਦਾ ਪੂਰਾ ਜਲੂਸ ਕੱਢਾ ਤੁਹਾਨੂੰ ਹੱਕ ਕੇ ਤੇ ਜੇ ਤੁਹਾਨੂੰ ਨਹੀਂ ਇਹ ਗੱਲਾਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਉਹ ਕੁੜੀ ਮੁੰਡਾ ਆਵੇ ਜਿਹਨੂੰ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਨਾਲ 네ਗੇਟਿਵ ਵੀ ਹੋ ਸਕਦਾ ਤੇ ਮੇਰਾ ਪੋ ਸਮਝਿਆ ਗੱਲ ਤੇ ਬਾਕੀ ਬਿਲਕੁਲ ਇਹਨੂੰ ਹੱਕ ਕੇ ਆਪਣੀ ਇਹਨੇ ਲਿਖਿਆ ਐਂਡ ਤੇ ਬਿਲਕੁਲ ਬਿਲਕੁਲ ਕਿ ਮੈਨੂੰ ਮੈਂ ਭਾਵੇਂ ਇੰਡੀਅਨ ਨਾਲ ਵਿਆਹ ਕਰਾਵਾਂ ਭਾਵੇਂ ਗੋਰੇ ਨਾਲ ਵਿਆਹ ਕਰਾਵਾਂ ਭਾਵੇਂ ਕਾਲੇ ਨਾਲ ਮੇਰੀ ਮਰਜ਼ੀ ਬਿਲਕੁਲ ਤੁਹਾਡੀ ਮਰਜ਼ੀ ਏ ਜਿਹਦੇ ਨਾਲ ਮਰਜ਼ੀ ਵਿਆਹ ਕਰਾਵੋ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਫੋਟੋ ਕੋਈ ਵੀਡੀਓ ਕੋਈ ਵਲੋਗ ਪਾ ਦਿੰਦੇ ਫਿਰ ਤੁਸੀਂ ਪਬਲਿਕ ਤੁਹਾਡੀ ਲਾਈਫ ਫਿਰ ਪਬਲਿਕ ਆ ਤੁਹਾਡੀ ਨਹੀਂ ਰਹਿ ਜਾਂਦੀ ਉਹ ਪਬਲਿਕ ਦੀ ਹੋ ਜਾਂਦੀ ਫਿਰ ਪਬਲਿਕ ਭਾਵੇਂ ਵਟੇ ਬਿਮਾਰੇ ਭਾਵੇਂ ਕੋਈ ਗਾਲ੍ਹਾਂ ਕੱਢੇ ਭਾਵੇਂ ਕੋ ਪਿਆਰ ਕਰੇ ਉਹ ਫਿਰ ਪਬਲਿਕ ਦੀ ਪ੍ਰਾਪਰਟੀ ਹੁੰਦੀ ਇਸ ਗੱਲ ਕਰਕੇ ਪਹਿਲਾਂ ਸੋ ਇੱਕ ਹੋਰ ਵੀਡੀਓ ਦੀ ਮਾਰ ਲੋ ਹੋ ਰਹੀ ਹੈ ਨਾ ਪਹਿਲਾਂ ਤਾਂ ਚਲੋ ਪੰਜਾਬੀ ਕਮੇਟੀ ਵਾਲਾ ਗੱਲ ਸਾਈਡ ਤੇ ਰੱਖੋ ਇਹ ਕਹਦੇ ਗਈ ਮੇਲੇ ਮੂਲੇ ਤੇ ਹਿੰਦੀ ਭਾਈ ਨੇ ਵੀਡੀਓ ਪਾਈ ਸੀ ਕਿ ਨਾਲ ਦੋ ਦੋ ਬੌਂਸਰ ਨੇ ਤੇ ਜਾ ਰਹੇ ਨੇ ਮਿਡਮ ਕਦੇ ਸਟੇਜ 2 ਜਾ ਕੇ ਫੰਕਸ਼ਨ ਫੰਕਸ਼ਨ ਤੇ ਉਹ ਕੀ ਸੀ ਨਾ ਮੈਨੂੰ ਲੱਗ ਕਿ ਇਦਾਂ ਇਹਨਾਂ ਨੂੰ ਬੋਡੀ ਸਪੌਂਸਰ ਰੱਖਣੇ ਚਾਹੀਦੇ ਨੇ ਜਾਂ ਨਹੀਂ ਰੱਖਣੇ ਚਾਹੀਦੇ ਦੇਖੋ ਫਰੈਸ਼ੀ ਭਾਈ ਜਿਹੜੀ ਬੌਂਸਰਾਂ ਦੀ ਗੱਲ ਹੈ ਨਾ ਹੁਣ ਬੌਂਸਰ ਹੁੰਦੇ ਦੋ ਕਿਸਮ ਦੇ ਇੱਕ ਤੇ ਪ੍ਰੋਵਾਈਡ ਕਰਾਏ ਜਾਂਦੇ ਨੇ ਜਿਹੜੇ ਫੰਕਸ਼ਨ ਤੇ ਤੁਸੀਂ ਚੱਲੇ ਹੋ ਮੰਨ ਲਓ ਮੈਨੂੰ ਕਿਸ ਨੇ ਬੁਲਾਇਆ ਕਬੱਡੀ ਦੇ ਟੂਰਨਾਮੈਂਟ ਤੇ ਕਿ ਭਾਜੀ ਆ ਗਏ ਤੁਸੀਂ ਇੱਥੇ ਸਰਮਾਨਤ ਕਰਿਓ ਸਾਡੇ ਖਿਡਾਰੀਆਂ ਨੂੰ ਮੈਂ ਚੱਲ ਜਾਨਾ ਹਨਾ ਟੂਰਨਾਮੈਂਟ ਵੇਖਣ ਤੇ ਮੈਂ ਜਾ ਕੇ ਉਥੇ ਫੋਨ ਲਾਣਾ ਵੀ ਕਿੱਥੇ ਸਟੇਜ ਕਿੱਥੇ ਵੀ ਪ੍ਰਧਾਨ ਨੂੰ ਫੋਨ ਲਾਣਾ ਵੀ ਸਟੇਜ ਕਿੱਥੇ ਕਿਧਰ ਆਣਾ ਮੈਂ ਜਿਹੜੇ ਮੈਨੂੰ ਬੁਲਾਇਆ ਹੋਣਾ ਤੇ ਉਹ ਨੋਰਮਲ ਗੱਲ ਕਹੇਗਾ ਹਨਾ ਮੁੰਡਿਆਂ ਨੂੰ ਭੇਜੇਗਾ ਵੀ ਜਾਓ ਉਥੇ ਇਟਲੀ ਵਾਲਾ ਗੱਡੀ 'ਚ ਬੈਠਾ ਜਾਓ ਨੂੰ ਲੈ ਕੇ ਆਓ ਸਟੇਜ ਤੱਕ ਤੇ ਉਹ ਬਾਡੀਗਾਰਡ ਜਾਂਦੇ ਨੇ ਪਰ ਇਹਦੇ 'ਚ ਉਹਨਾਂ ਦਾ ਕਸੂਰ ਕੋਈ ਨਹੀਂ ਹੈ ਸਮਝੇ ਗੱਲ ਇਨਫਲੂਐਂਸਰਾਂ ਦਾ ਯੂਟਿਊਬਰਾਂ ਦਾ ਇੰਸਟਾਗ੍ਰam ਇਹਨਾਂ ਚ ਇਹਨਾਂ ਦਾ ਕਸੂਰ ਨਹੀਂ ਹੈ ਅਗਰ ਪ੍ਰਧਾਨ ਜਾਂ ਉੱਥੇ ਦਾ ਜਿਹੜਾ ਟੂਰਨਾਮੈਂਟ ਕਰਾ ਰਹੇ ਨੇ ਉਹ ਦਿੰਦੇ ਨੇ ਬੋਡੀਗਾਰਡ ਪਰ ਜੇ ਕੋਈ ਨਾਲ ਲੈ ਕੇ ਜਾਂਦਾ ਜਿੱਦਾ ਦੀਪ ਮਠਾਰੂ ਫੀਲਿੰਗ ਚੱਕਣ ਦੇ ਆ ਸੀ ਨਾਲ ਆਪਣੇ ਵਿਆਹ ਤੇ ਬੋਡੀਗਾਰਡ ਲੈ ਕੇ ਉਹ ਚੀਜ਼ਾਂ ਮਾੜੀਆਂ ਨੇ ਤਾਂ ਹੁਣ ਬ੍ਰਾਊਨ ਕੁੜੀ ਦਾ ਮੈਨੂੰ ਪਤਾ ਹੈ ਬ੍ਰਾਊਨ ਕੁੜੀ ਨੇ ਆਪਣੀ ਉਹ ਬੋਡੀਗਾਰਡ ਲੈ ਗਈ ਉਹ ਬੋਡੀਗਾਰਡ ਨੂੰ ਪ੍ਰੋਵਾਈਡ ਕਰਾਇਆ ਗਿਆ ਨੇ ਟੂਰਨਾਮੈਂਟ ਵੱਲੋਂ ਇਸ ਗੱਲ ਕਰਕੇ ਵੀ ਦੇਖਣਾ ਪੈਣਾ ਸਾਨੂੰ ਕਿ ਕੌਣ ਆ ਤੇ ਭਾਜੀ ਚਲੋ ਭਾਈ ਬਰੌਂਗ ਕੁੜੀ ਦੀ ਆਪਾਂ ਗੱਲ ਕਰ ਲਈ ਤੇ ਇੱਕ ਭਾਈ ਹੁਣ ਤੁਹਾਡਾ ਨਾਮ ਹੈਗਾ ਇਸ ਟਾਈਮ ਤੁਹਾਡਾ ਨਾਮ ਅਸਲ ਚ ਕੀ ਹੈ ਮਨਿੰਦਰ ਤੁਹਾਡਾ ਨਾਮ ਹੈ ਮੰਨ ਲਓ ਮਨਿੰਦਰ ਤੁਹਾਡਾ ਨਾਮ ਹੈ ਤੁਹਾਨੂੰ ਮੈਂ ਸਵੇਰ ਨੂੰ ਉੱਠ ਕੇ ਕਹਾਂ ਤੁਹਾਡਾ ਨਾਮ ਮੈਂ ਅੱਜ ਤੋਂ ਮਨਿੰਦਰ ਨਹੀਂ ਤੁਹਾਡਾ ਨਾਮ ਅੱਜ ਤੋਂ ਮੈਂ ਲੈਣਾ ਜਤਿੰਦਰ ਤੇ ਤੁਹਾਨੂੰ ਕਿਦਾਂ ਦਾ ਫੀਲ ਹੋਊਗਾ ਕਿ ਮੇਰਾ ਨਾਮ ਹੈ ਮੇਰਾ ਸਾਰੇ ਪਾਸੇ ਮਨਿੰਦਰ ਮਨਿੰਦਰ ਨਾਮ ਹੈ ਤੇ ਅੱਜ ਸਵੇਰ ਉੱਠ ਕੇ ਮੇਰਾ ਨਾਮ ਜਤਿੰਦਰ ਹੋ ਗਿਆ ਤੁਹਾਨੂੰ ਕਿਦਾਂ ਦਾ ਫੀਲ ਹੋਊਗਾ ਯਾਰ ਜੇ ਤੇ ਮੈਂ ੱੱਕੇ ਨਾਲ ਰੱਖਦਾ ਕੋਈ ਮੇਰਾ ੱੱਕੇ ਨਾਲ ਆਫ ਕੋਰਸ ਮੈਨੂੰ ਮਾੜਾ ਲੱਗੇਗਾ ਪਰ ਜੇ ਮੇਰਾ ਨਾਮ ਛੋਟੇ ਹੁੰ ਜਤਿੰਦਰ ਤੇ ਫਿਰ ਮੇਰਾ ਵੱਡਾ ਹੋ ਕੇ ਨਮਿੰਦਰ ਪੈ ਗਿਆ ਤੇ ਕੋਈ ਸਾਲਾਂ ਬਾਅਦ ਮੈਨੂੰ ਜਤਿੰਦਰ ਕਹੇ ਮੈਨੂੰ ਖੁਸ਼ੀ ਹੋਵੇਗੀ ਕੋਈ ਮੇਰੇ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ ਆਇਆ ਕਿ ਇੰਡੀਆ ਦਾ ਨਾਮ ਬਦਲ ਕੇ ਭਾਰਤ ਰੱਖ ਲੱਗੇ ਮੈਨੂੰ ਪਤਾ ਤੂੰ ਕਿਹੜੇ ਪੁਆਇੰਟ ਤੇ ਆ ਲੱਗਾ ਵੇ ਫਰਜੀ ਬਾਜੀ ਤੇਰਾ ਭਰਾਇਆ ਵੀ ਨਹੀਂ ਆਇਆ ਪਰ ਨਹੀਂ ਕੋਈ ਮਾੜੀ ਗੱਲ ਨਹੀਂ ਫਰਜੀ ਬਾਜੀ ਭਾਰਤ ਨਾ ਹੋਣਾ ਵਾ ਮੈਨੂੰ ਨਹੀਂ ਕੋਈ ਮਾੜੀ ਗੱਲ ਲੱਗੀ ਵੈਸੇ ਤੈਨੂੰ ਸੱਚੀ ਗੱਲ ਦੱਸਾਂ ਹਰ ਬੰਦੇ ਦਾ ਆਪਣਾ opinion ਹੈ ਮੈਨੂੰ ਨਹੀਂ ਕੋਈ ਮਾੜੀ ਗੱਲ ਲੱਗੀ ਨਹੀਂ ਬڑے ਲੋਕ ਪੁਆਇੰਟ ਦੇ ਰਹੇ ਨੇ ਮੈਂ ਸਾਰੀ ਗੱਲ ਜਿਹਨਾਂ ਨੂੰ ਨਹੀਂ ਸਮਝਾਈ ਦੱਸਦਾ ਕਿ ਇੰਡੀਆ ਜਿਹੜਾ ਆਪਣਾ ਦੇਸ਼ ਹੈ ਵੈਸੇ ਤਾਂ ਇਹਨੂੰ ਕੋਈ ਭਾਰਤ ਕਹਿੰਦੇ ਨੇ ਆਪਣੇ ਪਾਸਪੋਰਟਾਂ ਤੇ ਵੀ ਆਧਾਰ ਕਾਰਡਾਂ ਦੇ ਉੱਤੇ ਵੀ ਲਿਖਿਆ ਹੁੰਦਾ ਭਾਰਤ ਸਰਕਾਰ ਤੇ ਨਾਲ ਇੰਡੀਆ ਲਿਖ ਦਿੰਦੇ ਨੇ ਪਰ ਹੁਣ ਕਹਿੰਦੇ ਨੇ ਕਿ ਇੰਡੀਆ ਵਿੱਚੋਂ ਨਾਮ ਬਿਲਕੁਲ ਹੀ ਚੱਕ ਦੇਣਾ ਕਿ ਆਪਣੇ ਦੇਸ਼ ਦੇ ਨਾਮ ਦੇ ਕਿਸੇ ਵੀ ਜਗ੍ਹਾ ਤੇ ਕਿਸੇ ਡਾਕੂਮੈਂਟ ਤੇ ਕਦੇ ਵੀ ਇੰਡੀਆ ਨਹੀਂ ਲਿਖਿਆ ਹੋਊਗਾ ਸਿਰਫ ਭਾਰਤ ਲਿਖਿਆ ਹੋਊਗਾ ਭਾਵੇਂ ਉਹ ਹਿੰਦੀ 'ਚ ਭਾਰਤ ਹੋਵੇ ਪੰਜਾਬੀ 'ਚ ਭਾਰਤ ਹੋਵੇ ਨਾਲ ਇੰਗਲਿਸ਼ 'ਚ ਵੀ ਭਾਰਤ ਹੀ ਲਿਖਿਆ ਹੋਊਗਾ ਇੰਗਲਿਸ਼ 'ਚੋਂ ਇੰਡੀਆ ਨਹੀਂ ਲਿਖਿਆ ਤੇ ਇਹਦੇ ਪਿਛੇ ਦਾ ਭਾਈ ਨੇ ਕਿਹਾ ਕੋਈ ਗਲਤ ਗੱਲ ਨਹੀਂ ਹੈ ਜੇ ਮੇਰਾ ਛੋਟੇ ਹੁੰਦਾ ਨਾਮ ਕੋਈ ਹੋਰ ਸੀ ਤੇ ਮੇਰਾ ਦੁਬਾਰਾ ਨਾਮ ਕੋਈ ਚੇਂਜ ਕਰ ਰਿਹਾ ਤੇ ਵਧੀਆ ਗੱਲ ਹੈ ਹੁਣ ਇੰਡੀਆ ਨਾਮ ਕਹਿੰਦੇ ਦਿੱਤਾ ਸਾਨੂੰ ਗੋਰਿਆ ਨੇ ਸਾਡਾ ਨਾਮ ਪਹਿਲਾਂ ਸੀਗਾ ਭਾਰਤੀ ਭਾਈ ਆਪਣੇ ਭਗਵਾਨ ਰਾਮ ਦੇ ਵੱਡੇ ਭਰਾ ਦਾ ਨਾਮ ਭਾਰਤ ਸੀ ਜੇ ਕੀ ਕਿਤੋਂ ਨਾਮ ਪਿਆ ਸੀ ਭਾਰਤ ਦਾ ਪਹਿਲਾਂ ਇਹ ਪਤਾ ਨਹੀਂ ਕਿੱਥੋਂ ਭਾਈ ਹਿਸਟਰੀ ਦਾ ਕਿ ਨਹੀਂ ਪਿਆ ਨਹੀਂ ਮੈਨੂੰ ਪਤਾ ਨਹੀਂ ਬਿਸ਼ਰ ਭਾਰਤ ਨਾਮ ਸੀ ਉਤੋਂ ਉਤੋਂ ਦਾ ਭਾਰਤ ਵਰਸ਼ ਜਾਂ ਭਰਤ ਵਰਸ਼ ਕੁਝ ਕਹਿੰਦੇ ਸੀ ਇਹਨੂੰ ਇਹਦਾ ਨਾਮ ਪਹਿਲਾਂ ਭਾਰਤੀ ਸੀਗਾ ਗੋਰਿਆ ਨੇ ਆਕੇ ਉਹਨਾਂ ਨੂੰ ਭਾਰਤ ਕੰਧ ਰੋਖਾ ਲੱਗਦਾ ਸੀ ਜਾਂ ਕੁਛ ਉਹਨਾਂ ਨੇ ਇੰਡਸ ਵੈਲੀ ਤੋਂ ਇਹਦਾ ਨਾਮ ਕਰਤਾ ਸੀਗਾ ਪਰ ਇੰਡੀਆ ਠੀਕ ਆ ਹੁਣ ਮੋਦੀ ਕਹਿੰਦਾ ਕਿ ਮੈਂ ਨਾਮ ਚੇਂਜ ਕਰਕੇ ਦੁਬਾਰਾ ਭਾਰਤ ਕਰ ਦੇਣਾ ਤੇ ਭਾਜੀ ਨੇ ਜਿੱਦਾ ਕਿਹਾ ਕਿ ਮੈਨੂੰ ਤਾਂ ਇਹ ਚ ਕੋਈ ਪ੍ਰੋਬਲਮ ਨਹੀਂ ਲੱਗਦੀ ਜੇ ਨਾਮ ਸਹੀ ਕਰ ਰਹੇ ਨੇ ਤਾਂ ਵਧੀਆ ਗੱਲ ਹੈ ਤੇ ਭਾਜੀ ਇਕੱਲਾ ਇੰਡੀਆ ਨਹੀਂ ਦੁਨੀਆ ਦੇ ਬਾਕੀ ਵੱਡੇ ਵੱਡੇ ਕੰਟਰੀਆਂ ਨੇ ਜਿੱਦਾਂ ਹਾਲੈਂਡ ਹੈ ਤੁਹਾਡੇ ਲੱਗিয়ে ਉਹਦਾ ਨਾਮ ਭਾਜੀ ਨੀਦਰਲੈਂਡ ਹੋ ਗਿਆ ਸ਼੍ਰੀਲੰਕਾ ਦਾ ਨਾਮ ਪਹਿਲਾਂ ਕੁਝ ਹੋਰ ਸੀ ਇਦਾਂ ਕਰਕੇ ਨਾਮ ਚੇਂਜ ਹੁੰਦੇ ਰਹਿੰਦੇ ਨੇ ਦੁਨੀਆ ਦੇ ਤੇ ਪਰ ਕਈ ਲੋਕ ਕਹਿ ਰਹੇ ਨੇ ਕਿ ਆਜ਼ਾਦੀ ਟਾਈਮ ਹੀ ਹੋ ਜਾਣਾ ਚਾਹੀਦਾ ਸੀ ਪਰ ਹੁਣੇ ਕਰ ਰਹੇ ਨੇ ਤੇ ਐਸਟੀਮੇਟ ਭਾਜੀ ਇਹ ਲਾਇਆ ਜਾ ਰਿਹਾ ਕਿ ਜੇ ਹਜੇ ਤਾਂ ਕੋਈ ਪੱਕਾ ਨਹੀਂ ਜੇ ਮੋਦੀ ਨਾਮ ਚੇਂਜ ਕਰਦਾ ਤਾਂ 14000 ਕਰੋੜ ਦਾ ਖਰਚਾ ਆਵੇਗਾ ਸਭ ਕੁਝ ਕਰਨ ਚ ਅੱਛਾ ਫਿਰ ਤੇ ਨੋਟਾ ਤੇ ਵੀ ਚੇਂਜ ਹੋਏਗਾ ਹਾਂ ਨੋਟ ਚੇਂਜ ਹੋਣਗੇ ਤੁਹਾਡੇ ਪਾਸਪੋਰਟ ਚੇਂਜ ਹੋਣਗੇ ਤੁਹਾਡੇ ਆਧਾਰ ਕਾਰਡ ਚੇਂਜ ਹੋਣਗੇ ਤੁਹਾਡੇ ਡਰਾਈਵਿੰਗ ਲਾਇਸੈਂਸ ਚੇਂਜ ਹੋਣਗੇ ਇੱਕਦਮ ਨਹੀਂ ਸਾਰਾ ਕੁਝ ਤੁਹਾਨੂੰ ਪਤਾ ਜੇ ਇਹੋ ਜਿਹੀ ਚੀਜ਼ ਕਰਦੇ ਟਾਈਮ ਨੂੰ ਹੋਲੀ ਲੱਗੂਗਾ ਪਰ ਹਾਂ ਟੋਟਲ ਐਸਟੀਮੇਟ 14000 ਕਰੋੜ ਰੁਪਏ ਦਾ ਹੂੰ ਪਰ ਸਾਡੇ ਇੱਥੇ ਬੜਾ ਅਜੀਬ ਜਿਹਾ ਸਿਸਟਮ ਹੋ ਜਾਂਦਾ ਫਿਰ ਯੂਰਪ ਦੇ ਵਿੱਚ ਕਿਉਂਕਿ ਯੂਰਪ ਇਹ ਨਾ ਜਿਹੜਾ ਫਰੈਂਚ ਭਾਸ਼ਾ ਇਟਾਲੀਅਨ ਭਾਸ਼ਾ ਡੱਚ ਭਾਸ਼ਾ ਇਹ ਆਪਣੇ ਲਫ਼ਜ਼ ਕੱਢਦੇ ਨੇ ਮਤਲਬ ਹੁਣ ਪੰਜਾਬੀ 'ਚ ਪੰਜਾਬੀ 'ਚ ਸਾਈਕਲ ਨੂੰ ਕੀ ਕਹਿੰਦੇ ਨੇ ਰਸ਼ੀ ਭਾਜੀ ਸਾਈਕਲ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਸਾਈਕਲ ਨੂੰ ਸਾਈਕਲ ਹੀ ਕਹਿੰਦੇ ਬਈ ਬਹੁਤ ਜ਼ੋਰ ਦਾ ਕੁਝ ਨਹੀਂ ਕਹਿੰਦੇ ਸਾਈਕਲ ਨੂੰ ਸਾਈਕਲ ਹੀ ਕਹਿੰਦੇ ਅਸੀਂ ਪੰਜਾਬੀ 'ਚ ਉਹਦੀ ਟ੍ਰਾਂਸਲੇਟ ਕੀਤੀ ਸਾਡੇ ਵੱਡ-ਵਡੇਰਿਆਂ ਨੇ ਸਾਈਕਲ ਦੀ ਨਹੀਂ ਕੀਤੀ ਪਰ ਯੂਰਪ 'ਚ ਇਦਾਂ ਨਹੀਂ ਐ ਯੂਰਪ 'ਚ ਜਿੱਦੂ ਵੀ ਕੋਈ ਅੰਗਰੇਜ਼ੀ ਦਾ ਜਾਂ ਕੋਈ ਬਾਹਰ ਦਾ ਲਫ਼ਜ਼ ਆਂਦਾ ੜਾ ਉਹ ਉਹਦੀ ਟ੍ਰਾਂਸਲੇਟ ਕਰਦੇ ਨੇ ਤੇ ਇਹਨੂੰ ਅਸੀਂ ਆਪਣੀ ਭਾਸ਼ਾ 'ਚ ਕਿੱਦਾਂ ਕਹਿਣਾ ਹੈ ਜਿੱਦਾਂ ਇੰਡੀਅਨ ਨੂੰ ਕਹਿੰਦੇ ਸੀ ਇਟਾਲੀਅਨ 'ਚ ਇੰਦੀਆ ਨੂੰ ਡੱਚ 'ਚ ਕਹਿੰਦੇ ਸੀ ਇੰਦੀਸ਼ ਸਮਝਿਆ ਗੱਲ ਤੇ ਹੁਣ ਭਾਰਤ ਆ ਜਾਣਾ ਹੁਣ ਭਾਰਤ ਨੂੰ ਵੀ ਇਹ ਕਿਆ ਕਰਨਗੇ ਕੁਝ ਬਰਤਿਆਨੋ ਸ਼ਾਇਦ ਕਿਆ ਕਰਨ ਇਟਾਲੀਅਨ 'ਚ ਬਰਤਿਆਨੋ ਹਮੇ ਕੁਝ ਕਹਿਣਗੇ ਕੱਢਣਗੇ ਦਾ ਕੋਈ ਬਰਤਿਆਨੋ ਹਾਂ ਸਮਝਿਆ ਗੱਲ ਪੰਜਾਬ ਵਾਪਸ ਆਣਾ ਦਿੱਲੀ ਤੋਂ ਤਦ ਪੰਜਾਬ ਆਪਸੇ ਲੈ ਕੇ ਚਲਦੇ ਆ ਕਿਹੜੀ ਗੱਲ ਹੈ ਜਸਕਰਨ ਸਿੰਘ ਖਾਲੜਾ ਪਿੰਡ ਤੂੰ ਜਿੱਤ ਗਏ ਨੇ ਕਰੋੜ ਰੁਪਇਆ ਤੇ ਉਹਦੇ ਪਿੱਛੇ بڑے ਮੰਤਰੀ ਅੱਜ ਕੱਲ ਫੋਟੋਆਂ ਖਿਚਾਣ ਜਾਂਦੇ ਨੇ ਬੱਬ ਯਾਰ ਬੰਦੇ ਕੋਲ ਕਰੋੜ ਰੁਪਇਆ ਕਿ ਆ ਗਿਆ ਉਹਦੇ ਨਾਲ ਮੱਖੀਆਂ ਵਾਂਗੂ ਚਿਪੜ ਗਏ ਨੇ ਮੰਤਰੀ ਉੱਥੇ ਤੇ ਐਮ ਐਲ ਆਂਦੇ ਨੇ ਉਹਦੇ ਕੋਲ ਯਾਰ ਵੇਖ ਹੈ ਸਾਰੀ ਪੈਸੇ ਦੀ ਗੇਮ ਹੈ ਨਹੀਂ ਵੈਸੇ ਮੋਟੇ ਨੇ ਵਧੀਆ ਕੀਤਾ ਜੂਥ ਅੱਗੇ ਐਗਜ਼ੈਂਪਲ ਸੈੱਟ ਕੀਤੀ ਹੈ ਕਿ ਤੁਸੀਂ ਇੱਧਰਲੇ ਪਾਸੇ ਆਓ ਜਰਨਲ ਨੌਲੇਜ ਨਾਲੇ ਵੀ ਬੰਦਾ ਆਪਣੇ ਦਿਮਾਗ ਨਾਲ ਬਹੁਤ ਪੈਸੇ ਜਿੱਤ ਸਕਦਾ ਵੇ ਇਦਾਂ ਮਾਰਗੀ ਗੱਲ ਹੈ ਨਾ ਉਹਨੇ ਚੰਗੀਆਂ ਚੀਜ਼ਾਂ ਵੇਖੀਆਂ YouTube ਤੇ ਕਿਤਾਬਾਂ ਪੜ੍ਹੀਆਂ ਅਗਲੇ ਨੇ ਕਰੋੜ ਰੁਪਏ ਜਿੱਤ ਲਿਆ ਅੱਛਾ ਤੁਰ ਸੱਚਮੇਂ ਗੱਲ ਦੱਸ ਸੈਥੂ ਮੈਨੂੰ ਗੱਲ ਜਿਆਦਾ ਆਈ ਅਗਰ ਕਿਸੇ ਨੂੰ ਵੀ ਕੋਈ ਕੁਐਸਚਨ ਆਵੇ ਨਾ ਕਿ ਦੁਨੀਆ ਦਾ ਪਹਿਲਾ ਜਿਹੜਾ ਕੌਣ ਬਣੇਗਾ ਕਰੋੜਪਤੀ ਸੀ ਉਹ ਕੌਣ ਸੀ ਤੇ ਉਹਦਾ ਨਾਂ ਸੀ ਜੋਨ ਕਾਰਪੈਂਟਰ ਕਿਉਂਕਿ ਅਮਰੀਕਾ ਨੇ ਸ਼ੋ ਸ਼ੋ ਸ਼ੁਰੂ ਕੀਤਾ ਸੀ ਨਾ ਇੰਡੀਆ 'ਚ ਤੇ ਬਾਅਦ ਚ ਆਇਆ ਪਹਿਲਾ ਅਮਰੀਕਾ 'ਚ ਸ਼ੋ ਬਣਿਆ ਸੀ ਤੇ ਉਹਦਾ ਪਹਿਲਾ ਵਿਨਰ ਸੀ ਜੋਨ ਕਾਰਪੈਂਟਰ ਤੇ ਉਹ ਉਹਦੀ YouTube ਤੇ ਉਵੀ ਪਈ ਇਹ ਵੀਡੀਓ ਜਿਹਦੋ ਜਿੱਤਿਆ ਸੀ 1999 ਦੀ ਗੱਲ ਏ ਤੇ ਜਦੋਂ ਉਹ ਜਿੱਤਿਆ ਨਾ ਜਦੋਂ ਉਹਨੂੰ ਲਾਸਟ ਕੁਐਸਚਨ ਪੁੱਛਿਆ ਨਾ 1 ਮਿਲੀਅਨ ਵਾਲਾ ਤੇ ਉਹਨੇ ਕਿਹਾ ਮੈਂ ਲਾਈਫ 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 ਲਾਈਨ ਲੈਣਾ ਚਾਹਨਾ ਵਾ ਤੇ ਉਹਨਾਂ ਨੇ ਕਿਹਾ ਠੀਕ ਏ ਉਹਨੇ ਕਿਹਾ ਮੈਂ ਆਪਣੇ ਡੈਡੀ ਨੂੰ ਫੋਨ ਮਲਾਣਾ ਚਾਹਨਾ ਉਹਨੇ ਉਹਨਾਂ ਨੇ ਕਿਹਾ ਠੀਕ ਏ ਉਹਨੇ ਡੈਡੀ ਆਪਣੇ ਨੂੰ ਫੋਨ ਲਾਇਆ ਉਹਨਾਂ ਨਾਲ ਸਾਰਿਆਂ ਦਾ ਸੋਚਣ ਦਾ ਮਤਲਬ ਇਹ ਪੁੱਛੇਗਾ ਕੋਈ ਸਵਾਲ ਉਹਨੇ ਕਿਹਾ ਡੈਡੀ ਉਹਨੇ ਕਿਹਾ ਡੈਡੀ ਮੈਂ ਤੁਹਾਨੂੰ ਖੁਸ਼ ਖ਼ਬਰੀ ਦੱਸਣਾ ਚਾਹਨਾ ਕਿ ਤੁਹਾਡਾ ਪੁੱਤਰ ਮਿਲੀਅਨਰ ਬਣ ਗਿਆ ਤੇ ਉਹ 호ਸਟ ਨੂੰ ਸਮਝ ਲੱਗੀ ਵੀ ਇਹਨੂੰ ਕੁਐਸਚਨ ਆਉਂਦਾ ਹੈ ਉੱਤਰ ਦਾ ਪਤਾ ਹੈ ਅੱਛਾ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਮੈਂ ਦੇਖਿਆ ਜਦੋਂ ਐਪੀਸੋਡ ਮੁੰਡੇ ਦਾ ਜਿਹੜਾ 1 ਕਰੋੜ ਵਾਲਾ ਕੁਐਸਚਨ ਸੀ ਨਾ ਕਿ ਇੰਡੀਆ ਜਦੋਂ ਕਲਕੱਤਾ ਤੋਂ ਦਿੱਲੀ ਰਾਜਸਥਾਨੀ ਆਈ ਇੰਡੀਆ ਦੀ ਉਦੋਂ ਵਾਇਸਰॉय ਕੌਣ ਸੀ ਇੰਡੀਆ ਦਾ ਉਸ ਟਾਈਮ ਤੇ ਭਾਜੀ ਜੈਨੂਨ ਗੱਲ ਹੈ ਸੱਚੀ ਗੱਲ ਹੈ ਮੈਂ ਉਹ ਕੁਐਸਚਨ ਨਹੀਂ ਮੈਂ ਉਹ ਦੋ ਥੋੜੇ ਦੋ ਤਿੰਨ ਵੀਕ ਪਹਿਲਾਂ ਇਹ ਵੀਡੀਓ ਦੇਖੀ ਸੀ ਜਦੋਂ ਕਲਕੱਤਾ ਤੋਂ ਇੰਡੀਆ ਦੀ ਰਾਸਤਾਨੀ ਚੇਂਜ ਹੋਈ ਸੀ ਮੈਨੂੰ ਉਹ ਕੁਐਸਚਨ ਦਾ ਜਵਾਬ ਪਤਾ ਸੀ 1 ਕਰੋੜ ਵਾਲੇ ਦਾ ਯਾਰ ਓਏ ਹੋਏ 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 ਫਰੈਂਚੀ ਭਾਜੀ ਇਹਦਾ ਮਤਲਬ ਕਿ ਜੇ ਤੈਨੂੰ ਇੱਕ ਕਵਾਚੜ ਆਂਦਾ ਹੈ ਤੇ ਤੈਨੂੰ ਕੋਣ ਬਣੇਗਾ ਕਰੋੜਪਤੀ ਚ ਭੇਜਦੀ ਹੈ ਹੁਣ ਹੈ ਉਹ ਇੱਥੇ ਢੀ ਮਿਹਨਤ ਕਰਕੇ ਬੈਠਾ ਤੈਨੂੰ ਇੱਕ ਇੱਕ ਸਵਾਲ ਦਾ ਜਵਾਬ ਆਦਾ ਸੀ ਤੇ ਮੈਂ ਉਹ ਵਾ ਯਾਰ ਰਹਿ ਗਿਆ ਕਰੋੜਪਤੀ ਬਣ ਨਹੀਂ ਵੈ ਮੈਂ ਤੁਹਾਨੂੰ ਦੱਸਦਾ ਉਹ ਮੁੰਡੇ ਨੇ ਮੁੰਡੇ ਨੇ ਗੱਲ ਕਲੀਅਰ ਕੀਤੀ ਆ ਵੈ ਕਈ ਲੋਕੀ ਸੋਚਦੇ ਹੋਣੇ ਕਿ ਆਪਾਂ ਇੱਕ ਰੀਡਿਸ਼ਨ ਦਿੱਤਾ ਸਾਨੂੰ ਐਂਟਰੀ ਮਿਲ ਜਾਣੀ ਸਿੱਧੀ ਕੋਣ ਬਣੇਗਾ ਕਰੋੜਪਤੀ ਜੇ ਪਰ ਅਗਲੇ ਨੇ ਦੱਸਿਆ ਮੈਂ ਪਿਛਲੇ 4 ਸਾਲ ਤੋਂ ਕਹਿੰਦਾ ਬੰਬੇ ਜਾ ਰਿਹਾ ਵਾ ਪਿਛਲੇ 4 ਸਾਲਾਂ ਤੋਂ ਮੇਰੀ ਇੰਟਰਵਿਊ ਹੁੰਦੀ ਐ ਐਡੀਸ਼ਨ ਹੁੰਦੀ ਕਦੇ ਕਦੇ ਮੈਂ ਖੇਚੇ ਰਹਿ ਜਾਂਦਾ ਸੀ ਤੇ ਇਹ ਪ੍ਰੋਸੈਸ ਬੜਾ ਲੰਬਾ ਆ ਕੋਣ ਬਣੇਗਾ ਕਰੋੜਪਤੀ ਉਹਦੀ ਸੀਟ ਤੇ ਬਹਿਣ ਦਾ ਤੇ ਮੁੰਡਾ ਜਿੱਤ ਕੇ ਆਇਆ ਤੇ ਸਾਰੇ ਇਦਾਂ ਵੇਖ ਰਹੇ ਨੇ ਜਿਦਾ ਬਿੱਲੀ ਨਹੀਂ ਭੁੱਖੀ ਬਿੱਲੀ ਨਹੀਂ ਦੁੱਧ ਦਾ ਲਵੇਦੀ ਕਿ ਕਦੋਂ ਮਾਲਕ ਇੱਧਰ ਉੱਧਰ ਜਾਵੇ ਤੇ ਮੈਂ ਜਾ ਕੇ ਦੁੱਧ ਪੀਵਾਂ ਅੱਛਾ ਪਿਛੇ ਵੀ ਲੱਗੇ ਪਏ ਨੇ ਹਾਂ ਤੇ ਫਰਸ਼ੀ ਭਾਜੀ ਇਸ ਮੁੰਡੇ ਤੂੰ ਨਾ ਕਈ ਲੋਕੀ ਇਤਰਾਜ਼ ਵੀ ਕਰ ਰਹੇ ਨੇ ਕਿਉਂਕਿ ਇਹ ਖਾਲੜਾ ਪਿੰਡ ਤੂੰ ਜਿੱਥੇ ਤੇ ਜਸਵੰਤ ਸਿੰਘ ਖਾਲੜਾ ਸੀ ਤੇ ਇਹ ਕਹਿ ਰਹੇ ਨੇ ਜਦੋਂ ਅਮਤਾਬਚੇ ਨੇ ਪੁੱਛਿਆ ਨਹੀਂ ਆ ਤੁਸੀਂ ਕਿੱਥੋਂ ਹੋ ਤੇ ਇਹਨੇ ਕਿਹਾ ਮੈਂ ਤਰਨ ਤਰਨ ਦੇ ਕੋਲ ਪਿੰਡ ਪੈਂਦਾ ਖਾਲੜਾ ਤੇ ਮਤਲਬ ਕਿ ਕਈ ਬੰਦੇ ਕਹਿੰਦੇ ਪਏ ਨੇ ਇਹਨੇ ਜਸਵੰਤ ਸਿੰਘ ਖਾਲੜਾ ਦਾ ਕਿਉਂ ਨਹੀਂ ਨਾਂ ਲਿਆ ਵੀ ਮੈਂ ਉਹਨਾਂ ਦੇ ਪ ਤੇ ਕਈ ਲੋਕ ਮੇਰੇ ਮੁਤਾਬਕ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਮੁੰਡੇ ਨੇ ਕਿਹਾ ਹੋਵੇ ਕਿ ਮੈਂ ਜਸਵੰਤ ਸਿੰਘ ਖਾਲੜਾ ਦੇ ਪਿੰਡ ਤੋਂ ਉਹਨਾਂ ਨੇ ਸ਼ੋਅ 'ਚ ਐਡਿਟ ਕਰਤਾ ਹੋਵੇ। ਇਹ ਵੀ ਹੋ ਸਕਦਾ ਫਿਰ ਅੱਛਾ ਭਾਜੀ। ਨਹੀਂ ਕਰ ਦਿੰਦੇ ਭਾਜੀ ਐਡਿਟ ਕਰ ਦਿੰਦੇ ਐਡਿਟ ਕਰ ਦਿੰਦੇ ਹਰ ਹਾਲ 'ਚ ਕਰ ਦਿੰਦੇ ਆਏ। ਪਿੱਛੇ ਜਿਹੜਾ ਬਿਗਬਸ ਚੱਲਿਆ ਸੀ ਨਾ ਉਹ 'ਚ ਵੀ ਐਮਸੀ ਸਟੈਂਡ ਜਿਹੜਾ ਸੀ ਆਇਆ ਸੀ ਉਹ ਤੁਹਾਨੂੰ ਪਤਾ ਮੁਸਲਿਮ ਧਰਮ ਦਾ ਹੈ। ਉਹਨਾਂ ਨੇ ਨਾ ਇਕੱਲੇ-ਇਕੱਲੇ ਨੂੰ ਪੁੱਛਿਆ ਕਿ ਤੁਹਾਡੀ ਕੀ ਕੀ ਵਿਸ਼ਾ ਤੁਸੀਂ ਜਿੱਤ ਕੇ ਕੀ ਕਰੋਗੇ। ਜਿਹੜੇ ਬਾਕੀ ਸੀਗੇ ਉਹ ਉਹਨਾਂ ਨੇ ਦਿਖਾਤੇ ਕਿਉਂਕਿ ਬਿਗਬਸ ਲਾਈਵ ਵੀ ਚੱਲਦਾ ਹੈ। ਤੇ ਐਮਸੀ ਨੇ ਕਿਹਾ ਸੀ ਕਿ ਮੈਚ ਉਹਨਾਂ ਆਪਣੀ ਉਹ ਜਿਹੜਾ ਇਹਨਾਂ ਦਾ ਮੇਨ ਸਥਾਨ ਹੈ ਜਾਂ ਹੱਜ ਹੈ ਜਾਂ ਕਿਤੇ ਹਨ ਮੈਂ ਆਪਣੇ ਮਾਪਿਆਂ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਮੱਕਾ ਜਾਂ ਕੀ ਮੈਂ ਗਲਤ ਨਹੀਂ ਤੇ ਮੱਕਾ ਕਹਿੰਦੇ ਉਹਨੂੰ ਕੀ ਕਹਿੰਦੇ ਆ ਮੱਕਾ ਮਦੀਨਾ ਮੱਕਾ ਕਹਿੰਦੇ ਆ ਨਾ ਹਾਂ ਮੱਕਾ ਮਦੀਨਾ ਮੈਂ ਆਪਣੇ ਮਾਪਿਆਂ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਵਾ ਤੇ ਬਾਕੀ ਸਾਰਿਆਂ ਨੂੰ ਦਿਖਾਤਾ ਤੇ ਐਮਸੀ ਤੇ ਅਬਦੂ ਵੀ ਮੁਸਲਮਾਨ ਸੀ ਉਹਨਾਂ ਤੋਂ ਬੰਦਾ ਦਿਖਾਇਆ ਨਹੀਂ ਹੁਣ ਕਿ ਇਹ ਕੱਟਕੁੱਟ ਕਰ ਦਿੰਦੇ ਨੇ ਇਹ ਇਹ ਜਿਹੜੇ ਇੰਡਸਟਰੀ ਵਾਲੇ ਤੇ ਹਾਂ ਬਧਾਈਆਂ ਹੁਣ ਪ੍ਰਾਜੈਸ ਕਰਨ ਸਿੰਘ 1 ਕਰੋੜ ਜਿੱਤ ਗਿਆ 1 ਕਰੋੜ ਚੋਂ ਤੁਹਾਨੂੰ 70 ਲੱਖ ਮਿਲਣਾ 30 ਲੱਖ ਗਵਰਨਮੈਂਟ ਨੇ ਕਮਾ ਲਿਆ ਤੁਹਾਨੂੰ ਪਤਾ ਕੱਟ ਲੈਂਦੀ ਗਵਰਨਮੈਂਟ 30 ਲੱਖ ਕੱਟ ਲੈਂਦੀ ਗਵਰਨਮੈਂਟ ਬਿਲਕੁਲ ਬਿਲਕੁਲ ਫਰਸ਼ੀ ਪਾਜੀ ਅੱਛਾ ਫਰਸ਼ੀ ਪਾਜੀ ਇਹ ਗੱਲ ਦਾ ਪਤਾ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਸਾਇੰਸ ਵਾਲਾ ਵੱਧ ਜੀਏ ਥੋੜੀ ਜਿਹੀ ਸਾਇੰਸ ਦੀਆਂ ਵੀ ਗੱਲਾਂ ਪਤਾ ਕਰ ਲਈਏ ਇਹ ਆਪਾਂ بڑے ਛੋਟੇ ਹੁੰਦੇ ਸੁਣਦੇ ਆ ਰਹੇ ਆ ਕਿ ਉੱਡਣ ਵਾਲੀ ਕਾਰ ਉੱਡਣ ਵਾਲੀ ਕਾਰ ਉੱਡਣ ਵਾਲੀ ਕਾਰ ਫਾਈਨਲੀ ਉੱਡਣ ਵਾਲੀਆਂ ਕਾਰਾਂ ਆ ਰਹੀਆਂ ਨੇ 2025 ਚ ਸਰਟੀਫਿਕੇਟ ਇਹ FAE ਜਿਹੜੀ ਅਮਰੀਕਾ ਦੀ ਜਿਹੜੀ ਪਾਸ ਕਰਦੀ ਹੋਣੀ ਹੈ ਉਡਣ ਵਾਲੀ ਕਾਰਾਂ ਉਹਨਾਂ ਨੇ ਸਰਟੀਫਿਕੇਟ ਦੇ ਦਿੱਤਾ ਹੈ ਜਾਨੀ ਕਿ ਹੁਣ ਕਾਰਾ ਉੱਡ ਵੀ ਸਕਦੀ ਹੈ 2025 ਚ ਜੀ ਫ੍ਰੈਸ਼ੀ ਭਾਜੀ ਕੀ ਕਿਹੜਾ ਤੁਹਾਡੇ ਉੱਤੇ ਕਿੱਦਾਂ ਮੇਰਾ ਭਰਾ ਪਹਿਲੀ ਵਾਰੀ ਵਿੱਚ ਬੈਠ ਕੇ ਕੀ ਮਹਿਸੂਸ ਹੋਵੇਗਾ ਤੈਨੂੰ ਫ੍ਰੈਸ਼ੀ ਮੇਰਾ ਭਰਾ ਮੈਨੂੰ ਉਡਣ ਵਾਲੀਆਂ ਕਾਰਾਂ ਜਿਹੜੀਆਂ ਆ ਰਹੀਆਂ ਨੇ ਤੇ ਵਧੀਆ ਕਨਸੈਪਟ ਹੈ ਵੈਸੇ ਤਾਂ ਆਪਾਂ ਬੜੇ ਚਿਰ ਦੇ ਸੁਣ ਰਹੇ ਹਾਂ ਕਿ 2000 ਚ ਆ ਕੇ ਲੋਕੀ ਉੱਡਿਆ ਕਰਨਗੇ ਸਮਾਨ ਚ ਪਰ ਫਾਈਨਲੀ ਇਹ ਕੱਢ ਰਹੇ ਨੇ ਇੱਕ ਕਾਰ ਦਾ ਨਾਮ ਸ਼ਾਇਦ ਹੈਗਾ ਐਲਫ ਹੈ ਨਾ ਈ ਏ ਐਲ ਐਫ ਕੁਛ ਇਹਦਾ ਨਾਮ ਹੈਗਾ ਤੇ ਅਮਰੀਕਾ ਨੇ ਅਪਰੂਵਲ ਦੇਤੀ ਆ ਤੇ ਭਾਈ ਤੁਸੀਂ ਕਹਿ ਰਹੇ ਕਿੰਦਾ ਦਾ ਮਹਿਸੂਸ ਹੋਊਗਾ ਵੈਸੇ ਤਾਂ ਜੇ ਸੋਚਿਆ ਜਾਵੇ ਜੇ ਇਮੇਜਿਨ ਕੀਤਾ ਜਾਵੇ ਕਿ ਮੰਨ ਲਓ ਮੈਂ ਜਾਣਾ ਆਪਣੇ ਪਿੰਡ ਤੋਂ ਦੂਜੇ ਮੰਨ ਲਾ ਆਪਣੇ ਨਾਨਕੇ ਜਾਣਾ ਜਾਂ ਮਾਸੀ ਪਿੰਡ ਜਾਣਾ ਤਾਂ ਮੈਂ ਬਸ ਚੱਕਣਾ ਹੈ ਨਾ ਗੱਡੀ ਮਾਰਨੀ ਸਲ ਮਾਰਨਾ ਗੱਡੀ ਹਵਾ ਜੜਾ ਕੇ ਕੋਈ ਰੋਡ ਰੂਟ ਨਹੀਂ ਕੋਈ ਕੁਛ ਨਹੀਂ ਸਿੱਧਾ ਗੱਡੀ ਜਾ ਕੇ ਮਾਸੀ ਦੇ ਪਿੰਡ ਟਾਰੂੰਗਾ ਜਾਂ ਮਾਮੇ ਦੇ ਪਿੰਡ ਤਾਰੂੰਗਾ ਪਰ ਇੰਨਾ ਸੋਖਾ ਵੀ ਨਹੀਂ ਹੈ ਕਿਉਂਕਿ ਗੱਡੀ ਦਾ ਜਿਹੜਾ ਪ੍ਰਾਈਸ ਹੈ ਨਾ ਜਿਹੜੀ ਗੱਡੀ ਦਾ ਮੁੱ ਉਹ 3 ਲੱਖ ਅਮਰੀਕਨ ਡਾਲਰ ਤੋਂ ਸ਼ੁਰੂ ਹੋਣਾ ਹੈ ਮਤਲਬ ਕਿ ਇੰਡੀਆ ਦੇ 1.5 ਕਰੋੜ ਰੁਪਏ ਕਈ ਕਿ ਅਮੀਰ ਬੰਦੇ ਲੈ ਵੀ ਲੈਣਗੇ ਤੇ ਤੁਸੀਂ ਕਿਦਾਂ ਦੱਸ ਰਹੇ ਸੀ ਕਿ ਇਹਦੇ ਵੀ ਕੋਈ ਮੈਪ ਹੋਣੇ ਨੇ ਕਿ ਇਦਾਂ ਨਹੀਂ ਕਿ ਜਿੱਧਰੋਂ ਮਰਜ਼ੀ ਗੱਡੀ ਡਾ ਕੇ ਲੈ ਜਾਓ ਇਹਦਾ ਵੀ ਕੋਈ ਨਕਸ਼ਾ ਹੋਣਾ ਹੈ ਹੋਰ ਬਿਲਡਿੰਗਾਂ 'ਚ ਗੱਡੀ ਮਾਰੀ ਹੋਏ ਬੰਦੇ ਨੇ ਜਾ ਕੇ ਇਹਦਾ ਵੀ ਕੋਈ ਨਕਸ਼ਾ ਹੋਣਾ ਹੈ ਮੈਂ ਕੀ ਹਸਤਾ ਮੈਂ ਆਹੋ ਇਹ ਮਤਲਬ ਕਿ ਸੜਕ ਉੱਤੇ ਉੱਡ ਸਕਦੀਆਂ ਯਾਰ ਜਿੱਥੇ-ਜਿੱਥੇ ਸੜਕ ਹੈ ਨਾ ਉੱਥੇ-ਉੱਥੇ ਉੱਡ ਸਕਦੀਆਂ ਇਹ ਨਹੀਂ ਤੂੰ ਖੇਤਾਂ ਦੇ ਉੱਪਰੋਂ ਕੱਟ ਕੇ ਲੈ ਜਾਓ ਜਾਂ ਲੋਕਾਂ ਦੇ ਘਰਾਂ ਦੇ ਉੱਪਰੋਂ ਕੱਟ ਕੇ ਲੈ ਜਾਓ ਇਦਾਂ ਤੁਸੀਂ ਇਹ ਦੱਸ ਸਕਦੇ ਹੋ ਇਹ ਹਜੇ ਤੱਕ ਇਦਾਂ ਦਾ ਕਨਸੈਪਟ ਹੈ ਤੇ 2025 ਚ ਪਹਿਲੀ ਗੱਡੀ ਆ ਜਾਣੀ ਹੈ ਤੇ ਅੱਛੀ ਹੈ ਵੇਖੋ ਇੱਕ ਮੁੰਡਾ ਵੀ ਟਿਕਟੋਕ ਤੇ ਡਾਕਟਰ ਕਮਲਜੀਤ ਸਿੰਘ ਉਹਨੇ ਇੱਕ ਬੜਾ ਮੁੱਦਾ ਚੱਕਿਆ ਆਵੇ ਕਿ ਜਿਹੜੀ ਸਾਡੀ ਧਰਤੀ ਨਹੀਂ ਹੈ ਇਹ ਗੋਲ ਨਹੀਂ ਹੈ ਇਹ ਚਪਟੀ ਹੈ ਜਾਨੀ ਕਿ ਜਿੱਦਾ ਪਲੇਟ ਨਹੀਂ ਹੁੰਦੀ ਥਾਲੀ ਹੈ ਇਦਾਂ ਦੀ ਹੈ ਤੇ ਤੈਨੂੰ ਲੱਗਦਾ ਫਰਸ਼ੀ ਭਾਜੀ ਕਿ ਸਾਡੀ ਧਰਤੀ ਜਿਹੜੀ ਫਲੈਟ ਹੈ ਨਹੀਂ ਭਾਈ ਮੈਨੂੰ ਤਾਂ ਜਿਹੜਾ ਤੁਸੀਂ ਕਹਿ ਰਹੇ ਨੇ ਕਵਲਪ੍ਰੀਤ ਜਾਂ ਕੁਛ ਵੀ ਉਹਨੇ ਵੈਸੇ ਤਾਂ ਬੁੱਕ ਲਿਖੀ ਐ ਇੱਕ ਵੈਕਸੀਨਵਾਰ ਵੀ ਜਾਂ ਕੁਛ ਵੀ ਮੈਨੂੰ ਲੱਗਦਾ ਨਾਲ ਉਹਦੇ ਡਾਕਟਰ ਲੱਗਦਾ ਨਾ ਨਾ ਦੇ ਨਾਲ ਉਹਦੇ ਡਾਕਟਰ ਵੀ ਲੱਗਦਾ ਮੈਨੂੰ ਪਤਾ ਨਹੀਂ ਡਾਕਟਰ ਜਾਂ ਉਹਨੇ ਆਪਣੇ ਸ਼ੌਂਗੜਾ ਲਾ ਲਿਆ ਜਾਂ ਕੁਛ ਵੀ ਕਿ ਤੁਸੀਂ ਇੰਨੀ ਸਟੱਡੀ ਕਰਕੇ ਇਹੋ ਜੀ ਗੱਲ ਹਜੇ ਵੀ ਕਹਿ ਰਹੇ ਹੋ ਕਿ ਧਰਤੀ ਚਪਟੀ ਐ ਸੂਰਜ ਤੇ ਤਾਰੇ ਆਲੇ ਦੁਆਲੇ ਘੁੰਮਦੇ ਨੇ ਤੇ ਚੰਦਰਮਾ ਦਾ ਕੋਈ ਲੈਂਡ ਨਹੀਂ ਕਰ ਸਕਦਾ ਸੂਰਜਿਤ ਕੋ ਲੈਂਡ ਨਹੀਂ ਕਰ ਸਕਦਾ ਉਹ ਦੀਪਕ ਨੇ ਰੋਸ਼ਨੀ ਦੇ ਪ੍ਰਤੀਕ ਨੇ ਇਦਾਂ ਉਦਾਂ ਦੀ ਗੱਲਾਂ ਮੈਂ ਕਹਿੰਨਾ ਭਾਜੀ ਟੈਲੀਸਕੋਪ ਹੁੰਦਾ ਹੈ ਅਮਾਜ਼ੋਨ ਤੋਂ 40 ਡਾਲਰ ਦਾ ਠੀਕ ਆ ਮਨ ਦੇ ਦੁਨੀਆ ਨੇ ਸਾਨੂੰ ਧੋਖਾ ਦਿੱਤਾ ਲੋਕਾਂ ਨੇ ਸਾਨੂੰ ਝੂਠ ਬੋਲਿਆ ਮੇਰਾ ਵੀਰ ਕਦੇ ਸਾਫ਼ ਰਾਤ ਚ 40 ਡਾਲਰ ਖਰਚ ਤੇ ਟੈਲੀਕੋ ਟੈਲੀਸਕੋਪ ਲਾ ਤੇ ਕਦੇ ਸਮਾਨ ਵਾਲ ਨੂੰ ਦੇਖ ਤੇਰੀ ਅੱਖਾਂ ਦੇ ਨਹੀਂ ਧੋਖਾ ਦੇਰੀਆਂ ਤੈਨੂੰ ਜੇ ਸਮਾਨ ਚ ਭਾਜੀ ਜੂਪੀਟਰ ਦਿਖਦਾ ਸਾਨੂੰ Mars ਦਿਖਦਾ ਜੇ ਉਹ ਗੋਲ ਹੈ ਉਹ ਸਾਰੇ ਗੋਲ ਨੇ ਸਾਨੂੰ ਅੱਖਾਂ ਨਾਲ ਦਿਖ ਰਿਹਾ ਕਿ ਗੋਲ ਨੇ ਤੇ ਫਿਰ ਆਪਣੀ ਜਿਹੜੀ ਧਰਤੀ ਹੈ ਉਹ ਕੱਲੀ ਦਸ ਕਿ ਚਪਟੀ ਕਿਦਾ ਰਹਿ ਗਈ ਹਾਂ ਤੁਸੀਂ ਸਾਬ ਹੈਨਾ ਜੇ ਸਭ ਕੋ ਤੈਨੂੰ ਗੋਲ ਦਿਖੇ ਰੱਖਾਣਾ ਚੰਦਰਮਾ ਗੋਲ ਦਿਖੇ ਰ ਤੇ ਧਰਤੀ ਕਿਦਾ ਚਪਟੀ ਰਹਿ ਗਈ ਚੰਨ ਦਿਹਦਾ ਗੋਲ ਸੂਰਜ ਦੇ ਤੱਕ ਚੰਦ ਸਾਹਿਬ ਦੇਖਦੇ ਆਪਾਂ ਤਾਰੇ ਨੇ ਕਿੰਨੇ ਤਾਰੇ ਨੇ ਉਹ ਗੋਲ ਨੇ ਯਾਰ ਜੇ ਸਾਡੀ ਧਰਤੀ ਚਪਟੀ ਹੁੰਦੀ ਨਾ ਤੇ ਇਹਦੇ ਤੇ ਜੀਵਨ ਹੀ ਨਹੀਂ ਸੀ ਹੋਣਾ ਇਹਨੇ ਇੱਕ ਪੱਥਰ ਹੋਣਾ ਸੀ ਜਿਹੜੇ ਆਮ ਪੱਥਰ ਹਵਾ ਚ ਉੱਡਦੇ ਫਿਰਦੇ ਨੇ ਐਸਟਰੋਇਡਸ ਜਿਹਨੂੰ ਕਹਿੰਦੇ ਨੇ ਉਹ ਹੋਣਾ ਸੀ ਸਮਝਿਆ ਗਾ ਲੈਨੇ ਇਹਨੇ ਫਿਰ ਧਰਤੀ ਨਹੀਂ ਸੀ ਹੋਣਾ ਜਦੋਂ ਜੀਵਨ ਗ੍ਰੇਬ ਉਦੋਂ ਹੀ ਬੰਦਾ ਵੇ ਜਿਹਦਾ ਚਾਨੇ ਚਾਨੇ ਉਦੋਂ ਹੀ ਬਣਿਆ ਜਦੋਂ ਉਹ ਗੋਲ ਹੋਇਆ। ਪ੍ਰithvi ਉਦੋਂ ਹੀ ਬਣੀ ਜਦੋਂ ਉਹ ਗੋਲ ਹੁੰਦੀ ਏ। ਇਸ ਤੋਂ ਬਿਗੈਰ ਇਤੇ ਘਾਹ, ਦਰਖਤ ਇਹਦੇ ਤੇ ਨਹੀਂ ਸੀ ਲੱਗਣੇ ਤੇ ਪਾਣੀ ਨਹੀਂ ਸੀ ਆਣਾ। ਸ਼ਾਇਦ ਹੋ ਸਕਦਾ ਕੱਲਾ ਪਾਣੀ ਆ ਜਾਂਦਾ। ਮਤਲਬ ਕਿ ਜੇ ਪਰ ਇਹ ਜੇ ਇਹ ਗੋਲ ਨਾ ਹੁੰਦੀ। ਸਮਝਿਆ ਗੱਲ ਜੇ ਗੋਲ ਨਾ ਹੁੰਦੀ ਹੋ ਸਕਦਾ ਸਿਰਫ ਇਤੇ ਫਿਰ ਪਾਣੀ ਆਣਾ ਸੀ। ਕਿਉਂਕਿ ਜਿਹੜੇ ਪੱਥਰ ਨਹੀਂ ਤਾਂ ਐਸਟਰੋਇਡਸ ਹੂੰ ਉਹਨਾਂ 'ਚ ਪੱਥਰ ਹੁੰਦਾ ਜਾਂ ਸੋਨਾ ਹੁੰਦਾ ਹਨਾ। ਪਰ ਨਹੀਂ ਨਹੀਂ ਧਰਤੀ ਗੋਲੇ ਗੋਲੇ ਤਾਂ ਕਈ ਕਈ ਗੋਰੇ ਤਾਂ ਇੰਡੀਆ ਚੰਦਰਮਾ ਤੇ ਗਿਆ ਮੰਨਣ ਨੂੰ ਰੈਡੀ ਨਹੀਂ ਸੀਗਾ ਮੈਂ ਦੇਖਿਆ ਗੋਰਿਆਂ ਦੀ ਵੀਡੀਓ ਕਈ ਗੋਰੇ ਰੈਡੀ ਨਹੀਂ ਇੰਡੀਆ ਨੂੰ ਮੰਨਣ ਲਈ ਕਿ ਇੰਡੀਆ ਚੰਦਰਮਾ ਤੇ ਗਿਆ ਨਹੀਂ ਜਾਂ ਉਹ ਜਿਹੜੀ ਇੱਕ ਉਹਨਾਂ ਨੇ ਦਿਖਾਈ ਸੀ ਜਦੋਂ ਲੈਂਡ ਕਰ ਰਿਹਾ ਸੀ ਉਹ ਅਸਲ 'ਚ ਦਿਖਾਇਆ ਸੀਗਾ ਕਿ ਸੈਂਸਰਾਂ ਦੇ ਹਿਸਾਬ ਨਾਲ ਕਿੱਥੇ ਕਿੱਥੇ ਸਿਮੂਲੇਟ ਕਰਕੇ ਪਹੁੰਚ ਰਹੀ ਆ ਚੀਜ਼ ਥੱਲੇ ਹਨਾ ਇਹ ਗੋਰਿਆਂ ਨੇ ਮੁੱਦਾ ਚੱਕਿਆ ਕਿ ਇਹ ਕਿੱਦਾਂ ਦੀ ਰਿਕਾਰਡਿੰਗ ਹੈ ਇਹ ਤਾਂ ਇਹਦੇ ਨਾਲ ਉਹ ਤਾਂ ਵੀਡੀਓ ਗੇਮਾਂ ਸਾਫ਼ ਹੁੰਦੀਆਂ ਨੇ ਤੇ ਲਸ ਯਕੀਨ ਹੀ ਨਹੀਂ ਆਉਂਦਾ ਕਿ ਇੰਨੇ ਘੱਟ ਬਜਟ 'ਚ ਕੋਈ ਕਿੱਦਾਂ ਇੱਥੇ ਚੰਨ ਤੇ ਜਾ ਸਕਦਾ ਹਾਂ ਹਾਂ ਤੇ ਓਏ ਗੱਲਬਾਤ ਕਰਤੇ ਫਰਸ਼ੀ ਪਾਜੀ ਇਸਰੋ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਉਹਨਾਂ ਦੇ ਵੈਸੇ ਤੇ ਬੜੇ ਆਉਣ ਵਾਲੇ ਮਿਸ਼ਨ ਨੇ ਇਸਰੋ ਨੇ ਕਰਨੇ ਪਰ ਉਹਨਾਂ ਚੋਂ ਜਿਹੜਾ ਮੈਨੂੰ ਵਧੀਆ ਲੱਗਦਾ ਨਾ ਫਰਸ਼ੀ ਪਾਜੀ ਜਿਹਦੇ ਵਿੱਚ ਮੈਨੂੰ ਬਹੁਤ ਐਕਸਾਈਟਿਡ ਆ ਮੈਂ ਉਸ ਮਿਸ਼ਨ ਬਾਰੇ ਨਾ ਗਗਨ ਜਾਣ ਬੰਦਿਆਂ ਬੰਦੇ ਭੇਜਨੇ ਨੇ 400 ਕਿਲੋਮੀਟਰ ਉੱਤੇ ਨਾ ਧਰਤੀ ਤੋਂ ਤੇ ਜੇ ਇਹ ਵੀ ਸਵਾਲ ਆ ਜੇ ਨਾ ਕਿਸੇ ਨੂੰ ਵੀ ਇੰਡੀਆ ਦਾ ਪਹਿਲਾ ਕਿਹੜਾ ਬੰਦਾ ਸੀ ਜਿਹੜਾ ਸਪੇਸ 'ਚ ਗਿਆ ਸੀ ਉਹਦਾ ਨਾਂ ਸੀ ਰਕੇਸ਼ ਸ਼ਰਮਾ 1984 'ਚ ਗਿਆ ਸੀ ਫਰਸ਼ੀ ਪਾਜੀ ਉਹ ਤੇ ਉਸ ਤੋਂ ਬਾਅਦ ਜਿਹਦੇ ਕੋਲ ਪਾਸਪੋਰਟ ਸੀ ਇੰਡੀਆ ਦਾ ਹਨਾ ਜਿਹੜਾ ਇੰਡੀਆ ਦਾ ਨਾਗਰਿਕ ਸੀ ਉਹ ਇਕੱਲਾ ਰਕੇਸ਼ ਸ਼ਰਮਾ ਹੀ ਸੀ ਬਾਕੀ ਹੋਰ ਵੀ ਇੰਡੀਅਨ ਗਏ ਨੇ ਕਲਪਨਾ ਚਾਵਲਾ ਹੋ ਗਈ ਸੁਨੀਤਾ ਵਿਲੀਅਮਸ ਹੋ ਗਈ ਤੇ ਆ 6 ਮਹੀਨੇ ਪਹਿਲਾਂ ਇੱਕ ਕੁੜੀ ਹੋਰ ਗਈ ਸੀ ਠੀਕ ਹੈ ਪਰ ਇਹ ਇਹਨਾਂ ਕੋ ਅਮਰੀਕਾ ਦੀ ਨੈਸ਼ਨੈਲਿਟੀ ਸੀ ਸਮਝੇ ਗੱਲ ਹੁਣ ਤੱਕ ਵੈਸੇ ਟੋਟਲ ਚਾਰ ਇੰਡੀਅਨ ਹੀ ਗਏ ਨੇ ਪਰ ਉਹਨਾਂ ਚੋਂ ਇੰਡੀਅਨ ਜਿਹੜਾ ਜਿਹਦੇ ਕੋਲ ਪਾਸਪੋਰਟ ਸੀ ਇੰਡੀਆ ਦਾ ਨਾਗਰਿਕਤਾ ਸੀ ਉਹ ਰਕੇਸ਼ ਸ਼ਰਮਾ ਹੀ ਸੀ ਤੇ ਹਾਂ ਗਗਨ ਜਾਣ ਮਿਸ਼ਨ ਹੈ ਜਿਹਦੇ ਚ ਇੰਡੀਆ ਨੇ 3 ਦਿਨ ਵਾਸਤੇ ਬੰਦੇ ਭੇਜਨੇ ਨੇ ਤਿੰਨ ਬੰਦੇ ਬਿਠਾ ਕੇ ਨਾ ਸਪੇਸ ਸ਼ਟਲ ਚ ਤੇ ਉੱਪਰ ਭੇਜਨੇ ਨੇ ਉਹਨਾਂ ਨੇ ਤਿੰਨ ਦਿਨ ਰਹਿ ਕੇ ਆਣਾ ਧਰਤੀ ਤੋਂ ਬਾਹਰ ਸਮਝਿਆ ਗਾਲ ਇਹ ਵਧੀਆ ਮਿਸ਼ਨ ਆ ਤੇ ਇਹਦੇ ਇਹ ਇਹ ਦੀ ਟ੍ਰੈਕ ਭੇਜਦੀ ਹੈ ਨਾ ਇਹਦੀ ਟ੍ਰੇਨਿੰਗ ਹੋ ਗਈ ਫਰਸ਼ੀ ਭਾਜੀ ਸਾਰੀ ਮੈਂ ਜਾਵਾਂਗਾ ਮੈਨੂੰ ਭੇਜਣ ਤੇ ਮੈਂ ਆਈ ਐਮ ਰੈਡੀ ਫਰਸ਼ੀ ਭਾਜੀ ਨਹੀਂ ਨਹੀਂ ਭੇਜਨੇ ਤੁਹਾਨੂੰ ਆਪ ਤੁਸੀਂ ਕਿ ਟ੍ਰੇਨਿੰਗ ਹੋ ਰਹੀ ਕਿਦਾਂ ਕੀ ਟ੍ਰੇਨਿੰਗ ਕੋਣ ਦੇ ਰਿਆ ਇਹਨਾਂ ਨੂੰ ਟ੍ਰੇਨਿੰਗ ਇਹਦੀ ਹੋ ਗਈ ਹੈ ਰਸ਼ੀਆ ਦੇ ਵਿੱਚ ਤੇ ਜਿਹੜੀ ਇਹਨਾਂ ਦੀ ਵਰਦੀ ਹੋਣੀ ਹੈ ਉਹ ਵੀ ਰਸ਼ੀਆ ਦੀ ਇੱਕ ਕੰਪਨੀ ਜ਼ਵਾਜ਼ਦਾ ਕੋਈ ਕੰਪਨੀ ਦਾ ਨਾਮ ਹੈ ਰਸ਼ੀਆ ਦੇ ਵਿੱਚ ਉਹ ਤਿਆਰ ਕਰ ਰਹੀ ਇਹਨਾਂ ਦੇ ਕੱਪੜੇ ਤੇ ਜਿਹੜਾ ਖਾਣਾ ਵੇ ਉਹ ਕਰਨਾਟਕਾ ਦੇ ਵਿੱਚ ਤਿਆਰ ਹੋ ਰਿਹਾ ਵੇ ਇੱਕ ਲੈਬੋਰਟਰੀ ਹੈ ਉੱਥੇ ਤਿਆਰ ਹੋ ਰਿਹਾ ਖਾਣਾ ਜਿਹੜਾ ਇਹਨਾਂ ਨੇ ਜਿੱਦਾ ਮਹਗੀ ਨਹੀਂ ਪਾਓ ਤੇ ਤਿਆਰ ਇਦਾਂ ਦਾ ਮਤਲਬ ਰੈਡੀ ਟੂ ਈਟ ਰੈਡੀ ਟੂ ਈਟ ਰੈਡੀ ਟੂ ਈਟ ਹਾਂ ਉਹ ਤਿਆਰ ਕਰ ਰਹੇ ਨੇ ਤੇ ਇਹ ਵੀ ਤਕਰੀਬਨ 2025 ਜਾਂ 26 ਦੇ ਵਿੱਚ ਇਹ ਵੀ ਮਿਸ਼ਨ ਹੋ ਜਾਏਗਾ ਪਹਿਲਾਂ ਇਹਨਾਂ ਨੇ ਡਮੀ ਪੇਜ ਨਹੀਂ ਨਾ ਇੱਕ ਨੱਕਲੀ ਬੰਦਾ ਬਣਾ ਕੇ ਭੇਜਣਾ ਉਹਦੀਆਂ ਦੋ ਟਰਾਈਆਂ ਲਵਾਉਣੀਆਂ ਨੇ ਵੀ ਜਾ ਰਿਹਾ ਸਹੀ ਆ ਰਿਹਾ ਨੇ ਸਹੀ ਕਿ ਨਹੀਂ ਸਮਝੇ ਗੱਲ ਕੋਈ ਬੰਦਿਆਂ ਦੀ ਜਾਣਤਾ ਰਹੀ ਸਕੇ ਨਾ ਇੱਕ ਪਾਸੇ ਭਾਈ ਇੱਕ ਪਾਸੇ ਇੰਡੀਆ ਸਾਇੰਸ ਚ ਤਰੱਕੀ ਕਰ ਰਿਹਾ ਤੇ ਦੂਜੇ ਪਾਸੇ ਕਹਿੰਦੇ ਪਾਣੀ ਚੋਂ ਪੱਥਰ ਮਿਲਿਆ ਜਿਹਦੇ ਉੱਤੇ RAM ਲਿਖਿਆ ਆਹੋ ਹੈ ਮਿਲਿਆ ਮਿਲਿਆ ਭਾਈ ਉਹ ਮੰਦਿਰ ਬਣਾਤਾ ਹੈ ਉਹਦੇ ਨਾਂ ਦਾ ਹਾਂ ਪਟਰਨਾਲ ਚ ਮਿਲਿਆ ਮੁੰਡੇ ਨੂੰ ਉਹ ਪੱਥਰ ਮਿਲਿਆ ਵੇ ਨਦੀ ਚ ਤੈਰ ਰਿਹਾ ਸੀ ਉੱਤੇ RAM ਲਿਖਿਆ ਵੇ ਪੱਥਰ ਦੇ ਨਾ ਤੇ ਸੱਚ ਫਰਸ਼ੀ ਭਾਜੀ ਆ ਤੂੰ ਮੈਨੂੰ ਸਗੂ ਚੰਗੇ ਮੌਕੇ ਯਾਦ ਕਰਾਤੀ ਯਾਰ ਗੱਲ ਮੈਂ ਨਾ ਥੋੜੇ ਦਿਨ ਪਹਿਲਾਂ ਨਾ ਇੱਕ ਵੀਡੀਓ ਵੇਖੀ ਫਰਸ਼ੀ ਭਾਜੀ ਤੇ ਇੰਸਟਾਗ੍ਰam ਤੇ ਨਾ ਗੁਰਪ੍ਰੀਤ ਮੁੰਡਾ ਕੋਟਲੀ ਉਹਨੇ ਬੜਾਈ ਛਾ ਦੋ ਬਾਹਰ ਕਿਤੇ ਘੁੰਮਣ ਗਿਆ ਕੰਬੋਡੀਆ ਉੱਥੇ ਬ੍ਰੀਅਰ ਮਿਲ ਰਹੀ ਐ ਹਨੂਮਾਨ ਬੀਅਰ ਵੇਖੋ ਫਰਸ਼ੀ ਭਾਜੀ ਕੈਸੀਆਂ ਘਟੀਆਂ ਗੱਲਾਂ ਨੇ ਹੈ ਹਨੂਮਾਨ ਬੀਅਰ ਚਲੋ ਸਾਡੇ ਹੁਣ ਬੰਦੇ ਇੱਥੇ ਉਹ ਦੂਸਰਾ ਦੇਸ਼ ਤੇ ਸਾਡੀ ਸਰਕਾਰਾਂ ਕੁਝ ਕਰਤ ਨਹੀਂ ਸਕਦੀ ਆ ਅਪੀਲ ਹੀ ਕਰ ਸਕਦੀ ਆ ਨੇ ਭਰਾਵੋ ਤੁਸੀਂ ਇਹਦਾ ਨਾਮ ਚੇਂਜ ਕਰ ਦਿਓ ਪਰ ਕੱਢੀ ਮਾੜੀ ਗੱਲ ਐ ਯਾਰ ਉਨਨੋਂ ਵੀ ਤਾਂ ਪਤਾ ਹੀ ਇਹ ਵੀ ਇਹਨਾਂ ਦਾ ਦੇਵੀ ਦੇਵਤੇ ਨੇ ਕੋਈ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਮੇਰਾ ਇੱਕ ਮੇਰਾ ਕੋਈ ਯਾਰ ਦੋਸਤ ਤੇ ਮੁੰਡਾ ਨਾ ਅੰਬਰਸਰਤੂ 크ਰਿਸਚੀਅਨਾਂ ਦਾ ਮੁੰਡਾ ਵੇ ਤੇ ਮੈਨੂੰ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਭਾਜੀ ਤੂੰ ਸਾਰੇ ਮੁੱਦਿਆਂ ਤੇ ਬੋਲਦਾ ਯਾਰ ਸਾਡੇ 크ਰਿਸਚੀਅਨਾਂ ਬਾਰੇ ਕੋਈ ਨਹੀਂ ਬੋਲਦਾ ਮੈਂ ਕਹਿੰਦਾੱਸ ਭਰਾ ਮੇਰਾ ਕੀ ਗੱਲਬਾਤ ਹੋਈ ਕਹਿੰਦਾ ਯਾਰ ਸਾਡੇ ਇੱਕ ਪ੍ਰਭੂ ਜੀਸੂ ਦੀ ਫੋਟੋ ਲਾ ਕੇ ਨਾ ਕਿਸੇ ਕੋਈ ਬੰਦਾ ਆਈਡੀ ਬਣਾਈਏ ਤੂੰ ਤੇ ਪ੍ਰਭੂ ਜੀਸੂ ਦੀ ਫੋਟੋ ਲਾਈਆਂ ਨੇ ਤੇ ਕਰਦਾ ਜੂਏ ਦੀਆਂ ਮਸ਼ਹੂਰੀਆਂ ਵੇ ਵੇਖ ਲਓ ਮੈਂ ਕਹਾ ਯਾਰ ਕਿਵੇਂ ਘਟਿਆ ਦੁਨੀਆ ਵੇ ਵੀ ਰੱਬ ਨੂੰ ਵੀ ਨਹੀਂ ਛੱਡਦੇ ਉੱਤ ਵੀ ਬਿਜ਼ਨਸ ਕਰਦੇ ਨੇ ਤੇ ਤੁਸੀਂ ਕਹਤਾ ਕਿ ਜਿੱਦਾਂ ਇਹਦਾ ਫੋਟੋ ਲੱਗੀ ਜਾਂ ਕਦੇ ਵੀ ਬਹੁਤ ਗਲਤ ਗੱਲ ਹੈ ਤੇ ਇੱਕ ਫੋਟੋ ਹੋਰ ਲੱਗੀ ਹੈ ਜਿਹੜੀ ਇੰਟਰਨੈਟ ਤੇ ਬੜਾ ਚਰਚਾ ਹੋ ਰਿਹਾ ਹੈ ਇੱਕ ਕਿੱਥੇ ਫੋਟੋ ਲੱਗੀ ਹੈ ਸਾਡੇ ਜਰਨਲ ਹਰੀ ਸਿੰਘ ਨਲਵੇ ਦੀ ਓਏ ਹੋਏ ਤੇ ਉਹ ਪਾਜੀ ਤੁਸੀਂ ਦੇਖ ਹੀ ਲਈ ਹੁਣੀ ਖਬਰ ਵੈਸੇ ਤਾਂ ਤੇ ਉਹ ਹੈਗੀ ਹੈ ਪਾਜੀ ਡੈਲਸ ਜਿੱਦਾਂ ਸਾਡੇ ਨਾ ਜਿੱਦਾਂ ਮੰਨ ਲਓ ਇੱਕ ਫੁੱਟਬਾਲ वर्ल्ड कप ਹੁੰਦਾ ਹੈ ਜਾਂ ਕੁਝ ਹੁੰਦਾ ਹੈ ਜਿੱਦਾਂ ਅਮਰੀਕਾ ਚੱਲਦਾ ਹੈ NFL NFL ਮਲਕੀ ਨੈਸ਼ਨਲ ਫੁੱਟਬਾਲ ਲੀਗ ਅਮਰੀਕਾ ਦਾ ਉਹਦੀ ਇੱਕ ਟੀਮ ਨੇ ਭਾਜੀ ਚਰਚਾ ਦਾ ਵਿਸ਼ਾ ਛੇੜਤਾ ਕਿ ਉਹਦੀ ਇੱਕ ਟੀਮ ਨੇ ਆਪਣੇ ਡੱਗਆਊਟ ਤੇ ਤੇ ਆਪਣੀ ਜਰਸੀ ਤੇ ਜਰਨੈਲ ਹਰੀ ਸਿੰਘ ਨਲੂਏ ਦੀ ਫੋਟੋ ਲਾਈ ਹੈ ਤੇ ਉਹ ਦੱਸ ਰਹੇ ਨੇ ਮਲਕੀ ਇਹ ਨਹੀਂ ਕਿ ਕੱਲੀ ਫੋਟੋ ਲਾਤੀ ਦੇ ਗੋਰੀ ਜਿਹੜੇ ਪਲੇਅਰ ਖੇਡ ਰਹੇ ਨੇ ਉਹਨਾਂ ਕਾਲੇ ਖੇਡ ਰਹੇ ਇਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਪੂਰੀ ਹਿਸਟਰੀ ਪਤਾ ਕਿ ਇਹ ਬੰਦਾ ਕੌਣ ਹੈ ਨੇ ਕਿੰਨੀਆਂ ਜੰਗਾਂ ਜਿੱਤੀਆਂ ਨੇ ਭਾਜੀ ਉਹ ਦੇਖਿਆ ਤੁਸੀਂ ਉਹ ਮੰਜ਼ਰ ਕੀ ਹੈ ਬੰਦਾ ਸੋਚੇ ਕਿ ਯਾਰ ਹਾਂ ਇੱਕ ਜਰਨੈਲ ਦੀ ਇੱਥੇ ਤਾਂ ਗੱਲ ਹੋ ਰਹੀ ਹੈ ਯਾਰ ਹਰੀ ਸਿੰਘ ਨਲੂਆ ਕੋ ਮਾੜਾ ਮਛਾਡੇ ਜਿਤਕ ਮੈਨੂੰ ਲੱਗਦਾ ਪੰਜਾਬੀਆਂ ਨੂੰ ਨਾ ਹਰੀ ਸਿੰਘ ਨਲੂਏ ਦਾ ਕੀ ਕਰਦਾਰ ਸੀ ਕੀ ਕੈਰੈਕਟਰ ਸੀ ਉਹ ਪਤਾ ਨਹੀਂ ਹੈ ਜਿਤਕ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਵੇ ਕਿ ਉਹ ਉਹ ਹੈ ਕੀ ਸੀ ਉਹ ਵਾਕੀ ਦੂਜਾ ਕਾਲ ਸੀ ਉਹ ਜਦੋਂ ਤਲਵਾਰ ਚਲਾਉਂਦਾ ਸੀ ਨਾ ਉਹਦੀ ਕਹਿੰਦੇ ਨੇ ਜਿਹੜੀ ਉਹ ਪਾਗ ਨਹੀਂ ਬੈਠੇ ਹੁੰਦੇ ਜੈਕਟ ਜੀ ਲੋਹੇ ਦੀ ਉਹੀ ਕਵਾਂਟਲ ਦੀ ਹੁੰਦੀ ਸੀ ਤੇ ਉਹ ਤਲਵਾਰ ਕਵੰਟਲ ਦੀ ਮਨ ਲਈ ਯਾਰ ਹਰੀ ਸਿੰਘ ਨਲੂਏ ਦੇ ਕਿਆ ਬਾਤਾਂ ਸੀ ਤੇ ਅੱਛਾ ਫਰੈਸ਼ੀ ਭਾਜੀ ਹਾਂ ਬੜੀ ਮਾਨ ਵਾਲੀ ਗੱਲ ਏ ਯਾਰ ਸਾਡੇ ਵਾਸਤੇ ਕਿ ਹਰੀ ਸਿੰਘ ਨਲੂਏ ਦੀ ਤਸਵੀਰ ਲੱਗਣੀ ਇੱਕ ਜਰਸੀ ਦੇ ਉੱਤੇ ਜਿਹਦਾ ਆਈਪੀਐਲ ਹੁੰਦਾ ਇੰਡੀਆ ਦੇ ਵਿੱਚ ਉਦਾਂ ਉਥੇ ਲੀਗ ਹੁੰਦੀ ਹੈ ਨਾ ਅਮਰੀਕਾ 'ਚ ਉਥੇ ਲੱਗੀ ਹੈ ਨਾ ਫੋਟੋ ਬੜੀ ਮਾਨ ਵਾਲੀ ਗੱਲ ਏ ਤੇ ਹਾਂ ਹਾਂ ਡੈਲਸ ਦੀ ਇੱਕ ਟੀਮ ਹੈ ਹਾਂ ਉਹ ਲਾਈ ਹੈ ਖੇਡਾਂ ਦੇ ਵਿੱਚ ਹੁਣ ਵੜੇ ਆ ਤੇ ਲਾਸਟ ਸਾਡਾ ਟਪ ਕੇ ਫੇਰਾ ਹੀ ਪ੍ਰੋਗਰਾਮ ਦਾ ਐਂਡ ਕਰੀਏ ਇੱਕ ਮਰਡਰ ਮਿਸਟਰੀ ਰਹਿ ਗਈ ਉਹ ਅਗਲੀ ਵਾਰ ਸੁਣਾਵਾਂਗੇ ਇਟਲੀ ਚ ਇੱਕ ਮਰਡਰ ਹੋਇਆ ਸੀ ਪਾਕਿਸਤਾਨੀ ਕੁੜੀ ਦਾ ਚਲ ਮੈਂ ਸੁਨਾਈ ਦੇਣਾ ਮਾੜੀ ਜੀ ਯਾਰ ਤੁਸੀਂ ਟੌਪਿਕ ਟੂ ਟੌਪਿਕ ਇੰਨੇ ਲੇਖ ਲਏ ਹੁੰਦੇ ਨੇ ਜਨਤਾ ਨੂੰ ਪੇਪਰ ਦਿਖਾਓ ਭਾਜੀ ਘੱਟੋ ਘੱਟ ਪੋਡਕਾਸਟ ਸਸਤੇ ਨਾ 30 ਟੌਪਿਕ ਲੇਖ ਕੇ ਲੈਂਦੇ ਨੇ ਆਲਮੋਸਟ ਤੇ ਜਦੋਂ ਆਪਣਾ ਪੋਡਕਾਸਟ ਜਦੋਂ ਪੋਡਕਾਸਟ ਐਂਡ ਕਰਦਾ ਟਾਈਮ ਹੋਣਾ ਟਾਈਮ ਹੋ ਜਾਂਦਾ 40:50 ਉਦੋਂ ਟੌਪਿਕ ਕਵਰ ਹੁੰਦੇ ਨੇ ਬਸ 7-8 ਕੀ ਤੇ ਹੁਣ ਮਰਡਰ ਮਿਸਟਰੀ ਜਿਹੜੀ ਭਾਜੀ ਐਤਕੀ ਕਹਿ ਰਹੇ ਨੇ ਉਹ ਐਤਕੀ ਰਹਿ ਗਈ ਉਹ ਤੋਂ ਮੈਂ ਨਾਦਰ ਸਾਹ ਦੀ ਸਟੋਰੀ ਪ ਨਹੀਂ ਮੈਂ ਸੁਣਾਈ ਦੇਣਾ ਮਾੜੀ ਜੀ ਮਾੜੀ ਜੀ ਸੁਣਾ ਦੇਣਾ ਫਰਿਚ ਭਾਜੀ ਜਿਹੜੀ ਇਟਲੀ ਚ ਗੱਲਬਾਤ ਹੋਈ ਮੈਂ ਤਾਂ ਦੱਸ ਹਾਂ ਸੁਣਾ ਦੋ ਸੁਣਾ ਦੋ ਕਿਉਂਕਿ ਜਨਤਨ ਨੇ ਕਹਣਾ ਕਿ ਭਾਜੀ ਹਮੇਸ਼ਾ ਕਹਿੰਦੇ ਨੇ ਯਾਰ ਆਹ ਰਹਿ ਗਿਆ ਆਹ ਰਹਿ ਗਿਆ ਨਹੀਂ ਅੱਜ ਕੀ ਸੁਣਾਈ ਦੋ ਸੁਣਾਈ ਦੇਣਾ ਮੈਂ ਫਰਿਚ ਭਾਜੀ ਇੱਕ ਕੁੜੀ ਸੀ ਠੀਕ ਹੈ ਜਿੱਦਾਂ ਆਪਾਂ ਜਾਣਦੇ ਹਾਂ ਇੰਡੀਅਨ ਪਾਕਿਸਤਾਨੀ ਇੰਗਲੈਂਡ ਅਮਰੀਕਾ ਕਨੇਡਾ ਇੱਥੇ ਪਾਕਿਸਤਾਨੀ ਵੀ ਜਾਂਦੇ ਨੇ ਨਾ ਤੇ ਉਹ ਕੁੜੀ ਇਟਲੀ ਆਈ ਆਪਣੇ ਮੰਮੀ ਡੈਡੀ ਦੇ ਨਾਲ ਠੀਕ ਹੈ ਛੋਟੀ ਹੁੰਦੀ ਆਈ ਤੇ ਬੱਚੇ ਇੱਥੇ ਜਵਾਨ ਨੇ ਤੇਰੇ ਪਤਾ ਸਕੂਲ ਜਾਂਦੇ ਨੇ ਗੋਰਿਆਂ ਦੇ ਨਾਲ ਉੱਠਦੇ ਪੈਂਦੇ ਗ ਏ ਗੋਰੀਆਂ ਵਰਗੀ ਹੋ ਗਈ ਉਹਨੇ ਪਾਇਆ ਕਰਨੀ ਜੀਨਾ ਛੀਨਾ ਹਨਾ ਤੇ ਟਿਕਟੋਕ ਬਣਾਇਆ ਕਰਨਾ ਤੇ ਉਹਨੇ ਆਪਣਾ ਬੁਆਏਫਰੈਂਡ ਵੀ ਲੱਭ ਲਿਆ ਫਰਿਸ਼ ਭਾਜੀ ਉਹ ਕੁੜੀ ਦੀ ਉਮਰ ਸੀ 18 ਸਾਲ ਤੇ ਪਾਕਿਸਤਾਨੀ ਥੋੜੇ ਜਿਹਾ ਸਖਤ ਹੁੰਦੇ ਨੇ ਇਸ ਪਾਸੇ ਉਹ ਨਾ ਪੰਜਾਬੀ ਵੈਸੇ ਵੀ ਤੈਨੂੰ ਪਤਾ ਆਪਣੇ ਹਨਾ ਸਖਤ ਹੀ ਨੇ ਕਿ ਜੇ ਸ਼ਾਦੀ ਕਰਨੀ ਹੈ ਤਾਂ ਕਿਸ ਅੱਜ ਦੇ ਬੰਦੇ ਨਾਲ ਕਰ ਤੇ ਪਾਕਿਸਤਾਨੀਆਂ ਚ ਥੋੜਾ ਜਿਹਾ ਕਲਚਰ ਵੱਖਰਾ ਹੈ ਕਿ ਉਹ ਆਪਣੇ ਕਜ਼ਨਾਂ ਚ ਸ਼ਾਦੀ ਕਰ ਦਿੰਦੇ ਨੇ ਹਨਾ ਤੇ ਉਹਦੇ ਡੈਡੀ ਨੇ ਨਾ ਇਹ ਕੁੜੀ ਬਣਾਈ ਸੀ ਟਿਕਟੋਕ ਇਹਦੀ ਮੁੰਡੇ ਨਾਲ ਹੋ ਗਈ ਗੱਲ ਇਹ ਕੁੜੀ ਦੇ ਨਾਮ ਸੰਮਨ ਸੰਮਣ ਅਬਾਸ ਜਿਹੜੀ ਕੁੜੀ ਸੀ ਧਰਮ ਕੱਲ ਤਾਂ ਸੁਣਾ ਲੇਕਰ 18 ਸਾਲਾਂ ਦੀ ਇਸ ਕੁੜੀ ਦੀ ਗੱਲਬਾਤ ਹੋ ਗਈ ਇੱਕ ਮੁੰਡੇ ਦੇ ਨਾਲ ਠੀਕ ਹੈ ਤੇ ਇਹਨੇ ਟਿਕਟੋਕ ਬਣਾਇਆ ਕਰਨੀ ਮੁੰਡੇ ਦੇ ਨਾਲ ਘੁੰਮਿਆ ਫਿਰਿਆ ਕਰਨਾ ਗਾਣੇ ਲਾ ਕੇ ਰੋਮਾਂਟਿਕ ਹੈ ਉਹ ਕੁੜੀ ਦੇ ਅੱਬੂ ਨੇ ਵੇਖ ਲਈ ਰੀਲਾ ਰੀਲਾ ਵੇਖ ਲਈ ਤੇ ਉਹਨੇ ਕਿਹਾ ਤੂੰ ਜਵਾਨ ਹੋ ਗਈ ਹੁਣ ਤੇ ਤੇਰੀ ਇਹੀ ਸ਼ਾਦੀ ਨਾ ਪਾਕਿਸਤਾਨ ਤੇਰਾ ਕਜ਼ਨ ਹੈ ਉਹਦੇ ਨਾਲ ਕਰ ਦੇਣੀ ਹੈ ਤੇ ਉਹ ਥੋੜਾ ਜਿਆਦਾ ਉਮਰ ਚ ਵਡੇਰਾ ਸੀ ਵੱਡੀ ਉਮਰ ਦਾ ਸੀ ਤੇ ਇਹ ਕਹਿੰਦੀ ਮੈਂ ਨਹੀਂ ਕਰਾਣਾ ਬੜੇ ਰੀ ਮਰਦਾ ਵੀ ਕੀ 30 ਸਾਲ ਦਾ ਹੋਏਗਾ ਉਹ 18 ਸਦੀ ਸੀ ਤੇ ਉਹ ਕਹਿੰਦੀ ਮੈਂ ਨਹੀਂ ਕਰਾਣਾ ਮੈਂ ਇੱਥੇ ਹੀ ਰਹਿਣਾ ਤੇ ਉਹ ਉਹ ਹੁਣ ਉਹ ਕੁੜੀ ਦੇ ਕਜ਼ਨ ਵੀ ਇੱਥੇ ਸੀ ਤਾਈ ਚਾਚੇ ਦੇ ਮੁੰਡੇ ਤੇ ਉਹਨਾਂ ਨੂੰ ਆਂਦੀ ਸੀ ਸ਼ਰਮ ਜਦੋਂ ਕੁੜੀ ਟਿਕਟੋਕ ਤੇ ਵੀਡੀਓ ਬਣਾਉਂਦੀ ਸੀ ਆਪਣੇ ਦੋਸਤ ਨਾਲ ਆਪਣੇ ਬாய்ਫਰੈਂਡ ਨਾਲ ਚਾੜਦੀ ਸੀ ਤੇ ਉਹਨਾਂ ਦੀ ਉਹਨਾਂ ਨੂੰ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਦਿਨ ਕੀ ਹੋਇਆ ਉਹਨਾਂ ਨੇ ਕਿਹਾ ਵੀ ਆਸੇ-ਪਾਸੇ ਫਲਾਤਾ ਪਏ ਅਸੀਂ ਪਾਕਿਸਤਾਨ ਚੱਲੇ ਆ ਤੇ ਕੁੜੀ ਨੂੰ ਫਰੇਚੀ ਭਾਜੀ ਉਹਨਾਂ ਨੇ ਨਾ ਮਾਰਕੇ ਤੇ ਉੱਤੋਂ ਦਾ ਡੈਡੀ ਕੰਮ ਕਰਦਾ ਸੀ ਇਥੇ ਦੁਕਾਨਿਆਂ ਦੇ ਡੇਰੀ ਫਾਰਮ ਚ ਕੰਮ ਕਰਦਾ ਸੀ ਤੇ ਖੇਤੀ ਵੀ ਹੁੰਦੀ ਸੀ ਸਮਝ ਆ ਗਾਲੇ ਕਾਮਾਂ ਦਾ ਵੀ ਨਾਲ ਕੰਮ ਸੀ ਜਿੱਥੇ ਕੰਮ ਕਰਦਾ ਸੀ ਤੇ ਉਹਨੇ ਨਾ ਦੁਕਾਨਿਆਂ ਦੇ ਖੇਤ ਚ ਨਾ ਦੱਬ ਦਿੱਤੀ ਉਹਨੂੰ ਮਾਰਕੇ ਤੇ ਆਪ ਚਲੇ ਗਿਆ ਪਾਕਿਸਤਾਨ ਪਾਕਿਸਤਾਨ ਚਲਾ ਗਿਆ ਪਿਛੋ ਪੁੱਤ ਨੇ ਕੀਤੀ ਇਨਕੁਆਰੀ ਇਨਕੁਆਰੀ ਕੀਤੀ ਸੀ ਸੀਸੀਟੀਵੀ ਫੋਟੋਲੇ ਉਹਨਾਂ ਨੇ ਕਿਉਂਕਿ ਜਦੋਂ ਬਾਇਫਰੈਂਡ ਨੂੰ ਫੋਨ ਨਹੀਂ ਆਇਆ ਤੇ ਬਾਇਫਰੈਂਡ ਹੋ ਗਿਆ ਪਰੇਸ਼ਾਨ ਤੋਂ ਨੇ ਪੁਲਿਸ ਨੂੰ ਦੱਸਿਆ ਪੇ ਮੈਨੂੰ ਸ਼ਾਕ ਇਹਨਾਂ ਨੇ ਮਾਰ ਦਿੱਤੀ ਹੈ ਤੇ ਅੱਗੇ ਸਾਡੇ ਇੰਡੀਅਨ ਪਾਕਿਸਤਾਨੀਆਂ ਦਾ ਕੈਰੇਕਟਰ ਖਾਸ ਕਰਕੇ ਪਾਕਿਸਤਾਨੀ ਪੰਜਾਬੀਆਂ ਦਾ ਜਿਆਦਾ ਕੈਰੇਕਟਰ ਇੱਥੇ ਨਾ ਇਦਾਂ ਦਾ ਵੀ ਇਹ ਕੁੜੀਆਂ ਨੂੰ ਨਾ ਮਾਰਦੇ ਇੱਥੇ ਬੜੇ ਕੇਸ ਹੋਏ ਨੇ ਸਾਡੇ ਇੱਥੇ ਮੇਰੇ ਖੁਦ ਦੇ ਰਿਸ਼ਤੇਦਾਰਾਂ ਚ ਇੱਕ ਨੇ ਮਾਰੀ ਸੀ ਕੁੜੀ ਨਾ ਇੱਥੇ ਇਟਾਲੀਅਨ ਬੁੱਢੀ ਨੇ ਵੇਖ ਲਿਆ ਸੀ ਜਦੋਂ ਦੱਬਣ ਦੇ ਸੀ ਨਾ ਥੱਲੇ ਉਹ ਵੀ ਇੱਕ ਕੇਸ ਹੈ ਤੇ ਅੱਛਾ ਬੰਦਾ ਚਲ ਗਿਆ ਪਾਕਿਸਤਾਨ ਠੀਕ ਹੈ ਮਾਰ ਕੇ ਆਪਣੀ ਧੀ ਤੇ ਪਿੱਛੇ ਪੁਲਿਸ ਨੇ ਕੀਤੀ ਇਨਕੁਆਰੀ ਫਰਜੀ ਪਾਜੀ ਪਤਾ ਲੱਗ ਗਿਆ ਉਹਨਾਂ ਨੂੰ ਵੀ ਪਿਓ ਨੇ ਮਾਰੀ ਲਾਸ਼ ਵੀ ਲੱਭ ਗਈ ਦਵਾਨਿਆਂ ਤੇ ਖੇਤ ਚ ਲਾਸ਼ ਵੀ ਲੱਭ ਗਈ ਸਾਰਾ ਕੁਝ ਹੋ ਗਿਆ ਪਰ ਬੰਦਾ ਪਾਕਿਸਤਾਨ ਸੀ ਹੋਣਾ ਪਾਲਿਆ ਤੈਨੂੰ ਪਤਾ ਹੈ ਫਿਰ ਜਦੋਂ ਇੱਥੇ ਦਾ ਕੋਈ ਨਾਗਰਿਕ ਹੋ ਜੇ ਨਾ ਇੱਕ ਵਾਰੀ ਇਹ ਤੇ ਉਹ ਬੰਦੇ ਦੀ ਲਾਸ਼ ਵੀ ਲੱਭ ਲੈਂਦੇ ਨੇ ਫਰਜੀ ਪਾਜੀ ਇਹ ਆਪਣਾ ਨਾਗਰਿਕ ਸਮਝਦੇ ਨੇ ਫਿਰ ਬਿਲਕੁਲ ਬਿਲਕੁਲ ਇਹਨਾਂ ਨੇ ਕਿਹਾ ਸਾਡੇ ਦੇਸ਼ ਚ ਤੁਸੀਂ ਕ੍ਰਾਈਮ ਕਰਕੇ ਭੱਜੇ ਐਦਾ ਨਹੀਂ ਚੱਕ ਲਿਆ ਪਾਕਿਸਤਾਨ ਨੂੰ ਅ ਪਰਸੂ ਆਇਆ ਬੰਦਾ ਪਾਕਿਸਤਾਨ ਲਿਆਂਦਾ ਅ ਹਾਂ ਫੜ ਲਿਆ ਉਹਨਾਂ ਨੇ ਹਾਂ ਫੜ ਲਿਆ ਪੜਲੇ ਸਾਡੀ ਜਿਹੜੀ ਇਸ ਟਾਈਮ ਪ੍ਰਧਾਨ ਮੰਤਰੀ ਨੇ ਆਈ ਜੋਰਜਾ ਮੈਲੋਨੀ ਉਹ ਬੜੀ ਸਖਤ ਹੈ ਤੁਸੀਂ ਮੜਾ ਮੋਟਾ ਵੀ ਹੁਣ ਕੋ ਕੰਮ ਕਰਦੇ ਨਾ ਉਹ ਡਿਪੋਰਟ ਕਰਦੀ ਹੈ ਡਿਪੋਰਟਰ ਨਾਲੋਂ ਨਾਲ ਕਦੀ ਜੋ ਘਾਰ ਆਪਣੇ ਗੰਦ ਪਾਇਆ ਸੀ ਇੱਥੇ ਉਹ ਬੜੀ ਸਖਤ ਹੈ ਤੇ ਆਹ ਗੱਲ ਬਾਤ ਸੀ ਕਿ ਇਟਲੀ ਚ ਵੀ ਹੁਣ ਜੇ ਕਿਸੇ ਨੇ ਕਰਨਾ ਨਾ ਆ ਮਾੜੇ ਇੱਕ ਇੱਕ ਬੰਦੇ ਨੇ ਚੋਰੀ ਕੀਤੀ ਥੋੜੇ ਦਿਨ ਪਹਿਲਾਂ ਇੱਥੇ ਚੋਰੀ ਚੋਰੀ ਦਾ ਕੋਈ ਕੇਸ ਨਹੀਂ ਐਡਾ ਹੁੰਦਾ ਉਤਨੀ ਜ਼ਿਆਦਾ ਬੰਦਾ ਸੀ ਹੁਣ ਭੇਜ ਦਿੱਤਾ ਉਹ ਤਾਂ ਵਾਪਸ ਕਰਤਾ ਤੁਨੀਸ਼ੀਆ ਭੇਜ ਦਿੱਤਾ ਨੇ ਜਾ ਚੋਰੀ ਵੀ ਨਹੀਂ ਕਰਨੀ ਹੁਣ ਇੱਥੇ ਏ ਬੰਗਾਲ ਤਾਂਸਨ ਆਰਿਆ ਵੀ ਥੋੜੇ ਜਿ ਚਕੰਨੇ ਰੋ ਕੋਈ ਨਹੀਂ ਗੁੱਸਾ ਜੇ ਕਿਸੇ ਨੂੰ ਆ ਗਿਆ ਹੁੰਦਾ ਤਾਂ ਸ਼ਾਂਤ ਕਰਨਾ ਸਿੱਖੋ ਕੋਈ ਮਸਲਾ ਨਹੀਂ ਕਿੰਨੇ ਲੱਖ ਰੁਪਏ ਲਾ ਕੇ ਅਸੀਂ ਬਾਹਰ ਆਨੇ ਆ ਹਾਂਜੀ ਨੀ ਕੰਟਰੀਆਂ ਸਖਤ ਹੋ ਰੀਆਂ ਨੇ ਇਮੀਗ੍ਰੇਸ਼ਨ ਪਾਲਸੀਆਂ ਨੂੰ ਲੈ ਕੇ ਸਾਰੀਆਂ ਪਹਿਲਾ ਪਹਿਲਾ ਸਟਾਰਟਿੰਗ ਚ ਸਾਰਿਆਂ ਨੇ ਬੜੇ ਵੰਡੀਆਂ ਇਮੀਗ੍ਰੇਸ਼ਨ ਅਪਰ ਹੋਣ ਹੋ ਸਕਤ ਹੋ ਰੀਆਂ ਨੇ ਤੇ ਭਾਈ ਤੁਸੀਂ ਦੱਸਿਆ ਜਿਦਾ ਨਾ ਜਲੋ ਇਹ ਵੀ ਦੁੱਖ ਹੈ ਕਿ ਜੋ ਹੋਇਆ ਹਨਾ ਤੇ ਇੱਕ ਦੁੱਖ ਭਾਜੀ ਆਪਣੇ ਪੰਜਾਬ ਜੀ ਇੱਕ ਬੰਦੇ ਨੂੰ ਬੜਾ ਐ ਮੈਂ ਗਾ ਜਾਂਦੇ ਜਾਂਦੇ ਪਾਉਦਾ ਵੀ ਕਵਰ ਕਰ ਜੀਏ ਕਾਰ سیل ਹੋ ਗਿਆ ਭਾਜੀ ਆਹੋ ਯਾਰ ਉਹ ਤਾਂ ਬੜੇ ਪਰੇਸ਼ਾਨੀ ਫਰੇਜ ਭਾਜੀ ਉਹ ਵੀ ਮੈਂ ਵੀ ਕੋਈ ਦਾਣ ਪੋਣਾ ਕਰਨਾ ਤੂੰ ਵੀ ਕਰੀ ਤੂੰ ਹੀ ਭੇਜੀ ਮੇਰਾ ਦੇਲੇ ਪਖਾਲਸਾ ਸਦਕਾਜ ਖਾਲਸਾ ਏਡ ਨੂੰ ਕਹਿੰਦੇ ਰਵੀ ਸਿੰਘ ਨੂੰ ਕਹਿੰਨੇ ਵੀ ਉਹਨਾਂ ਵਾਸਤੇ ਘਰ ਕੋਰ ਬਣਾ ਕੇ ਦੇ ਉਹ ਹੋਤੀ ਦੇ ਬੱਚਾ ਕਿਤੇ ਦੂਜੇ ਦਿਨ ਪਰ ਡਰਾਮੇ ਸ਼ੁਰੂ ਹੋ ਜਾਂਦੇ ਨੇ ਮੈਂ ਘਰ ਵੇਚਤਾ ਮੈਂ ਗੱਡੀ ਸੇਲ ਕਰ ਛੱਡੀ ਯਾਰ ਕੈਸਾ ਬੰਦਾ ਹੈ ਤਰਜੀ ਭਾਜੀ ਆਵੇ ਹੈਲਪ ਮੀ ਮਿਸਰ ਬਾਬਾ ਨੇ ਮੈਨੂੰ ਮਾਰਤਾ ਜਨਾਨੀ ਕੋ ਚਤਰਖਾਂਡੇ ਹੈ ਰੱਜੀ ਬਾਜੀ ਇਹ ਬੰਦਾ ਮਾਸੀ ਅਸੀਂ ਕਿਉਂ ਰੋਂਦੇ ਮੈਨੂੰ ਤੁਹਾਡੀ ਨਾਲ ਇੱਕ ਵੀਡੀਓ ਹੈ ਮੇਰੇ ਨਾਲ ਨਾਲ ਇੱਕ ਮੁੰਡਾ ਰਹਿੰਦਾ ਠੀਕ ਆ ਉਹ ਤੁਸੀਂ ਬਣਾਈ ਬਾਵੇ ਦੇ ਵੀਡੀਓ ਜਿੱਤੇ ਤੁਸੀਂ ਇਹਨੂੰ ਜਿੱਤੇ ਕਿਸੇ ਕੁਝ ਕਰਦੇ ਹਨ ਉਹ ਬਾਜੀ ਬੰਦਾ ਤੁਹਾਡੀ ਵੀਡੀਓ ਹਫਤੇ ਜੇ ਕਰੀ ਪੱਕਾ ਦੇਖਦਾ ਤੇ ਹਫਤੇ ਜੇ ਕਰੀ ਦੇਖ ਕੇ ਕਹਿੰਦਾ ਜਾਂਦਾ ਇਟਲੀ ਵਾਲੇ ਦੀ ਇਸ ਤੋਂ ਵਧੀਆ ਵੀਡੀਓ ਹੋ ਨਹੀਂ ਸਕਦੀ ਜਿਹੜੀ ਤੁਸੀਂ ਬਾਵੇ ਦੇ ਬਣਾਈ ਜੇ ਚੰਗਾ ਇਹ ਨੂੰ ਗਾਣਾ ਫੇਰੀਆਂ ਨੇ ਤੇ ਇਹ ਗਾਣਾ ਦੇ ਲਾਈਕ ਆ ਬੰਦਾ ਯਾਰ ਰੋਜ਼ ਭਾਜੀ ਜਿੱਦਾਂ ਮੈਨੂੰ ਮੰਨ ਲਓ ਕਿਸੇ ਨੂੰ ਤਕਲੀਫ ਹੁੰਦੀ ਨਾ ਆਪਾਂ ਕਸਟਮਰ ਕੋ ਤੁਹਾਡੀ ਘਰੇ ਡਿਸ਼ ਬੰਦ ਹੋ ਗਈ ਤੁਹਾਡੇ ਘਰੇ ਫੋਨ ਬੰਦ ਹੋ ਗਿਆ ਤੁਸੀਂ ਕਸਟਮਰ ਕੇਅਰ ਨੂੰ ਫੋਨ ਲਾਉਂਦੇ ਜੇ ਕਿ ਯਾਰ ਅ ਮੇਰਾ ਫੋਨ ਨਹੀਂ ਚੱਲ ਰਿਹਾ ਇਹ ਠੀਕ ਕਰੋ ਕਸਟਮਰ ਕੇਅਰ ਨੂੰ ਦੱਸਣੀ ਪ੍ਰੋਬਲਮ ਠੀਕ ਹੈ ਇਹਨੇ YouTube ਦੀ ਕਮਿਊਨਿਟੀ ਟੈਬ ਜਿਹੜਾ ਹੁੰਦਾ ਨਾ ਉਹਨੂੰ ਆਪਣਾ ਕਸਟਮਰ ਕੇਅਰ ਬਣਾਇਆ ਹੈ ਅੱਜ ਮੇਰੇ ਸਟੈਂਪ ਪੇਪਰ ਦੇਖ ਲਓ ਫਾਈਨਲੀ ਗਾਇਸ ਘਰ ਸੇਲ ਹੋ ਗਿਆ ਫਾਈਨਲੀ ਗੱਡੀ ਸੇਲ ਹੋ ਗਈ ਫਾਈਨਲੀ ਮੈਂ ਖੁਦ ਸੇਲ ਹੋ ਗਿਆ ਕਮਾਲ ਦੀ ਗੱਲ ਹੈ ਸਾਰੀਆਂ ਤਕਲੀਫਾਂ ਨੇੜ ਤੇ ਦੱਸ ਦਿਆ ਤੁਸੀਂ ਥੰਬਨੇਲ ਪੜ ਕੇ ਸਮਾਓ ਇਹਦੇ ਤੇ ਤਿੰਨ ਮੈਂ ਦੱਸਦਾ ਨਾ ਪਹਿਲਾਂ ਇਹਨੇ ਇੱਕ ਦਿਨ ਵਲੋਗ ਬਣਾਇਆ ਦੋ ਹਫ਼ਤੇ ਪਹਿਲਾਂ ਕਹਿੰਦਾ ਗੁੱਡ ਨਿਊਜ਼ ਮੰਮੀ ਬਣ ਗਈ ਦਾਦੀ ਮਾਂ ਠੀਕ ਹੈ ਫਿਰ ਉਸ ਤੋਂ ਅਗਲੇ ਦਿਨ ਵਲੋਗ ਬਣਾਇਆ ਪ੍ਰੈਗਨੈਂਸੀ ਵਿੱਚ ਕੀ ਕੀ ਹੋ ਰਿਹਾ ਅੱਜ ਸਭ ਦੱਸਾਂਗੇ ਠੀਕ ਹੈ ਹੁਣ ਇਹ 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 ਵਲੋਗ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਪੀ ਬਾਬੇ ਦੀ ਘਰ ਵਾਲੀ ਪ੍ਰੈਗਨੈਂਟ ਹੈ ਹਨਾ ਜੀ ਦਾਦੀ ਉਹਦੀ ਉਹਦੀ ਮੰਮੀ ਬਾਬੇ ਦੀ ਖੁਦ ਦੀ ਮੰਮੀ ਖੁਸ਼ ਹੋ ਗਈ ਤੇ ਅਗਲੇ ਵਲੌਗ ਚ ਪ੍ਰੀਤ ਦੱਸ ਰਹੀ ਏ ਪ੍ਰੈਗਨੈਂਸੀ ਵਿੱਚ ਕੀ ਕੀ ਹੋ ਰਿਹਾ ਹੈ ਅੱਜ ਸਭ ਦੱਸਾਂਗੇ ਇਥੋਂ ਇਹੀ ਲੱਗਦਾ ਨਾ ਵੀ ਬਾਬੇ ਜੀ ਘਰ ਵਾਲੀ ਪ੍ਰੈਗਨੈਂਟ ਹੈ ਤੇ ਆਪ ਇਦਾਂ ਦੇ ਥੰਬਨੇਲ ਆ ਰਿਹਾ ਤੇ ਅਗਲਾ ਵਲੌਗ ਕੀ ਬਣਾਇਆ ਮਿਸਟਰ ਬਾਬਾ ਪ੍ਰੈਗਨੈਂਟ ਹੈ ਹੈ ਜਾਂ ਨਹੀਂ ਸੱਚ ਦੱਸਦਾ ਬੇਬੀ ਲਾਸਟ ਵੀਡੀਓ ਤੇ ਇਸ ਵੀਡੀਓ ਚ ਪਤਾ ਕਹਿਣ ਰਿਹਾ ਯਾਰ ਸਾਰੇ ਲੋਕਾਂ ਨੇ ਤੰਗ ਕੀਤਾ ਤੁਸੀਂ ਕਹਿ ਰਹੇ ਹੋ ਮਿਸਟਰ ਬਾਬਾ ਪ੍ਰੈਗਨੈਂਟ ਹੈ ਉਹ ਐਸੀ ਨਹੀਂ ਪ੍ਰੈਗਨੈਂਟ ਸਾਨੂੰ ਨਾ ਕਮੈਂਟ ਕਰੋ ਤੇ ਐ ਐ ਵਲੋਗ ਪਹਿਲਾਂ ਕਿਉਂ ਮੇਕੋ ਗਾੜ ਸੁੰਦਾ ਹੈ ਵਲੋਗ ਕਿਉਂ ਬਣਾਉਣਾ ਹੈ ਪਹਿਲਾਂ ਕਿ ਮੰਮੀ ਬੜੀ ਖੋਚੇ ਮੰਮੀ ਦਾਦੀ ਬਨ ਵਾਲੀ ਹੈ ਆਪੇ ਨੇ ਤੂੰ ਢਿੱਡ ਤੋਂ ਕਪੜਾ ਚੱਕਦਾ ਤੇ ਮੋੜ ਕੇ ਕਹਿੰਦਾ ਫਰੇਜੀ ਬਾਜੀ ਕੈਸੀ ਆਟਮ ਹੈ ਕਦੇ ਡੈਡੀ ਘਰੇ ਲੈ ਗਏ ਨੇ ਕਦੇ ਡੈਡੀ ਘਰੇ ਨਹੀਂ ਲੈ ਕੇ ਜਾ ਰਹੇ ਕਦੇ ਘਰ ਜਾਂਦੇ ਨੇ ਕੱਢਦਾ ਹੈ ਉਹ ਪਿੱਛੇ ਜੇ ਮਿਸਤਰੀ ਲੱਗੇ ਸੀਗੇ ਤੇ ਮਿਸਿਸ 바ਵਾ ਦੇ ਉਹਨਾਂ ਡਿਵੋਰਸ ਦਾ ਪ੍ਰੈਂਕ ਖੇਡ ਲਿਆ ਕਿ ਚੱਲ ਮਿਸਤਰੀ ਚੱਲ ਮੰਮੀ ਵਾਲ ਤੇ ਜਾਣਾ ਹੀ ਛੇ ਦਿਨ ਮਿਸਤਰੀ ਲੱਗੇ ਆ ਤੇ ਕਹਿ ਦਾਂਗੇ ਕਿ ਸਾਡੀ ਅਨਬੰਦ ਹੋ ਗਈ ਹੈ ਤੇ ਬਾਅਦ ਚ ਬਾਅਦ ਚ ਪੰਗਾ ਵਿਆਹ ਵਾਸ਼ਿੰਗ ਮਸ਼ੀਨ ਦਾ ਕਿ ਵਾਸ਼ਿੰਗ ਮਸ਼ੀਨ ਕਰਕੇ ਲੜਾਈ ਹੋਈ ਹੈ ਤੇ ਕੈਸੀ ਹਾਲਤ ਹੈ ਮੈਂ ਯਾਰ ਮਨ ਲਗੀ ਇਹਨੂੰ ਰੋਸਟ ਕਰਨ ਵੀ ਦਿਲ ਨਹੀਂ ਕਰਦਾ ਹੁਣ ਬਾਜੀ ਮਨ ਲਗੀ ਇੱਕ ਜਿਹਦਾ ਪਿੱਛੇ ਇਹਨੇ ਵਲੌਗ ਪਾਇਆ ਇੱਕ ਬੰਦੇ ਕਰਕੇ ਸਾਰੀ ਜ਼ਿੰਦਗੀ ਖਰਾਬ ਹੋ ਗਈ ਉਹ ਕੀ ਸੀਨ ਸੀ ਕਿਹੜਾ ਬੰਦਾ ਤੁਸੀਂ ਦੇਖਿਆ ਵਲੌਗਰ ਮੈਂ ਵੇਖਿਆ ਵਲੌਗ ਉਸ ਵਲੌਗ ਤੇ ਬਾਅਦ ਚ ਨੇ ਗੱਲ ਦੱਸਦਾ ਲੇਟੈਸਟ ਇਨੇ ਵਲੋਗ ਪਾਇਆ ਕਿਤਾ ਘਰ ਹੋ ਗਿਆ ਸੇਲ ਅਸੀਂ ਕਿੱਥੇ ਜਾਵਾਂਗੇ ਡੈਡੀ ਲੈ ਜਾਓ ਮੈਨੂੰ ਮੈਂ ਘਰ ਆਣਾ ਵਾਪਸ ਜਿੱਦਾ ਕੁੜੀਆਂ ਨਹੀਂ ਫੋਨ ਲਾਂਦੀ ਐ ਡਾੜੇ ਮੈਨੂੰ ਮੇਰਾ ਘਰ ਵਾਲਾ ਮਾਰਦਾ ਕੁੱਟਦਾ ਸ਼ਰਾਬ ਪੀ ਕੇ ਮੈਂ ਨਹੀਂ ਤੇ ਰਹਿਣਾ ਹੈ ਤੁਸੀਂ ਮੈਨੂੰ ਕੀ ਲੱਭ ਕੇ ਦੱਸਦੇ ਉੱਦਾਂ ਦੱਸ ਦੇ ਵਲੋਗ ਪਾਇ ਦੱਸ ਨੇ ਉੱਦਾਂ ਦੱਸ ਰਿਹਾ ਮੈਨੂੰ ਲੈ ਜਾਓ ਡੈਡੀ ਮੈਂ ਘਰ ਵਾਪਸ ਆਣਾ ਹੈ ਯਾਰ ਵੇ ਕੀ ਆਟਮ ਐ ਅੱਛਾ ਉਹ ਇਹ ਹੋਏ ਨੇ ਬਲੌਗ ਪਾਇਆ ਸੀ ਕਿਉਂ ਰੋਂਦੇ ਸਾਡੀ ਲਾਈਫ ਵਿੱਚ ਇੱਕ ਪਰਸਨ ਕਰਕੇ ਸਾਡੀ ਲਾਈਫ ਖਰਾਬ ਹੋ ਗਈ ਉਹ ਸ਼ੀਖਾ ਨੇ ਸ਼ੀਖਾ ਭੈਣ ਕਰਕੇ ਕਹਿੰਦਾ ਵੇ ਜਿਹੜੀ ਕੋਲਾ ਨਹੀਂ ਕਰਦੀ ਹੁੰਦੀ ਸਾਨੂੰ ਉਹਦੇ ਕਰਕੇ ਕਹਿੰਦਾ ਐਵੇਂ ਡਰਾਮੇ ਬਾਜੀ ਯਾਰ ਛੱਡ ਇਹਨੂੰ ਸੱਚ ਛੱਡ ਗਈ ਮੈਂ ਜਾਂਦੇ ਜਾਂਦੇ ਆਪਾਂ ਸਾਨੂੰ ਤੈਨੂੰ ਤੁਹਾਨੂੰ ਦੱਸਾਂ ਮੈਂ ਤੇ ਫਰਸ਼ ਭਾਜੀ ਐਤਵਾਰ ਨੂੰ ਨਾ ਇੰਡੀਆ ਤੇ ਪਾਕਿਸਤਾਨ ਦਾ ਪਿੱਛੇ ਇੱਕ ਮੈਚ ਸੀ ਏਸ਼ੀਆ ਕੱਪ ਚੱਲ ਰਿਹਾ ਨਾ ਏਸ਼ੀਆ ਕੱਪ ਚੱਲਦਾ ਪਰ ਪਿੱਛੇ ਵੀ ਇੱਕ ਮੈਚ ਸੀ ਇੰਡੀਆ ਪਾਕਿਸਤਾਨ ਦਾ ਉਹ ਤਾਂ ਚੱਲ ਬਾਰਿਸ਼ ਹੋ ਗਈ ਡਰਾ ਹੋ ਗਿਆ ਤੇ ਉਸ ਮੈਚ ਦੇ ਵਿੱਚ ਇੱਕ ਕਾਉਂਟਰਵਰਸੀ ਬੜੀ ਤਕੜੀ ਹੋਈ ਫਿਰ ਅੱਛੀ ਭਾਜੀ ਗੋਤਮ ਗੰਬੀਰ ਦੀ ਇਹ ਜਾ ਰਿਹਾ ਸੀ ਕਮੈਂਟਰੀ ਕਰਕੇ ਨਾ ਕੋਲੀ ਕਮੈਂਟਰੀ ਕਰਕੇ ਨਾ ਵਾਪਸ ਜਾ ਰਿਹਾ ਸੀ ਪਤਾ ਹੀ ਵੈਸੇ ਸਾਰਿਆਂ ਨੂੰ ਹਨਾ ਪਰ ਦੱਸ ਦਈਏ ਥੋੜੀ ਜੀ ਐਕਸਪੀਰੀਅੰਸ ਕਰਕੇ ਕਿ ਮੈਚ ਹੋ ਰਿਹਾ ਸੀ ਇੰਡੀਆ ਪਾਕਿਸਤਾਨ ਦਾ ਤੇ ਗੋਤਮ ਗੰਬੀਰ ਕਮੈਂਟਰੀ ਕਰਦਾ ਅੱਜ ਕੱਲ ਹਨਾ ਤੇ ਇਹ ਕਮੈਂਟਰੀ ਕਰਕੇ ਵਾਪਸ ਜਾ ਰਿਹਾ ਸੀ ਇਹਰੇ ਤੇ ਲੋਕੀ ਨਾ ਇਹਨੂੰ ਵੇਖਵੇ ਇਹਨੂੰ ਵੇਖ ਕੇ ਨਾ ਕਹਿਣ ਕੋਲੀ ਕੋਲੀ ਕਿਉਂਕਿ ਗੋਤਮ ਗਭੀਰ ਦੀ ਤੇ ਕੋਲੀ ਦੀ ਆਪਸ ਚ ਖੜਕ ਹੀ ਰਹਿੰਦੀ ਐ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਕਿ ਗੋਤਮ ਗੰਭੀਰ ਦੀ ਤੇ ਕੋਲੀ ਦੀ ਖੜਕੇ ਰਹਿੰਦੀ ਉਹ ਇਹਨੂੰ ਚੜਾਣ ਕੋਲੀ ਕੋਲੀ ਕਹਿ ਕੇ ਤੇ ਇਹਨੇ ਉਂਗਲੀ ਦਿਖਾਤੀ ਉਹਨਾਂ ਲੋਕਾਂ ਨੂੰ ਨਾ ਇਦਾਂ ਕਰਕੇ ਤੇ ਉਹ ਕੰਟਰੋਵਰਸੀ ਹੋ ਗਈ ਕਿ ਗੋਤਮ ਗੰਭੀਰ ਨੇ ਉਂਗਲ ਦਿਖਾਈ ਤੇ ਬਾ ਤੇ ਬਾਅਦ ਚ ਇਹਨੂੰ ਫੜ ਲਿਆ ਬਾਅਦ ਚ ਇਹ ਬਿਆਨ ਦਿੰਦੇ ਸੀ ਬਾਅਦ ਚ ਫਿਰ ਫਰਾਂਚ ਪੱਜ ਦੀ ਰਿਪੋਰਟਰਾਂ ਨੇ ਘੇਰੇ ਆ ਤੇ ਇਹ ਮੁਕਰ ਗਿਆ ਇਹ ਕਹਿੰਦਾ ਹੈ ਕਿ ਉਹ ਦੇਸ਼ ਦੇ ਨਾਰੇ ਲਾ ਰਹੇ ਸੀ ਕਹਿ ਰਹੇ ਸੀ ਹਿੰਦੁਸਤਾਨ ਮਰਦਾਬਾਦ ਤੇ ਜੇ ਕੋ ਹਿੰਦੁਸਤਾਨ ਮਰਦਾ ਕਹਿੰਦਾ ਉਹ ਪਾਕਿਸਤਾਨੀ ਸੀ ਉਹ ਪਾਕਿਸਤਾਨੀ ਸੀ ਕਹਿੰਦਾ ਜਿਹੜੇ ਮੈਨੂੰ ਕਹਿ ਰਹੇ ਸੀ ਨਾ ਉਹ ਪਾਕਿਸਤਾਨੀ ਜੀ ਤੇ ਕਹਿੰਦਾ ਕਹਿੰਦੇ ਪਏ ਸੀ ਜੰਮੂ ਕਸ਼ਮੀਰ ਹਮ ਲੈ ਕਰ ਰਹੇ ਹਾਂਗੇ ਭਾਰਤ ਮਰਦਾ ਬਾਦ ਤੇ ਤੂੰ ਸੁਣ ਕੇ ਲੰਗ ਗਿਆ ਇਨੀ ਗੱਲ ਹੈ ਚਪੇੜਾ ਨਹੀਂ ਤੇ ਕੋ ਮਾਰਨ ਹੋਈਆਂ ਉਹਨਾਂ ਦੇ ਤੇ ਸਭ ਤੋਂ ਮੈਨੂੰ ਭੈੜੀ ਗੱਲ ਪਤਾ ਕੀ ਲੱਗੀ ਇਸ ਬੰਦੇ ਦੀ ਐਸੇ ਬੰਦੇ ਦੀ ਬੋਲੋ ਉਸ ਉਹ ਵੀਡੀਓ ਦੇ ਵਿੱਚ ਨਾ ਮੁੰਡੇ ਨੂੰ ਕੋਲੀ ਕੋਲੀ ਕਹਿ ਰਹੇ ਨੇ ਤੇ ਇਹਨੇ ਨਾ ਕੰਨ ਨੂੰ ਫੋਨ ਲਾਇਆ ਇਹਦੇ ਨਾਲ ਨਾ ਇੱਕ ਛਤੜੀ ਵਾਲਾ ਬੰਦਾ ਤੁਰਿਆਦਾ ਬੋਡੀਗਾਰਡ ਨਾ ਤੇ ਤੇਰੇ ਹੱਥ ਟੁੱਟੇ ਨੇ ਤੂੰ ਆਪ ਛਤੜੀ ਫੜ ਲਾਹਾ ਜਰਾ ਅਜੇ ਵੀ ਇੰਡੀਆ ਚ ਨਾ ਉਹ ਰਾਜੇ ਮਹਾਰਾਜਾ ਵਾਲਾ ਸਿਸਟਮ ਜੇ ਨਹੀਂ ਗਿਆ ਵੀ ਅਸੀਂ ਆਹ ਛਤੜੀ ਆਹੋ ਛਤੜੀ ਵੀ ਕਾਦੀ ਛਤੜੀ ਦੀ ਲੋੜ ਹੈ ਅੱਡਾ ਤੇਰਾ ਰੰਗ ਕਾਲਾ ਇਹਨਾਂ ਛਤੜੀ ਨਾਲ ਲਈ ਤੇ ਅੱਛਾ ਜਦੋਂ ਫੜਿਆ ਕਿ ਤੇ ਬਾਹਨਾ ਵੇਖੋ ਕੜਾ ਲਾ ਬਾਹਨਾ ਜੀ ਜਦੋਂ ਫੜਿਆ ਕਿ ਤੇ ਬਾਹਨਾ ਕੜਾ ਲਾਇਆ ਕਿ ਇਹ ਇੰਡੀਆ ਵਿਰੋਧੀ ਨਾਰੇ ਲਾ ਰਹੇ ਸੀ ਕੋਈ ਗੱਲ ਨਾ ਆਵੇ ਤੇ ਇੰਡੀਆ ਵਿਰੋਧੀ ਨਾਰੇ ਲਾ ਰਹੇ ਸੀ ਚਲੋ ਬੜਾ ਸੁੱਖਾ ਹਜਕਲ ਬੱਚਣਾ ਨਾ ਕੱਲ ਨੂੰ ਤੁਸੀਂ ਵੀ ਕੋਈ ਵੀਡੀਓ ਪਾ ਦਿਓ ਨਾ ਮੈਂ ਲੱਗ ਕੋਈ ਵੀ ਵੀਡੀਓ ਪਾ ਕੇ ਮਾਲਾ ਕਿਸੇ ਨੇ ਕਿਹਾ ਕਿ ਇਟਲੀ ਵਾਲੇ ਨੇ ਗਲਤ ਵੀਡੀਓ ਪਾਈ ਹੈ ਤੇ ਤੁਸੀਂ ਕਹੋ ਮੈਨੂੰ ਫੋਨ ਕਰਕੇ ਭਾਰਤ ਮਾਤਾ ਨੂੰ ਗਾਲਾਂ ਕੱਢ ਰਿਹਾ ਸੀ ਤਾਂ ਮੈਨੂੰ ਗੁੱਸਾ ਆ ਆ ਤੇ 10 ਤਰੀਕ ਮੈਚ ਫਿਰ ਐਟਵਰਨ ਨੂੰ ਯਾਨੀ ਇਹ ਪਾਕਿਸਤਾਨ ਦਾ ਵੇਖਿਓ ਨਾਲ ਜਿਹਨੇ ਹਾਂਜੀ ਤੇ ਠੀਕ ਹੈ ਫਿਰ ਅੱਜ ਭਾਜੀ ਕਰੀਏ ਖਤਮ ਨਹੀਂ ਪਿਛਲੇ ਮੈਚ ਨਹੀਂ ਕਰਦੇ ਆ ਮੈਂ ਪਿਛਲੇ ਮੈਚ ਤੋਂ ਬਾਅਦ ਬੜੇ ਲੋਕੀ ਕਹਿ ਰਹੇ ਸੀਗੇ بارش ਨੇ ਇੰਡੀਆ ਨੂੰ ਬਚਾ ਲਿਆ بارش ਜਿਹੜੇ بارش ਨੇ ਪਾਕਿਸਤਾਨ ਨੂੰ ਬਚਾ ਲਿਆ ਹੁਣ ਪਤਾ ਨਹੀਂ ਭਾਜੀ ਵੈਸੇ ਤਾਂ ਸਹੀ ਜੇ ਰਣ ਬਣ ਗਏ ਸੀ ਹੁਣ ਵੇਖੋ ਜਿੱਦ ਦੇ ਨਹੀਂ ਜਿੱਦੇ ਅਗਲੀ ਵਾਰ ਬਰਹਾ ਦੋਵੇਂ ਟੀਮਾਂ ਵਧੀਆ ਖੇਡਣ ਤੇ 10 ਤਾਂ ਮਰਨੂ ਮੀ ਨਾ ਹੀ ਪਵੇ ਬਸ ਇਹੀ ਦੁਆ ਹੈ ਕਿ ਮੀ ਨਾ ਪਵੇ ਨਹੀਂ ਤਾਂ ਏਸ਼ੀਆ ਕੱਪ ਦਾ ਪਤਾ ਮੀ ਚ ਨਿਕਲ ਗਿਆ ਆਹੋ ਵੇਖ ਲੈ ਹਣਾ ਚਲੋ ਭਾਜੀ ਇਦਾਂ ਹੀ ਕਰਦੇ ਆਪਾਂ ਪੋਡਕਾਸਟ ਐਂਡ ਦੇਖ ਲਓ ਇੱਕ ਜੇ ਤੁਹਾਨੂੰ ਕੋਈ ਜ਼ਰੂਰੀ ਟੌਪਿਕ ਅਗੇ ਲੱਭਣਾ ਜਾਵੇ ਕਿ ਰਹਿ ਗਿਆ ਹੋਵੇ ਆਪਣੇ ਪੇਪਰ ਜੇ ਭਰ ਲਓ ਟੌਪਿਕ ਕਿ ਤੁਹਾਨੂੰ ਮੈਂ ਦੱਸ ਦੇਣਾ ਗੁਰਦਾਸ ਮਾਨ ਨੂੰ ਫਿਰ ਅਸੀਂ ਭਾਜੀ ਮਿਲਣਾ ਸੀ ਪੁਰਸਕਾਰ ਪਾਕਿਸਤਾਨ ਨੇ ਕਰਨਾ ਸੀ ਗੁਰਦਾਸ ਮਾਨ ਨੂੰ ਏ ਯਾਰ ਵੈਸੇ ਨਾ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਨੂੰ ਅੰਦਰੋਂ ਬਹੁਤ ਫੀਲ ਹੁੰਦਾ ਜਦੋਂ ਮੈਂ ਗਰਦਾਸ ਮਾਨ ਦੀ ਗੱਲ ਕਰਾਣਾ ਕਿਉਂਕਿ ਉਸ ਬੰਦੇ ਨੇ ਇੰਨੇ ਗਾਣੇ ਗਾਏ ਇੰਨਾ ਪੰਜਾਬੀ ਇੰਡਸਟਰੀ ਨੂੰ ਦਿੱਤਾ ਹਨ ਤੇ ਪਰ ਉਹਦੀ ਐਂਡ ਤੇ ਇੰਨੀ ਨਖੇਦੀ ਹੋ ਰਹੀ ਮੈਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ ਪਰ ਹੁਣ ਕੀ ਕਰੀਏ ਸਾਡੀ ਵੀ ਜ਼ਿੰਮੇਵਾਰੀ ਹੈ ਨੇ ਸੱਚ ਬੋਲਣਾ ਇਹਨੂੰ ਮਿਲਣਾ ਸੀ ਪੁਰਸਕਾਰ ਗਰਦਾਸ ਮਾਨ ਨੂੰ ਨਾ ਪਾਕਿਸਤਾਨ ਵੱਲੋਂ ਇਹ ਵਾਰਿਸ ਸ਼ਾਹ ਫਾਊਂਡੇਸ਼ਨ ਨੇ ਦੇਣਾ ਸੀ ਇਹਨੂੰ ਨਾ ਅਵਾਰਡ ਤੇ ਇਹਨੂੰ ਅਵਾਰਡ ਨਹੀਂ ਦਿੱਤਾ ਉਹਨਾਂ ਨੇ ਨਾ ਕਿਉਂਕਿ ਇਹਦੀ ਕੌਂਟ੍ਰੋਵਰਸੀ ਚੱਲ ਰਹੀ ਪੰਜਾਬ ਦੇ ਵਿੱਚ ਇਨੇ ਇੱਕ ਸਟੇਜ ਤੇ ਕਹਿਣੀ ਸੀ ਕਿ ਬੱਤੀ ਬਣਾ ਕੇ ਪਿੱਛੇ ਲੈ ਲੋ ਉਹ ਕੌਂਟਰਵਰਸੀ ਅੱਜ ਵੀ ਇਹਦਾ ਪਿੱਛਾ ਨਹੀਂ ਛੱਡ ਰਹੀ ਤੇ ਮੈਨੂੰ ਬੜਾ ਤਰਸ ਆਉਂਦਾ ਯਾਰ ਗੁਰਾਸਮਾਨ ਤੇ ਕਿਉਂ ਉਹਦੀ ਈਦਾ ਹੋ ਰਹੀ ਏ ਇਹਨੂੰ ਨਾ ਇਸ ਮੁੱਦੇ ਤੇ ਆ ਕੇ ਨਾ ਖੁੱਲ ਕੇ ਮਾਫੀ ਮੰਗਣੀ ਚਾਹੀਦੀ ਪੰਜਾਬੀਆਂ ਕੋਲੋਂ ਵੀ ਮੇਰੇ ਕੋ ਗਲਤੀ ਹੋ ਗਈ ਮੈਂ ਤੁਹਾਡਾ ਪੁੱਤਰ ਆ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਹਨਾ ਵੀ ਮੈਂ ਇਦਾਂ ਨਹੀਂ ਕੋਈ ਗੱਲਬਾਤ ਨਹੀਂ ਕਰਾਂਗਾ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਉਦੋਂ ਵੀ ਇਹ ਗਿਆ ਸੀ ਉਦੋਂ ਵੀ ਵੇਖਿਆ ਇਹਨੂੰ ਕਿਸੇ ਨੇ ਨਹੀਂ ਬੁਲਾਇਆ ਮੈਨੂੰ ਬੜਾ ਤਰਸ ਆਇਆ ਸਾਰੇ ਲੋਕਾਂ ਦੇ ਬੈਠਾ ਤੇ ਗਲਤੀਆਂ ਫਰਸ਼ੀ ਭਾਜੀ ਜੇਦੋਂ ਤੁਸੀਂ ਨਾ ਇਹ ਅਸਲ 'ਚ ਰੱਬ ਦੀ ਕਰਾਮਾਤ ਹੁੰਦੀ ਏ ਫਰਜੀ ਭਾਜੀ ਇਹ ਰੱਬ ਦੀ ਕਰਾਮਾਤ ਏ ਕਿਉਂਕਿ ਜਿਹੜੇ ਜਿਹੜੇ ਘਰ 'ਚ ਤੁਸੀਂ ਜੰਮੇ ਹੋ ਬੋ ਨਾ ਜੇ ਵਿਰਾਸਤ 'ਚ ਜਿਹੜਾ ਤੁਹਾਨੂੰ ਧਰਮ ਮਿਲਿਆ ਹੋਵੇ ਨਾ ਉਸ ਪਿਓ ਨੂੰ ਛੱਡ ਕੇ ਹੋਰ ਕਿਸੇ ਨੂੰ ਪਿਓ ਬਣਾਵੋ ਨਾ ਤੇ ਫਿਰ ਉਹ ਪਿਓ ਵੇਖਦਾ ਰਹਿੰਦਾ ਵੇ ਸਾਰ ਐਂਡ ਤੇ ਫਿਰ ਉਹ ਦਿਖਾਉਂਦਾ ਆਪਣੀ ਕਰਾਮਾਤ ਕਿ ਪੁੱਤਰਾ ਜਿਹੜੇ ਤੈਨੂੰ ਹੁਣ ਦਰਦ-ਦਰਦ ਦੀ ਠੋਕਰਾ ਮਿਲ ਰਹੀਆਂ ਨਾ ਇਹ ਇਸੇ ਕਰਕੇ ਮਿਲ ਰਹੀਆਂ ਕਿਉਂਕਿ ਤੂੰ ਸਾਨੂੰ ਅਸੀਂ ਕੁਰਬਾਨੀਆਂ ਕੀਤੀਆਂ ਯਾਰ ਚਾਰ ਸਾਬ ਜਦੇ ਵਾਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਤੇ ਡੇਰਿਆਂ ਤੇ ਜਾ ਕੇ ਸਮਾਧਾ ਨੂੰ ਪੂਜਣਾ ਜਿਹੜਾ ਇਸਲਾਮ ਖੁਦ ਕਹਿੰਦਾ ਵੀ ਕਬਰਾਂ ਨੂੰ ਪੂਜਣਾ ਹਰਾਮ ਏ ਤੇ ਇਹ ਕਬਰਾਂ ਨੂੰ ਪੂਜਦੇ ਨੇ ਯਾਰ ਜੀ ਉਹ ਵੀ ਗੱਲ ਆ ਤੇ ਇੱਕ ਗੱਲ ਹੋਰ ਵੀ ਆ ਕਿ ਪਿੱਛੇ ਜੇ ਭਾਈ ਨੇ ਮਾਫੀ ਮੰਗੀ ਸੀ ਗਾਣੇ ਜੇ ਪਰ ਉਹ ਗਾਣੇ ਜੇ ਮਾਫੀ ਨਹੀਂ ਸੀ ਉਹ ਫਿਰ ਪੰਜਾਬੀਆਂ ਦੀ ਗੱਲ ਸੁੱਟ ਠੀਕ ਮੈਂ ਤੇ ਇੰਨਾ ਕੁਛ ਕੀਤਾ ਤੇ ਪੰਜਾਬੀਆਂ ਨੇ ਮਰਨੈਦਾ ਕੀਤਾ ਹਾਂ ਇੱਕ ਵਾਰੀ ਭਾਈ ਇਹ ਗਲਤੀ ਹੋ ਗਈ ਆ ਇੱਕ ਵਾਰੀ ਖੁੱਲ ਕੇ ਆ ਕੇ ਅੱਗੇ ਮਾਫੀ ਮੰਗੇ ਤੇ ਤੁਸੀਂ ਕਿਹਾ ਕਿ ਬੱਤੀ ਵਾਲੀ ਗੱਲ ਸੀ ਇੱਕ 마ਸੀ ਵਾਲੀ ਗੱਲ ਵੀ ਸੀਗੀ ਕਿ ਹਿੰਦੀ 마ਸੀ ਨੂੰ ਜਾਂ ਉਹਨੂੰ ਨੈਸ਼ਨਲ ਲੈਂਗੁਏਜ ਬਣਾ ਲਓ 1 ਨੈਸ਼ਨ 1 ਨੇਸ਼ਨ 1 ਲੈਂਗੁਏਜ ਵਾਲੀ ਜਿਹੜਾ ਕਨਸੈਪਟ ਹੈ ਇਹਨਾਂ ਦਾ ਤੇ ਉਹ ਤਾਂ ਭਾਈ ਤੁਹਾਡੇ ਯੂਰਪ ਚ ਨਹੀਂ ਚੱਲਦਾ ਯੂਰਪ ਚ ਕਿੰਨੀਆਂ ਭਾਸ਼ਾਵਾਂ ਨੇ ਕਿੰਨੇ ਲੋਕ ਨੇ ਕਿਦਾਂ ਕਿ ਤਰਕੇ ਦੇ ਹਨਾ ਆਪਣੀ ਆਪਣੀ ਭਾਸ਼ਾ ਨੂੰ ਕਿਉਂ ਭੁੱਲਣ ਨੂੰ ਕਹਿੰਦੇ ਹੋ ਤੁਸੀਂ ਤੇ ਹਾਂ ਇਹ ਗੱਲ ਨੇ ਭਾਜੀ ਬਸ ਕੀ ਉਹਨੂੰ ਬੋਲਣਾ ਚਾਹੀਦਾ ਹੈ ਤੇ ਜਿਹੜੀ ਗੱਲ ਹੈ ਕਿ ਸਾਰਾ ਜ਼ਿੰਦਗੀ ਮਿਹਨਤ ਕਰਕੇ ਸਾਰੀ ਜ਼ਿੰਦਗੀ ਤਰੀਫਾਂ ਲੈ ਕੇ ਤੇ ਐਂਡ ਤੇ ਸਿਰ ਚ ਸਵਾਬ ਪਾਲੀ ਵਾਲੇ ਕੰਮ ਹੈ ਤੇ ਕੋਈ ਨਾ ਭਾਜੀ ਇਹ ਮੈਂ ਕਹਿੰਦਾ ਕਿ ਹੋਰ ਤਾਂ ਟੌਪਿਕ ਆਪਾਸ਼ਨਾਈ ਛੜੀਏ ਪੋਡਕਾਸਟ ਕਿ ਬੜਾ ਲੰਬਾ ਹੋ ਗਿਆ ਤੇ ਐਂਡ ਕਰਦੇ ਆ ਭਾਈ ਨੇ ਫਾਈਲਾਂ ਤੇ ਇਦਾਂ ਰੱਖੇ ਜਿਦਾ FBI ਚ ਕੰਮ ਕਰਦੇ ਹੁੰਦੇ ਲੈ ਤੇਰਾ ਭਰਾ ਤੁਸੀਂ ਨਾ ਪੱਕੀਆਂ ਫਾਈਲਾਂ ਲਾਓ ਐਂ ਕਰਕੇ ਨਾ ਜਿਹਦਾ ਫਬਰੀ ਫੋਲਡਰ ਜਾਂ ਲੈ ਕੇ ਆਏ ਖੋਲੇ ਫਾਈਲਾਂ ਓਕੇ ਜੀ ਅਗਲੀ ਰਿਪੋਰਟ ਇਹ ਆ ਕਿ ਆ ਚਲੋ ਕੋਈ ਨਾ ਚਲੋ ਜੀ ਇੱਥੇ ਪਈ ਜਾੜਾ ਕਿੰਨੀ ਆ ਫਿਰ ਚ ਫਿਰ ਚ ਆਵੇ ਕਿੰਨੀ ਆ ਇਹ ਕਦੇ ਕੰਮ ਨਹੀਂ ਹੁੰਦਾ ਕਦੇ ਯੂਟਿਊਬਰ ਕਦੇ ਯੂਟਿਊਬਰ ਕੰਮ ਨਹੀਂ ਕਰਦੇ ਵਿਲੇ ਬੈ ਕੇ ਪੈਸੇ ਕਮਾਉਂਦੇ ਨੇ ਉਹ ਦੇਖੋ ਉਹ ਦੇਖੋ ਉਹ ਦੇਖੋ ਮਿਹਨਤ ਸਹੀ ਹੋ ਗਿਆ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਦਾਂ ਹੀ ਕਰਦੇ ਆਪਾਂ ਪੋਡਕਾਸਟ ਦਾ ਐਂਡ ਤੇ ਜਿਹੜੇ ਬੰਦੇ ਜਿੱਥੇ-ਥੇ ਦੇਖ ਰਹੇ ਨੇ ਪੋਡਕਾਸਟ ਨੂੰ ਬਈ ਆਪਣੇ ਕਮੈਂਟ ਦੱਸਿਓ ਥੋੜੇ ਰਿਵਿਊ ਦਿਓ ਤੇ ਪੋਡਕਾਸਟ ਨੂੰ ਲਾਈਕ ਕਰਿਓ ਸਪੋਟੀਫਾਈ ਸਪੋਟੀਫਾਈ ਜਿੱਥੇ ਸੁਣਦੇ ਹੋ ਨੇ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਹੀ ਹੋ ਗਿਆ ਭਾਜੀ ਨਹੀਂ ਨਹੀਂ ਇਹ ਨਹੀਂ ਸਹੀ ਹੋਇਆ ਬਈ ਯਾਰ ਨਹੀਂ ਤੇ ਆ ਵੀ ਪਾ ਆ ਵੀ ਐਂਡ ਤੇ ਪਾ ਦਿਓ ਤੂੰ ਤੂੰ ਕਹਿੰਦੇ ਆ ਵੀ ਐਂਡ ਤੇ ਪਾ ਦਿਓ ਤੂੰ ਕਹਿੰਦੇ ਆ ਸੀ ਉਹ ਸਾਸਰੀ ਘਰ ਬੁਲਾਈਏ ਤੇ ਮੈਂ ਮੇਰੇ ਦਿਲ ਚ ਆਂਦੇ ਆ ਵੀ ਹੁਣ ਕੋਈ ਕੰਬਲ ਦਾ ਬੰਦੋਬਸਤ ਕਰੀਏ ਬਿਸਤਰਿਆਂ ਦਾ ਇਥੇ ਹੋ ਰਾਤ ਰਹਿਣਾ ਬਿਲਕੁਲ ਸਾਸਰੀ ਘਰ ਬੁਲਾਨੀ ਪੈਣੀ ਹੈ ਤੂੰ ਕਹਿੰਦੇ ਉਹ ਸਾਸਰੀ ਘਰ ਬੁਲਾਈ ਹੋਣੀ ਚੱਲੀ ਹੈ ਉਹ ਲਾ ਲਾਸਟ ਲਾਸਟ ਵੀਡੀਓ ਤੁਹਾਡੀ ਜਿਹੜੀ ਸੀ ਨਾ ਉਹਦੇ ਚ ਤੁਸੀਂ ਕਹਿੰਦੇ ਨਹੀਂ ਕਿਦਾਂ ਕਿਦੋਂ ਵਿంటర్ ਆਉਣ ਵਾਲੀਆਂ ਤੇ ਇਹ ਆਪਣਾ ਅੱਗੇ ਕਹਿੰਦੇ ਵਿంటర్ ਦੇ ਟਾਇਰ ਪਾ ਲਓ ਤੁਹਾਡਾ ਯੋਗ ਬੜਾ ਗੈਂਡ ਸੀਗਾ ਇਹ ਕਹਿੰਦਾ ਉਹ ਛਾ ਮੈਨੂੰ ਲੱਗਾ ਕੰਬੜਾ ਦੀ ਸੇਵਾ ਕਰਨ ਲੱਗੀ ਹਾਂ ਹਾਂ ਵਿంటర్ ਆਉਣ ਵਾਲਿਆ ਵੇਲੇ ਚਲ ਸਹੀ ਫਰੈਸ਼ੀ ਬਾਜੀ ਚਲੋ ਓਕੇ